ਜਿਵੇਂ ਕਿ ਕੁਝ ਆਮ ਸਵਾਲ ਨੇ ਕਿ ਦੇਗ ਦਾ ਭੋਗ ਜੀ ਕਦੋਂ ਲਾਉਣਾ ਚਾਹੀਦਾ ਹੈ ਜੀ, ਨਿਸ਼ਾਨ ਸਾਹਿਬ ਪ੍ਰਤੀ ਕੋਈ ਰੰਗ ਦਾ ਬਹਿਸ ਹੈ, ਯੇ ਹੈ ਵੋ, ਇਹ ਆਮ ਪੰਥਕ ਮੁੱਦੇ ਨੇ ਜਿਨ੍ਹਾਂ ਦਾ ਫੈਸਲਾ ਨਾ ਤਾਂ ਦਾਸ ਕਰ ਸਕਦਾ ਹੈ ਅਤੇ ਨਾ ਹੀ ਇੱਥੇ ਕੋਈ ਆਮ ਬੰਦਾ ਖੜ ਕੇ ਕਰ ਸਕਦਾ ਹੈ, ਪੰਥਕ ਮੁੱਦੇ ਨੇ। ਸੋ ਇਹਨਾਂ ਸਵਾਲਾਂ ਦੇ ਉੱਤੇ ਚਾਨਣਾ ਨਹੀਂ ਪਾਇਆ ਜਾਏਗਾ ਅਤੇ ਜਿਹੜੇ ਪਰਮਾਰਥਕ ਸਵਾਲ ਨੇ ਉਹ ਆਪ ਜੀਆਂ ਦੇ ਅੱਗੇ ਜਵਾਬ ਦੇਣ ਦੇ ਯਤਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜਿਵੇਂ ਅੱਠਵੇਂ ਪਾਤਸ਼ਾਹ ਨੇ ਛੱਜੂ ਚੌਰ ਦੇ ਸਿਰ ਉੱਪਰ ਆਪ ਜੀਆਂ ਨੇ ਛਤਰੀ ਰੱਖ ਕਰਕੇ ਆਪ ਹੀ ਰਹਿਮਤ ਵਰਸਾਈ ਸੀ, ਬੈਠ ਕਰਕੇ ਆਪ ਸਭ ਨੇ ਧਿਆਨ ਨਾਲ ਸ਼੍ਰਵਣ ਕਰਨਾ ਜੀ। ਸੋ ਆਓ, ਜਿੰਨਾ ਤੱਕ ਚਿਰ ਤੱਕ ਤਿਆਰੀ ਹੁੰਦੀ ਹੈ ਸਾਰਿਆਂ ਨੇ ਗੁਰਮੰਤਰ ਦਾ ਜਾਪ ਕਰਨਾ ਜੀ। ਸਤਿਨਾਮ ਵਾਹਿਗੁਰੂ, ਵਾਹਿਗੁਰੂ। ਕਿਸੇ ਵੀਰ ਜਾਂ ਭੈਣ ਦਾ ਮੋਬਾਈਲ ਇੱਥੇ ਪ੍ਰਬੰਧਕਾਂ ਪਾਸ ਪਿਆ ਹੈ, ਅਗਰ ਕਿਸੇ ਦਾ ਮੋਬਾਈਲ ਗੁੰਮ ਹੋ ਚੁੱਕਾ ਹੈ ਤਾਂ ਆਪ ਜੀ ਨੇ ਪਿੱਛੇ ਆਣ ਕੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦਾ ਯਤਨ ਕਰਨਾ ਜੀ। ਸਤਿਨਾਮ ਵਾਹਿਗੁਰੂ, ਵਾਹਿਗੁਰੂ। ਸਤਿਨਾਮ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਗੁਰੂ ਪਿਆਰਿਓ ਜੀ, ਸਿੱਧਾ ਹੀ ਆਪਾਂ ਸਵਾਲਾਂ ਦੇ ਵਿੱਚ ਜਾਣ ਦਾ ਯਤਨ ਕਰਾਂਗੇ। ਵਿੱਚ ਵਿਚਾਲੇ ਕਿਸੇ ਨੇ ਬਾਂਹ ਖੜੀ ਕਰਕੇ ਇੱਦਾਂ ਦਾ ਸਿਸਟਮ ਨਹੀਂ ਆਪਾਂ ਰੱਖਣਾ, ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਪਿਆਰ ਅਦਬ ਸਤਿਕਾਰ ਨਾਲ ਆਪਾਂ ਬੈਠ ਕਰਕੇ ਸ਼੍ਰਵਣ ਕਰਨੇ ਹਾਂ। ਬਾਅਦ ਵਿੱਚ ਆਪ ਜੀਆਂ ਨੂੰ ਅਸੀਂ ਸੋਸ਼ਲ ਮੀਡੀਆ ਦੇ ਅਕਾਊਂਟ ਵੀ ਆਪ ਜੀਆਂ ਦੇ ਅੱਗੇ ਰੱਖਾਂਗੇ ਅਤੇ ਇਨ ਪਰਸਨ ਆਪ ਜੀ ਬਾਹਰ ਵੀ ਮਿਲ ਕਰਕੇ ਅਤੇ ਆਪਾਂ ਗੱਲਬਾਤ ਕਰ ਸਕਦੇ ਹਾਂ, ਕਿਉਂਕਿ ਸਮਾਂ ਵੀ ਸੀਮਤ ਹੈ। ਸ਼ਾਮੀ ਫਿਰ ਕੀਰਤਨ ਹੈ, ਸਤਿਗੁਰੂ ਕਿਰਪਾ ਕਰਨ। ਸਭ ਤੋਂ ਪਹਿਲਾਂ ਇੱਕ ਸਵਾਲਾਂ ਦਾ, ਕਾਫੀ ਐਸੇ ਸਵਾਲ ਆਏ ਜੋ ਬੈਲੈਂਸ ਦੇ ਬਾਰੇ ਨੇ, ਧਿਆਨ ਨਾਲ ਸੁਣਿਓ ਕਿ ਬੈਲੈਂਸ ਕਿਵੇਂ ਰੱਖਿਆ ਜਾਏ। ਮੈਂ ਦੁਨਿਆਵੀ ਕੰਮ ਵੀ ਕਰਾਂ, ਦੁਨਿਆਵੀ ਪਦਵੀਆਂ ਵੀ ਪ੍ਰਾਪਤ ਕਰਾਂ, ਜਿਹੜੇ ਦੁਨਿਆਵੀ ਜੌਬ ਨੇ, ਦੁਨਿਆਵੀ ਜ਼ਿੰਮੇਵਾਰੀਆਂ ਨੇ, ਸੋਸਾਇਟੀ ਦੀਆਂ ਡਿਊਟੀਆਂ ਨੇ, ਮੈਂ ਉਹ ਵੀ ਕਰਾਂ, ਪਰ ਧਾਰਮਿਕ ਜਿਹੜੇ ਮੇਰੇ ਧਰਮ ਨੇ, ਜੋ ਡਿਊਟੀਆਂ ਨੇ, ਮੈਂ ਉਹ ਵੀ ਨਿਭਾਵਾਂ। ਅਤੇ ਇਹ ਬੈਲੈਂਸ ਜਿਹੜਾ ਹੈ, ਇਹ ਕਿਵੇਂ ਅਸੀਂ ਇਹਨੂੰ ਅਚੀਵ ਕਰ ਸਕਦੇ ਹਾਂ। ਅਤੇ ਇੱਥੇ ਇਹ ਵੀ ਸੀ ਕਿ ਕਈ ਗੁਰਮੁਖਾਂ ਨੇ ਸਵਾਲ ਕੀਤਾ ਕਿ ਜੇ ਮੈਂ ਦੁਨਿਆਵੀ ਕੰਮਾਂ ਦੇ ਪਿੱਛੇ ਜਾ ਕਰਕੇ ਅਤੇ ਕੁਝ ਅਚੀਵ ਕਰਨਾ ਚਾਹੁੰਦਾ, ਕੀ ਇਹ ਗਲਤ ਹੈ? ਠੀਕ ਹੈ ਗੁਰੂ ਖਾਲਸਾ ਜੀ, ਇਹਦੇ ਵਿੱਚ ਕੋਈ ਗਲਤੀ ਨਹੀਂ।
ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਚਾਰ ਉਦਾਸੀਆਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆਉਂਦੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਬਹੁਤ ਸਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੇ ਚਾਹੁੰਦੇ ਗੁਰੂ ਨਾਨਕ ਮਹਾਰਾਜ ਵਰਗਾ ਕੋਈ ਪ੍ਰਚਾਰਕ ਨਹੀਂ ਹੈ। ਆਖੋ ਸਤਨਾਮ। ਸਤਿਗੁਰੂ ਆਪ ਮਹਾਰਾਜ ਗੁਰੂ ਨੇ, ਸਮਰੱਥ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਮਾਲਾ ਲੈ ਕੇ ਤਾਂ ਸਾਰਾ ਸਾਰਾ ਦਿਹਾੜੀ ਸਤਿਗੁਰੂ ਸਾਰੀ ਦਿਹਾੜੀ ਇੱਦਾਂ ਨਹੀਂ ਬੈਠੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਖੇਤਾਂ 'ਚ ਜਾ ਕਰਕੇ ਅਤੇ ਜਿਹੜੀਆਂ ਡਿਊਟੀਆਂ ਸਨ, ਹਲ ਵਾਹਣੀ, ਡੰਗਰਾਂ ਨੂੰ ਸਾਧ ਸੰਗਤ ਜੀ ਉਹਨਾਂ ਨੂੰ ਦੇਖਣਾ, ਇੱਕ ਇੱਕ ਇਤਿਹਾਸਕ ਗ੍ਰੰਥਾਂ ਦੇ ਵਿੱਚ ਆਪ ਜਿਹਨਾਂ ਨੂੰ ਸਾਧ ਸੰਗਤ ਜੀ ਇਹਨਾਂ ਦੇ ਅੱਗੇ ਆਪ ਜੀਆਂ ਨੂੰ ਪਰੂਫ ਮਿਲਣਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਤੇ ਵਿਹਲੇ ਨਹੀਂ ਬੈਠੇ। ਉਮਰ ਵੱਧ ਚੁੱਕੀ ਸੀ, ਭਾਈ ਮਰਦਾਨਾ ਉਹਨਾਂ ਤੋਂ ਬਹੁਤ ਪਹਿਲਾਂ ਸਾਥ ਛੱਡ ਕੇ ਚਲੇ ਜਾਂਦੇ ਨੇ, ਸਰੀਰਕ ਵਿਛੋੜਾ ਦੇ ਦਿੰਦੇ ਨੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੇ ਚਾਹੁੰਦੇ ਤਾਂ ਹੱਥ 'ਚ ਮਾਲਾ ਲੈ ਕਰਕੇ ਤਾਂ ਇੱਦਾਂ ਹੀ ਬੈਠ ਜਾਂਦੇ। ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਗਜ਼ਾਮਪਲ ਦਿੱਤੀ ਹੈ ਕਿ ਤਿੰਨ ਜਿਹੜੇ ਸਿੱਖਾਂ ਦੇ ਮੁੱਢਲੇ ਸਾਧ ਸੰਗਤ ਜੀ ਹੁਕਮ ਨੇ ਉਹਨਾਂ ਵਿੱਚੋਂ ਇੱਕ ਹੈ ਕਿ ਕਿਰਤ ਕਰਨੀ ਹੈ। ਅੱਜ ਅਸੀਂ ਖਾਸ ਕਰਕੇ ਇੰਡੀਆ ਦਾ ਜਿਹੜਾ ਯੂਥ ਹੈ, ਮੈਂ ਬੇਨਤੀ ਕਰਨ ਲੱਗਾ, ਧਿਆਨ ਨਾਲ ਸੁਣਿਓ। ਚਾਹੋ ਇਹ ਹੈ ਕਿ ਜੀ ਕੀ ਲੋੜ ਹੈ, ਸ਼ਾਇਦ ਮੈਂ ਕੋਈ ਹੋਰ ਕੰਮ ਕਰ ਲਾਂ, ਕਿਤੇ ਇੱਥੇ ਚਲੇ ਜਾਂਦੇ ਹਾਂ ਕਿਤੇ ਉੱਥੇ, ਅਤੇ ਆਪਣੀ ਜਿਹੜੀ ਇਸ ਪੱਖੋਂ ਦੁਨਿਆਵੀ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਆਪਾਂ ਬਹੁਤ ਪਿੱਛੇ ਰਹਿ ਚੁੱਕੇ ਹਾਂ। ਧਿਆਨ ਦਿਓ, ਇਹੀ ਜਿਹੜਾ ਪ੍ਰਸੰਗ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਜ਼ਿਆਦਾ ਪਹਿਲ ਦਿੱਤੀ। ਜਿੱਥੇ ਵੀ ਕਵੀ ਦਰਬਾਰ ਸਜੇ, ਕਵੀ ਜਨਾਂ ਨੇ ਆਣ ਕੇ, 52 ਕਵੀ ਤਾਂ ਸਤਿਗੁਰੂ ਜੀ ਦੇ ਹਜ਼ੂਰੀ ਕਵੀ ਸਨ, ਅਣਗਿਣਤ ਕਵੀ ਆਣ ਕਰਕੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਕਵਿਤਾਵਾਂ ਪੇਸ਼ ਕਰਦੇ ਸਨ, ਗ੍ਰੰਥਾਂ ਦੇ ਭਾਰੇ ਭਾਰੇ ਗ੍ਰੰਥਾਂ ਦੇ ਸਤਿਗੁਰੂ ਜੀ ਦੇ ਸਮੇਂ ਉਹਨਾਂ ਦਾ ਤਰਜਮਾ ਹੁੰਦਾ ਸੀ। ਹਿਊਜ ਹਿਸਟੋਰੀਕਲ ਟੈਕਸਟ ਯੂਜ਼ ਟੂ ਗੈਟ ਟ੍ਰਾਂਸਲੇਟਡ ਇਨ ਦਾ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਤੇ ਸਤਿਗੁਰੂ ਜੀ ਨੇ ਉਸ ਵੇਲੇ ਇਸ ਨਿਯਮ ਜਿਹੜਾ ਸੀ ਚਾਲੂ ਕੀਤਾ ਕਿ ਜਿਹੜੇ ਸਿੱਖ ਜੋ ਕਵੀ ਜਨ ਆਉਂਦੇ ਸੀ, ਪੜ੍ਹੇ ਲਿਖੇ ਵਿਦਵਾਨ ਆਉਂਦੇ ਸੀ ਸਾਧ ਸੰਗਤ ਜੀ, ਉਹਨਾਂ ਨੂੰ ਬਹੁਤ ਵੱਡੀ ਕੀਮਤ ਮਹਾਰਾਜ ਜੀ ਨੇ ਉਹਨਾਂ ਦੇ ਗਿਆਨ ਦੇ ਅੱਗੇ ਭੇਟਾ ਰੂਪ 'ਚ ਰੱਖਦੇ ਹੁੰਦੇ ਸਨ। ਇਹ ਕੋਈ ਭੁਲੇਖੇ ਵਾਲੀ ਗੱਲ ਨਹੀਂ। ਮਹਾਰਾਜ ਜੀ ਨੇ ਐਸਾ ਸਿਸਟਮ ਬਣਾਇਆ ਕਿ ਮੇਰਾ ਖਾਲਸਾ ਹਰ ਪੱਖੋਂ ਪੂਰਾ ਹੋਵੇ, ਇਹ ਨਹੀਂ ਕਿ ਇਕੱਲਾ ਇੱਕ ਪੱਖ ਇਹਦਾ ਪੂਰਾ ਹੋਵੇ ਅਤੇ ਬਾਕੀ ਇਹਨੂੰ ਦੁਨੀਆ ਦੀ ਕੋਈ ਗੱਲ ਹੀ ਨਾ ਪਤਾ ਹੋਵੇ। ਹਾਂਜੀ, ਕਿ ਇਹ ਕਿਤੇ ਕੰਮ ਦਾ ਹੀ ਨਾ, ਗੁਰਦੁਆਰੇ ਦੇ ਵਿੱਚ ਸ਼ੇਰ ਹੋਵੇ ਅਤੇ ਬਾਹਰ ਜਾ ਕੇ ਤਾਂ ਇਹਨੂੰ ਕੱਖ ਗਿਆਨ ਨਹੀਂ ਨਾ। ਸਤਿਗੁਰੂ ਜੀ ਨੇ ਤਾਂ ਐਸਾ ਖਾਲਸਾ ਬਣਾਇਆ ਕਿ ਇਹਨੂੰ ਹਰ ਪੱਖੋਂ ਗਿਆਨ ਹੋਵੇ। ਮੈਂ ਥੋੜ੍ਹਾ ਜਿਹਾ ਆਪ ਜੀਆਂ ਨੂੰ, ਅਸੀਂ ਆਪ ਜੀ ਦੇ ਅੱਗੇ ਦੋ ਜੀ ਬੈਠੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ, ਭੈਣ ਜੀ ਆਪ ਜੀਆਂ ਦੇ ਬਾਰੇ ਵੀ ਦੱਸੇਗੀ। ਮੈਨੂੰ ਤਕਰੀਬਨ ਸਾਧ ਸੰਗਤ ਜੀ 15 ਸਾਲ ਲੱਗੇ ਪੜ੍ਹਾਈ ਕਰਦਿਆਂ, ਐਨਕਾਂ ਐਵੇਂ ਨਹੀਂ ਲੱਗੀਆਂ। ਪਿਛਲੇ ਸਾਲ ਮਾਸਟਰਸ ਦੀ ਐਪਲੀਕੇਸ਼ਨ ਕੀਤੀ ਅਤੇ ਮੈਂ ਹੁਣ ਮੇਰੀ ਸਪੈਸ਼ਲਾਈਜੇਸ਼ਨ ਦੀ ਪੜ੍ਹਾਈ ਵੀ ਕਰ ਰਿਹਾ ਹਾਂ। ਨਾਲ ਦੇ ਨਾਲ ਬੈਲੈਂਸ ਦੀ ਗੱਲ ਚੱਲ ਰਹੀ ਹੈ, ਜਿੱਥੇ ਵੀ ਸਮਾਗਮ ਦੇ ਸੱਦੇ ਆਉਂਦੇ ਪ੍ਰਚਾਰ ਕੀਰਤਨ ਦੇ, ਅਤੇ ਉੱਥੇ ਦੇਖੀਦਾ ਹੈ ਕਿ ਜੇ ਸਮਾਂ ਬਣਦਾ ਆ ਤਾਂ ਆਪ ਅਸੀਂ ਨਿਕਲ ਕੇ ਜਾ ਕੇ ਅਤੇ ਆਪ ਜੀਆਂ ਦੇ ਦਰਸ਼ਨ ਕਰਦੇ। ਮੇਰੀ ਸਿੰਘਣੀ ਨਾਲ ਹੈ, ਇਹ ਵੀ ਡਾਕਟਰ ਹੈ, ਅਤੇ ਜੇ ਅਸੀਂ ਆਪ ਜੀਆਂ ਦੇ ਬੱਚੇ ਇਹ ਚੀਜ਼ ਨੂੰ ਕਮਾ ਸਕਦੇ ਹਾਂ ਤਾਂ ਆਪ ਸਭ ਕਿਉਂ ਨਹੀਂ ਕਮਾ ਸਕਦੇ? ਸਾਨੂੰ ਖੰਭ ਨਹੀਂ ਲੱਗੇ, ਦੋ ਹੱਥ ਸਾਡੇ ਨੇ, ਦੋ ਪੈਰ ਸਾਡੇ ਨੇ, ਜਿੱਦਾਂ ਦਾ ਦਿਮਾਗ ਮੇਰਾ ਉੱਦਾਂ ਦਾ ਤੁਹਾਡਾ ਆ, ਉਹੀ ਰੂਪ ਹੈ, ਸਰੀਰਕ ਮਨੁੱਖ ਦਾ ਰੂਪ ਉਹੀ ਹੈ।
ਪਰ ਅੱਜ ਅਸੀਂ ਸਿੱਖੀ ਨੂੰ ਲੈ ਕੇ ਇੱਕ ਬਹਾਨੇਬਾਜ਼ੀ ਚੱਲ ਰਹੀ ਹੈ ਕਿ ਨਹੀਂ ਜੀ ਮੈਥੋਂ ਨਹੀਂ ਮਿਹਨਤ ਹੁੰਦੀ, ਕਿਰਤ ਨਹੀਂ ਹੁੰਦੀ। ਸਤਿਗੁਰੂ ਇਹਦਾ ਗੁਰਬਾਣੀ 'ਚ ਜਵਾਬ ਦਿੰਦੇ ਨੇ, ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਉੱਥੇ ਚਾਰ ਉਦਾਹਰਨਾਂ ਦਿੱਤੀਆਂ। ਭਗਤ ਨਾਮਦੇਵ ਜੀ ਕਹਿੰਦੇ ਨੇ, ਬੱਚਾ ਜਦੋਂ ਗੁੱਡੀ ਖੇਡਦਾ ਹੈ ਨਾ, ਧਿਆਨ ਦਿਓ, ਅਸੀਂ ਅੱਜ ਇਹਦਾ ਬਹਾਨਾ ਬਣਾਇਆ ਕਿ ਜੇ ਕਿਰਤ ਕਰਾਂਗਾ, ਜੇ ਪੜ੍ਹਾਈ ਕਰਾਂਗਾ ਤਾਂ ਮਹਾਰਾਜ ਦੇ ਨਾਲ ਮੇਰੀ ਲਿਵ ਟੁੱਟ ਜਾਏਗੀ, ਮੇਰੇ ਬੈਲੈਂਸ ਨਹੀਂ ਹੁੰਦਾ। ਧਿਆਨ ਸੁਣੋ, ਬੈਲੈਂਸ ਗੁਰਬਾਣੀ ਸਿਖਾਉਂਦੀ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਬਾਲ ਬੱਚਾ ਜਿਹੜਾ ਆ ਉਹ ਗੁੱਡੀ ਖੇਡ ਰਿਹਾ ਆ ਅਤੇ ਹੱਥ 'ਚ ਗੁੱਡੀ ਦੀ ਡੋਰੀ ਹੈ, ਆਪਣੇ ਸਾਥੀਆਂ ਨਾਲ ਗੱਲ ਵੀ ਕਰ ਰਿਹਾ ਆ ਸਾਧ ਸੰਗਤ ਜੀ, ਪਰ ਉਹਦਾ ਧਿਆਨ ਉਸ ਗੁੱਡੀ ਦੇ ਵਿੱਚ ਹੈ ਜਿਹੜੀ ਆਕਾਸ਼ 'ਤੇ ਚੜ੍ਹੀ ਹੈ, ਕਿਤੇ ਉਹ ਗੁੱਡੀ ਫਸ ਨਾ ਜਾਵੇ। ਉਹਦੀ ਡੋਰੀ ਹੱਥ ਵਿੱਚ ਹੈ ਪਰ ਧਿਆਨ ਉਸ ਗੁੱਡੀ ਵਿੱਚ ਹੈ। ਆਖੋ ਸਤਨਾਮ, ਚੀਤ ਸੋ ਡੋਰੀ ਰਾਖੀਅਲੇ ਮਨ ਰਾਮ ਨਾਮਾ ਬੇਦੀਅਲੇ, ਪੂਰਾ ਸ਼ਬਦ ਪੜ੍ਹੋ। ਮੈਂ ਸਮੇਂ ਦੇ ਹਿਸਾਬ ਨਾਲ ਅੱਗੇ ਅੱਗੇ ਜਾਵਾਂ। ਦੂਜਾ ਐਗਜ਼ਾਮਪਲ ਦਿੱਤਾ ਹੈ ਜਨਾਨੀਆਂ ਦਾ, ਮਾਵਾਂ ਭੈਣਾਂ ਦਾ, ਸਿਰ ਦੇ ਉੱਤੇ ਕੀ ਚੱਕਦੀਆਂ ਨੇ? ਗਾਗਰ, ਪਾਣੀ ਦੀ ਭਰੀ ਹੁੰਦੀ ਆ, ਆਪ ਇੰਡੀਆ 'ਚ ਤਾਂ ਆਮ ਦੇਖਣ ਨੂੰ ਮਿਲਦਾ ਹੈ। ਸਹੇਲੀਆਂ ਨਾਲ ਹੁੰਦੀਆਂ ਨੇ, ਉਹ ਗੱਲਾਂ ਕਰਦੀਆਂ ਨੇ, ਮਜ਼ਾਕ ਕਰਦੀਆਂ ਨੇ, ਹੱਸਦੀਆਂ ਖੇਡਦੀਆਂ ਨੇ, ਹੱਥ ਉੱਤੇ ਨਹੀਂ ਰੱਖੇ ਹੁੰਦੇ, ਹਾਂਜੀ। ਅਤੇ ਸਾਧ ਸੰਗਤ ਜੀ ਉਹ ਤੁਰਦੀਆਂ ਫਿਰਦੀਆਂ ਨੇ, ਗੱਲਾਂ ਕਰ ਰਹੀਆਂ ਨੇ, ਪਰ ਗਾਗਰ ਤੋਂ ਕਿਤੇ ਇੱਕ ਬੂੰਦ ਪਾਣੀ ਦਾ ਥੱਲੇ ਡੁੱਲ ਜਾਵੇ, ਕਿਉਂਕਿ ਧਿਆਨ ਸਭ ਕੰਮ ਕਰਦਿਆਂ ਵੀ ਉਹਨਾਂ ਦਾ ਧਿਆਨ ਹੈ ਕਿ ਮੇਰੇ ਸਿਰ ਦੇ ਉੱਤੇ ਗਾਗਰ ਹੈ, ਇਹਦੇ ਉੱਤੋਂ ਜਲ ਕਿਤੇ ਥੱਲੇ ਡੁੱਲ ਨਾ ਜਾਵੇ। ਦੂਜਾ ਉਦਾਹਰਣ। ਤੀਜਾ, ਸਤਿਗੁਰੂ ਜੀ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਭਗਤ ਸਾਹਿਬ ਕਹਿੰਦੇ ਨੇ ਕਿ ਗਊਂ ਦੀ ਉਦਾਹਰਣ ਦਿੱਤੀ ਹੈ। ਗਊਂ ਭਾਵੇਂ ਕਿਤੇ ਵੀ ਜਾ ਕੇ ਸਾਧ ਸੰਗਤ ਜੀ ਭੋਜਨ ਛਕਦੀ ਹੈ, ਆਪਣਾ ਧਿਆਨ ਪਿੱਛੇ ਹੁੰਦਾ ਆਪਣੇ ਵੱਛੇ ਵੱਲ, ਕਿਤੇ ਇਹ ਦੂਰ ਨਾ ਚੱਲਿਆ ਜਾਵੇ। ਅਤੇ ਚੌਥੀ ਉਦਾਹਰਣ ਸਾਧ ਸੰਗਤ ਜੀ, ਜਿਸ ਦੀ ਉਦਾਹਰਣ ਬਾਰ ਬਾਰ ਗੁਰਬਾਣੀ ਦਿੰਦੀ ਹੈ, ਇੱਕ ਮਾਂ ਦੇ ਹਿਰਦੇ ਦੀ ਉਦਾਹਰਣ। ਮਾਂ ਭਾਵੇਂ ਘਰ ਦੇ ਅੰਦਰ ਕੰਮ ਕਰਦੀ ਹੈ, ਘਰ ਦੇ ਬਾਹਰ ਕੰਮ ਕਰਦੀ ਹੈ, ਉਹਦਾ ਧਿਆਨ ਆਪਣੇ ਬੱਚੇ ਅੰਦਰ ਹੈ ਜਿਹੜਾ ਪੰਘੂੜੇ ਦੇ ਵਿੱਚ ਪਿਆ ਹੈ। ਜੇ ਕਿਤੇ ਰੋ ਪਰੇ ਤਾਂ ਮਾਂ ਦਾ ਚਿੱਤ ਉਸੀ ਵੇਲੇ ਖਿੱਚਿਆ ਜਾਂਦਾ ਹੈ। ਇਹ ਬੈਲੈਂਸ ਹੈ ਨਾ, ਹਾਥ ਕਾਮ ਹਾਥ ਪਾਓ ਸਭ ਚੀਤ ਨਿਰੰਜਨ ਰਾਖ। ਅੱਜ ਚਿੱਤ ਪਤਾ ਕਿਉਂ ਨਹੀਂ ਲੱਗ ਰਿਹਾ? ਜੇ ਚਿੱਤ ਸਾਰਾ ਸਾਰਾ ਦਿਨ ਅੱਠੇ ਪੈਰ ਲਾਉਣਾ ਹੈ ਤਾਂ ਪਹਿਲੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀ ਕੁੰਜੀ ਲਾਉਣੀ ਪੈਂਦੀ ਹੈ। ਆਖੋ ਸਤਨਾਮ, ਉਹ ਨਹੀਂ ਨਾ ਲੱਗੀ, ਲੱਗੀ ਹੈ? ਜੇ ਬੈਠੇ ਅੰਮ੍ਰਿਤ ਵੇਲੇ ਪਿਛਲ ਰਾਤੀ ਬੈਠ ਕੇ ਅਤੇ ਚੌਂਕੜਾ ਹੋਵੇ, ਘੰਟਾ ਡੇਢ ਘੰਟਾ ਜਿੰਨਾ ਵੀ ਗੁਰਸਿੱਖ ਵਾਹਿਗੁਰੂ ਜਾਪ ਕਰੇ ਸਾਧ ਸੰਗਤ ਜੀ, ਕਰਕੇ ਦੇਖੋ, ਦਿਹਾੜੀ 'ਚ ਅਚਨਚੇਤ ਮਨ ਵਾਪਸ ਵਾਹਿਗੁਰੂ ਦੇ ਚਰਨਾਂ 'ਚ ਜੁੜਦਾ ਹੈ। ਇਹ ਅਸੀਂ ਕੀਤੀਆਂ ਨਹੀਂ ਨਾ ਗੱਲਾਂ, ਤਾਂ ਸਾਨੂੰ ਲੱਗਦਾ ਪਤਾ ਨਹੀਂ ਵੀਰ ਜੀ ਕਿਤੋਂ ਆਕਾਸ਼ ਤੋਂ, ਅਸੀਂ ਇੱਥੇ ਮਹਾਂਪੁਰਖ ਸੰਤ ਨਹੀਂ ਆਪ ਜੀ ਦੇ ਅੱਗੇ ਬੈਠੇ, ਔਗਣ ਸਾਡੇ ਵਿੱਚ ਵੀ ਨੇ। ਆਪਾਂ ਪੜ੍ਹਿਆ ਸੀ ਨਾ, ਫਰੀਦਾ ਕਾਲੇ ਮੈਂਡੇ ਕਾਲਾ ਮੈਂਡਾ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿ, ਲੋਕ ਐਵੇਂ ਦਰਵੇਸ਼ ਸਮਝਦੇ ਨੇ। ਔਗਣਾਂ ਦੇ ਭਰਪੂਰ ਸਰੀਰ ਨੇ, ਪਰ ਗੁਰਬਾਣੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਬੈਲੈਂਸ ਪੋਸੀਬਲ ਹੈ। ਇੱਕ ਸਵਾਲ ਸੀ ਕਿ ਮੈਨੂੰ ਇਹ ਫੀਅਰ ਹੈ ਵੀਰ ਜੀ ਭੈਣ ਜੀ ਕਿ ਮੈਂ ਦੁਨਿਆਵੀ ਪੱਖੋਂ ਤੋਂ ਪਿੱਛੇ ਰਹਿ ਨਾ ਜਾਵਾਂ, ਫੀਅਰ ਆਫ ਮਿਸਿੰਗ ਆਊਟ, ਤੁਹਾਡੀ ਜਨਰੇਸ਼ਨ ਦੀ ਲੈਂਗੁਏਜ ਹੈ ਫੋਮੋ, ਹਾਂਜੀ। ਪਹਿਲਾਂ ਯੋਲੋ ਚੜ੍ਹਦੀ ਸੀ, ਹੁਣ ਫੋਮੋ ਆ ਗਈ ਹੈ। ਮੈਨੂੰ ਪੁੱਛਣਾ ਪਿਆ ਜੀ ਕਿ ਕੈਂਪ 'ਤੇ ਗਏ ਸੀ ਭੈਣ ਜੀ, ਮੈਨੂੰ ਪੁੱਛ ਰਹੀ ਸੀ ਤੁਹਾਨੂੰ ਕਿੱਦਾਂ ਪਤਾ, ਮੈਂ ਕਿਹਾ ਖਾਲਸਾ ਕੈਂਪ 'ਤੇ ਗਏ ਸੀ ਅਤੇ ਬੱਚਿਆਂ ਨੇ ਵਰਤਿਆ। ਮੈਨੂੰ ਪੁੱਛਣਾ ਪਿਆ ਫੋਮੋ ਕਿਹੜੀ ਚੀਜ਼ ਦਾ ਨਾਮ ਹੈ, ਸਿਆਣਿਆਂ ਨੂੰ ਨਹੀਂ ਪਤਾ, ਇਹ ਬੱਚਿਆਂ ਦੀ ਬੋਲੀ ਹੈ, ਨੌਜਵਾਨਾਂ ਦੀ। ਫੀਅਰ ਆਫ
ਮਿਸਿੰਗ ਆਊਟ, ਜੋ ਨੈੱਟ 'ਤੇ ਚੱਲ ਰਿਹਾ ਆ, ਮੈਂ ਵੀ ਇਹਨਾਂ ਵਰਗਾ ਹੋਵਾਂ ਕਿ ਦੁਨੀਆ ਅੱਗੇ ਲੰਘ ਰਹੀ ਹੈ, ਵਾਲ ਹੁਣ ਪਿੰਕ ਚੱਲ ਰਿਹਾ, ਮੈਂ ਵੀ ਵਾਲ ਪਿੰਕ ਕਰਾਂ, ਲੋਕਾਂ ਦੇ ਭਰਵੱਟੇ ਐਨ ਪਤਲੇ ਆ, ਮੈਂ ਵੀ ਇਹਨਾਂ ਨੂੰ ਕੱਟਾਂ। ਪਰਮੇਸ਼ਰ ਨੇ ਗਲਤੀ ਕੀਤੀ ਹੈ ਨਾ, ਸਾਨੂੰ ਜ਼ਿਆਦਾ ਪਤਾ। ਕੱਲ੍ਹ ਨੂੰ ਦੁਨੀਆ ਖੂਹ 'ਚ ਛਾਲ ਮਾਰੇਗੀ ਅਤੇ ਆਪਾਂ ਵੀ ਪਿੱਛੇ ਮਾਰਾਂਗੇ, ਕਿਉਂ ਮੈਂ ਕਿਉਂ ਪਿੱਛੇ ਰਵਾਂ। ਫੀਅਰ ਆਫ ਮਿਸਿੰਗ ਆਊਟ, ਪਰ ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਗੁਰੂ ਕਹਿੰਦੇ ਆ ਕਿ ਸਾਹਿਬ ਮੇਰਾ, ਇਹਦੀ ਸਿੱਖਿਆ ਕਦੀ ਪੁਰਾਣੀ ਹੋ ਹੀ ਨਹੀਂ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਬੈਲੈਂਸ ਸਿਖਾਉਂਦੇ ਨੇ, ਜੇ ਦੁਨੀਆ ਤੋਂ ਬੈਲੈਂਸ ਲੈਣਾ ਹੈ ਨਾ, ਘਰ ਤੋਂ, ਘਰ ਦੇ ਦਰਵਾਜ਼ੇ ਤੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਆਲੇ ਦੁਆਲੇ ਨਾਮ ਦੀ ਵਾੜ ਦੀ ਲੋੜ ਹੈ, ਨਾਮ ਦੇ ਪਹਿਰੇ ਦੀ ਲੋੜ ਹੈ। ਜੇ ਸਵੇਰੇ ਨਾਮ ਨਹੀਂ ਜਪਿਆ ਤਾਂ ਬਾਹਰ ਜਾ ਕੇ ਅੰਦਰ ਕੁਝ ਨਹੀਂ ਚੱਲੇਗਾ। ਜਪਿਆ ਹੋਇਆ ਨਾਮ ਅੱਗੇ ਜਾ ਕੇ ਫਲੀਭੂਤ ਹੁੰਦਾ ਹੈ। ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ। ਪਰ ਅੰਮ੍ਰਿਤ ਵੇਲੇ ਬੀਜ ਨਹੀਂ ਪੈ ਰਿਹਾ ਤਾਂ ਬੈਲੈਂਸ ਨਹੀਂ ਹੋ ਰਿਹਾ। ਹੁਣ ਭੈਣ ਜੀ ਥੋੜ੍ਹਾ ਚਾਨਣਾ ਪਾਏਗੀ। ਸੋ ਇਹ ਸਵਾਲ ਆਇਆ ਕਿੱਥੋਂ? ਸਭ ਤੋਂ ਪਹਿਲਾਂ ਇਹ ਵੀ ਸਵਾਲ ਹੈ, ਕਿੰਨੇ ਸਾਨੂੰ ਕਿਹਾ ਹੈ ਕਿ ਧਰਮ ਅਤੇ ਸੁਸਾਇਟੀ, ਜੇ ਇੱਕ ਚੀਜ਼ ਅਤੇ ਦੂਜੀ ਨਹੀਂ ਹੋ ਸਕਦੀ, ਇਹ ਕੁਸਚਨ ਹੀ ਕਿੱਥੋਂ ਆਇਆ? ਹਾਂਜੀ, ਅੱਛਾ, ਸੋ ਇਹ ਕਿੱਥੋਂ ਆਇਆ ਨਾ? ਸੋ ਵੀਰ ਜੀ ਕਹਿ ਰਹੇ ਸੀ, ਮੈਂ ਆਪਣੇ ਕੰਮ ਦਾ ਥੋੜ੍ਹਾ ਦੱਸ ਦੇਵਾਂ। ਮਤਲਬ ਵੀ ਬੀਨ ਥਰੂ ਜੋ ਬੱਚੇ ਲੰਘ ਰਹੇ ਉਸ ਟਾਈਮ 'ਚ, ਆਪਾਂ ਸਾਰੀ ਉਹ ਪੜਾਵਾਂ 'ਚੋਂ ਲੰਘਦੇ ਹਾਂ ਨਾ। ਪੜ੍ਹਾਈ ਵੇਲੇ ਸੀ ਕਿ ਅੱਛਾ ਹੁਣ ਸੰਗਤ 'ਚ ਜਾਈਏ ਨਾ ਜਾਈਏ। ਕੱਲ੍ਹ ਕੋਈ ਗੱਲ ਕਰ ਰਿਹਾ ਸੀ ਕਿ ਬਈ ਹਾਂ, ਉਹ ਕਹਿ ਰਹੇ ਸੀ ਮੇਰੇ ਪੇਰੈਂਟਸ ਨਹੀਂ ਜਾਣ ਦਿੰਦੇ ਸੰਗਤ ਵਿੱਚ, ਕੋਈ ਬੱਚਾ ਆ ਕੇ ਗੱਲ ਕਰ ਰਿਹਾ ਸੀਗਾ, ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿਉਂ ਤੈਨੂੰ ਇੱਦਾਂ ਲੱਗਦਾ? ਬੱਚਾ ਪੇਰੈਂਟਸ ਦੀ ਗੱਲ ਨਹੀਂ ਸਮਝ ਪਾਏਗਾ ਨਾ, ਅਤੇ ਪੇਰੈਂਟਸ ਬੱਚੇ ਦੇ ਭਲੇ ਲਈ ਕਹਿ ਰਹੇ ਨੇ, ਔਰ ਤੁਹਾਨੂੰ ਲੱਗੇਗਾ ਵੀ ਇਹ 'ਚ ਕੀ ਭਲਾ ਵੀ ਸੰਗਤ 'ਚ ਨਹੀਂ ਜਾਣਾ। ਉਹਨਾਂ ਨੂੰ ਕੀ ਇਸ਼ੂ ਹੈ ਕਿ ਜੇ ਬੱਚਾ, ਉਹਨਾਂ ਨੂੰ ਲੱਗਦਾ ਕਿ ਜੇ ਬੱਚਾ ਸਾਰਾ ਦਿਨ ਗੁਰਦੁਆਰੇ ਬੈਠਾ ਰਹੇਗਾ ਤਾਂ ਪੜ੍ਹੇਗਾ ਕਦੋਂ? ਆਪਣਾ ਕਰੀਅਰ ਵੱਲ ਕਦੋਂ ਧਿਆਨ ਦੇਗਾ? ਆਪਣੀਆਂ ਡਿਊਟੀਜ਼ ਕਦੋਂ ਫੁੱਲਫਿਲ ਕਰੇਗਾ? ਅਤੇ ਮੈਨੂੰ ਇਹ ਗੱਲ ਪੁੱਛੀ ਕਿ ਜੇ ਤੂੰ ਆਪਣੇ ਪੇਰੈਂਟਸ ਨਾਲ ਡੀਲ ਕਰ ਲਵੇਂ, ਤੇਰੀ ਡੀਲ ਹੈ ਕਿ ਮੇਰੇ 95% ਔਰ ਅਬਵ ਆਏਗਾ, ਇਹ ਮੇਰੀ ਜ਼ਿੰਮੇਵਾਰੀ ਕਿਵੇਂ ਹੋਏ, ਪਰ ਤੁਸੀਂ ਮੈਨੂੰ ਸੰਗਤ 'ਚ ਜਾਣ ਦਿਓ? ਡੀਲ ਹੋ ਗਈ? ਫਿਰ ਪੇਰੈਂਟਸ ਮਨਾ ਕਰਨਗੇ? ਉਹ ਫਿਰ ਹੱਸੇ ਕਿ ਇਹ ਤਾਂ ਔਖਾ ਕੰਮ ਹੈ। ਕੀ ਮਤਲਬ ਹੋਇਆ ਕਿ ਵੀ ਆਰ ਯੂਜ਼ਿੰਗ ਦੈਟ ਐਜ਼ ਐਨ ਐਕਸਕਿਊਜ਼ ਕਿ ਵੀ ਮੈਂ ਤਾਂ ਜੀ ਬਹੁਤ ਭਗਤ ਹਾਂ, ਅਤੇ ਮੈਂ ਬਾਕੀ ਕੰਮ, ਨਾ ਮੈਂ ਘਰ ਦੇ ਭਾਂਡੇ ਧੋਣੇ, ਨਾ ਮੈਂ ਪਾਣੀ ਦਾ ਗਲਾਸ ਕਿਸੇ ਨੂੰ ਫੜਾਉਣਾ, ਪਰ ਮੈਂ ਗੁਰਦੁਆਰੇ ਜਾ ਕੇ ਸਾਰਾ ਦਿਨ ਸੇਵਾ ਕਰਨੀ ਹੈ। ਗੁਰਮਤਿ ਦਾ ਰਾਹ ਇਹ ਨਹੀਂ ਸੀਗਾ ਕਿ ਅਸੀਂ ਉਹ ਛੱਡ ਕੇ ਆਪਣੀਆਂ ਰਿਸਪੋਂਸੀਬਿਲਿਟੀਜ਼ ਅਸੀਂ ਭੱਜ ਜਾਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਵਾਪਸ ਲੈ ਕੇ ਆਏ ਸੀਗੇ ਸਾਰਿਆਂ ਨੂੰ ਕਿ ਸੁਸਾਇਟੀ 'ਚ ਰਹਿ ਕੇ ਸੁਸਾਇਟੀ ਨੂੰ ਬਦਲੋ, ਤੁਹਾਡੀ ਕੁਛ ਦੇਣ, ਤੁਹਾਡੀ ਕੁਛ, ਤੁਹਾਡਾ ਧਰਮ ਹੈ ਕੁਛ, ਤੁਸੀਂ ਦੇਣਾ ਹੈ ਕੁਛ ਇਸ ਦੁਨੀਆ ਨੂੰ, ਇਸ ਸੰਸਾਰ ਨੂੰ। ਸਿਰਫ ਇੱਕ ਆਪਣੀ ਸਖਸ਼ੀ ਰਹਿਣੀ, ਇੱਕ ਪੰਥਿਕ ਰਹਿਣੀ ਦੀ ਆਪਾਂ ਰਹਿਤ ਮਰਿਆਦਾ 'ਚ ਗੱਲ ਕਰਦੇ ਹਾਂ ਨਾ, ਆਪਾਂ ਜ਼ਿਆਦਾ ਉੱਧਰ ਨਹੀਂ ਜਾਵਾਂਗੇ, ਪਰ ਅਸੀਂ ਉਹਨੂੰ ਨਾਲ ਨਾਲ ਲੈ ਕੇ ਚੱਲਣਾ। ਸੋ ਆਪਣੇ ਆਪ ਨੂੰ ਇੱਕ ਵਾਰ ਪੁੱਛੋ ਕਿ ਕਿੰਨੇ ਕਿਹਾ ਕਿ ਇਟਸ ਆਊਟ ਆਫ ਬੈਲੈਂਸ? ਅਤੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਅਸੀਂ ਪੜ੍ਹਦੇ ਸੀ, ਅਸੀਂ ਕੱਲ੍ਹ ਵੀ ਹੱਸ ਰਹੇ ਸੀ ਕਿ ਸਾਡਾ ਟੀਚਰ ਸਾਨੂੰ ਕਹਿੰਦਾ ਹੁੰਦਾ ਸੀ ਕਿ ਇਹਨੇ ਪੱਕਾ ਫੇਲ ਹੋਣਾ, ਕਿਉਂਕਿ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ ਸੀ ਕਿ ਇਹ ਦੇਸੀ ਜਿਹੇ ਬੰਦੇ ਆ ਗਏ ਨੇ। ਮਤਲਬ ਕਿ ਦੇਸੀ ਸਮਝਦੇ ਨਾ ਵੀ ਬਾਣੇ, ਮਤਲਬ ਬਾਣਾ ਨਹੀਂ, ਮਤਲਬ ਲਿਬਾਸ ਇਹਨਾਂ ਦੇ ਉੱਦਾਂ ਦੇ ਨੇ। ਹੁਣ ਮਾਫ਼ ਕਰਨਾ, ਜਦੋਂ ਅਸੀਂ ਇੱਥੇ ਪੰਜਾਬ ਦਾ, ਤਾਂ ਮੈਨੂੰ ਪਤਾ ਇੱਥੇ ਨਹੀਂ ਪਤਾ, ਉੱਥੇ ਕੋਈ ਪੰਜਾਬੀ ਨਹੀਂ ਬੋਲਦਾ, ਮਤਲਬ ਬੋਲਦੇ ਆ ਬਹੁਤ ਘੱਟ ਬੋਲਦੇ ਆ। ਲਿਬਾਸ ਉਹ ਨਹੀਂ ਲਿਆ ਜਿਹੜਾ ਪੰਜਾਬੀਆਂ ਦਾ ਲਿਬਾਸ ਹੁੰਦਾ ਸੀ,
ਅਤੇ ਜੇ ਕੋਈ ਪੰਜਾਬੀ ਲਿਬਾਸ ਪਾ ਕੇ ਅਤੇ ਪੰਜਾਬੀ ਬੋਲਦਾ ਨਾ ਤਾਂ ਉਹਨੂੰ ਸਿੱਧਾ ਇਹ ਪੁੱਛਦੇ ਆ, ਉਹ ਪਛਾਣ ਹੋ ਜਾਂਦੀ ਹੈ ਕਿ ਬੰਦਾ ਇੱਥੇ ਬਿਲੋਂਗ ਹੀ ਨਹੀਂ ਕਰਦਾ। ਮੈਨੂੰ ਲੱਗਦਾ ਇਸ ਤੋਂ ਬਹੁਤ ਦੁੱਖ ਵਾਲੀ ਗੱਲ ਹੈ ਕਿ ਜਿੱਥੇ ਬੇਸ ਫਾਊਂਡੇਸ਼ਨ ਪੰਜਾਬੀ ਪੰਜਾਬੀਅਤ ਔਰ ਸਾਡੇ ਲਿਬਾਸ ਤੋਂ ਪਤਾ ਲੱਗਦਾ ਸੀ ਕੌਣ ਆ, ਸਾਡੀਆਂ ਸੋਹਣੀਆਂ ਦਸਤਾਰਾਂ ਤੋਂ ਸਾਡੀ ਪਛਾਣ ਹੋਣੀ ਸੀ, ਉਹ ਉੱਡ ਪੁੱਟ ਗਿਆ ਸਾਰਾ ਕੁਛ। ਕਿਉਂ? ਬਿਕੋਜ਼ ਵੀ ਆਰ ਟਰਾਇੰਗ ਟੂ ਫਿਟ ਇਨ। ਇਹੀ ਹੈ ਨਾ ਫੋਮੋ ਵਾਲਾ ਗੱਲ ਕਿ ਮਿਸ ਆਊਟ ਕੁਸਚਨ ਹੈ, ਮਿਸ ਆਊਟ ਕਰਕੇ ਰਹੇ ਹੋ ਤੁਸੀਂ, ਸ਼ਰਾਬ ਪੀ ਕੇ ਡਿੱਗਣਾ ਮਿਸ ਕਰ ਰਹੇ ਹਾਂ, ਪੁੱਠੀ ਸੰਗਤ 'ਚ ਜਾਣਾ, ਫਿਰ ਬਾਅਦ ਵਿੱਚ ਸਾਰੀ ਉਮਰ ਰਿਗਰੈਟ 'ਚ ਜਿਹੜਾ ਮਿਸ ਆਊਟ, ਕੀ ਮਿਸ ਆਊਟ ਕਰ ਰਹੇ ਹਾਂ ਆਪਾਂ? ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਰਹਿਣੀ ਬਹਿਣੀ 'ਚ ਰਹਿ ਕੇ ਨਹੀਂ ਅਚੀਵ ਕਰ ਸਕਦੇ? ਸਾਨੂੰ ਵੀ ਇੱਦਾਂ ਕਿਹਾ ਜਾਂਦਾ ਸੀਗਾ, ਪਰ ਮੈਨੂੰ ਇੱਦਾਂ ਲੱਗਦਾ ਕਿ ਉਦੋਂ ਲੱਗਦਾ ਹੋਏਗਾ ਸਾਨੂੰ ਵੀ ਕਿ ਆਹ ਚੀਜ਼ਾਂ ਸਾਰੇ ਦੇ ਗੋਇੰਗ ਆਊਟ ਜਾਂ ਇਹ ਚੀਜ਼ਾਂ ਕਰ ਰਹੇ ਨੇ। ਕੁਛ ਕੁਛ ਕੁ ਕਹਿ ਲਓ ਅੰਮ੍ਰਿਤ ਦੀ ਦਾਤ ਮਿਲੀ ਹੋਣ ਕਰਕੇ ਉਹ ਜਿਹੜੀ ਰਹਿਤ ਸੀ ਨਾ, ਉਹਨੇ ਸਾਨੂੰ ਬਚਾ ਲਿਆ। ਆਪਾਂ ਆਮ ਕਹਿ ਦਿੰਦੇ ਹਾਂ ਮੇਰੇ ਕੋਲ ਰਹਿਤ ਨਹੀਂ ਰੱਖ ਹੋਣੀ, ਅੰਮ੍ਰਿਤ ਦੀ ਗੱਲ ਹੁੰਦੀ ਹੈ ਨਾ, ਕਹਿੰਦੇ ਬੱਚਾ ਛੋਟਾ ਜਾਂ ਮੇਰਾ ਵੀ ਹਾਲੇ ਦਾ ਸਿਸਟਮ ਹੈ, ਰਹਿਤ ਨਹੀਂ ਰੱਖ ਹੋਣੀ। ਆਈ ਹੈਵ ਨੈਵਰ ਫੈਲਟ ਦੈਟ ਆਈ ਕੀਪ ਰਹਿਤ। ਮੈਨੂੰ ਕਦੀ ਨਹੀਂ ਮਹਿਸੂਸ ਹੋਇਆ ਕਿ ਮੈਂ ਰਹਿਤ ਰੱਖਦੀ ਹਾਂ, ਮੈਨੂੰ ਹਮੇਸ਼ਾ ਇਹ ਮਹਿਸੂਸ ਹੋਇਆ ਕਿ ਰਹਿਤ ਨੇ ਮੈਨੂੰ ਰੱਖਿਆ ਹੋਇਆ। ਆਲਵੇਜ਼ ਆਈ ਫੈਲਟ ਦੈਟ। ਜੇ ਰਹਿਤ ਨੇ ਨਾ ਮੈਨੂੰ ਰੱਖਿਆ ਹੁੰਦਾ ਦੈਨ ਮੈਨੂੰ ਨਹੀਂ ਪਤਾ ਕਿੱਥੇ ਹੋਣਾ ਸੀ, ਕੀ ਹੋਣਾ ਸੀ। ਉਹ ਰਹਿਤ ਨੇ ਬਚਾ ਕੇ ਰੱਖ ਲਿਆ, ਭਾਵੇਂ ਧੱਕੇ ਨਾਲ ਹੀ ਬਚਾਇਆ, ਕਿਤੇ ਲੱਗਿਆ ਹੋਏਗਾ ਕਿ ਆਏ ਕਰਦੇ ਚੱਲ, ਯੂ ਨੋ ਮੈਂ ਵੀ ਕਰ ਲਾਂ ਉੱਥੇ। ਉਹ ਗੁਰੂ ਦੀਆਂ ਬਾਹਾਂ, ਉਹ ਰਹਿਤ, ਉਦੋਂ ਧੱਕਾ ਲੱਗਿਆ, ਹੋ ਸਕਦਾ ਲੱਗਾ ਹੋਏ 2-4 ਮਿੰਟ, 2 ਘੰਟੇ, 2 ਦਿਨ, 2 ਮਹੀਨੇ, ਵਟ ਐਵਰ, ਪਰ ਬਚਾ ਲਿਆ ਨਾ, ਹੈ ਨਾ, ਬਚਾ ਲਿਆ। ਤੁਸੀਂ ਇੱਦਾਂ ਕਹੋ ਵੀ ਗੁਰੂ ਦੀਆਂ ਬਾਹਾਂ ਨੇ ਮੈਨੂੰ ਫੜ ਕੇ ਰੱਖਿਆ, ਐਨੀ ਟਾਈਮ ਮੈਂ ਸਲਿਪ ਹੋਣ ਲੱਗਾ ਮੈਨੂੰ ਗੁਰੂ ਮੇਰੀ ਬਾਂਹ ਫੜ ਲੈਂਦੇ ਨੇ। ਜਿੱਦਣ ਅਸੀਂ ਇਹ ਦੇਖਣ ਲੱਗ ਜਾਵਾਂਗੇ ਨਾ, ਸਾਨੂੰ ਰਹਿਤ ਕਦੀ ਬੋਝ ਨਹੀਂ ਲੱਗੇਗੀ। ਵੀ ਵਿਲ ਨੈਵਰ ਫੀਅਰ ਆਊਟ ਔਨ ਮਿਸਿੰਗ ਕਿ ਕੀ ਦੁਨੀਆ ਕਰ ਰਹੀ ਹੈ, ਠੀਕ ਹੈ। ਅਤੇ ਇਹ ਚੀਜ਼ ਨੂੰ ਦੁਬਾਰਾ ਸੋਚਿਓ ਕਿ ਇਹ ਕੰਟਰਾਡਿਕਟਰੀ ਹੈ ਹੀ ਨਹੀਂ। ਇਹ ਜਿਹੜੀ ਤੁਹਾਡੀ ਪੜ੍ਹਾਈ ਹੈ, ਨੌਕਰੀ ਹੈ, ਪਰਿਵਾਰ ਹੈ ਅਤੇ ਧਰਮ ਹੈ, ਇੱਕ ਦੂਜੇ ਨੂੰ ਇੱਕ ਦੂਰ ਨਹੀਂ ਖਿੱਚ ਰਹੇ। ਜਦੋਂ ਉਹ ਹੋਏਗਾ ਤੁਹਾਡੀ ਲਾਈਫ 'ਚ ਬੈਲੈਂਸ ਵੱਧ ਜਾਏਗੀ, ਬਿਕੋਜ਼ ਤੁਸੀਂ ਉਹ ਟਾਈਮ ਜਿਹੜਾ ਖਰਾਬ ਕਰਨਾ ਸੀ ਕਿਤੇ ਹੋਰ ਜਾ ਕੇ, ਡਿਸਟਰੈਕਸ਼ਨਸ ਕਿੰਨੀਆਂ ਹੋਣੀਆਂ ਸੀ, ਉਹ ਤੁਹਾਡੀ ਯੂਅਰ ਇਨ ਮੈਡੀਟੇਟਿਵ ਸਟੇਟ। ਜਦੋਂ ਤੁਸੀਂ ਧਰਮ 'ਚੋਂ, ਤੁਸੀਂ ਮੈਡੀਟੇਟਿਵ ਸਟੇਟ 'ਚੋਂ, ਇਹ ਸਾਡੀ ਮੈਡੀਟੇਸ਼ਨ ਇੱਦਾਂ ਦੀ ਨਹੀਂ ਹੈ ਕਿ ਤੁਸੀਂ 1-2-4 ਘੰਟੇ ਕਰ ਲਈ, ਠੀਕ ਹੈ। ਸਾਨੂੰ ਆਪਾਂ ਉਹ ਅਸੀਂ ਕਲਟੀਵੇਟ ਕਰਦੇ ਹਾਂ, ਅੰਮ੍ਰਿਤ ਵੇਲੇ ਦੀ ਗੱਲ ਹੋਈ ਹੈ, ਪਰ ਉਹਨੂੰ ਅਸੀਂ ਸਾਰਾ ਦਿਨ ਫਿਰ ਉਹਦੇ 'ਚ ਹੋਰ ਬੀਜ ਪਾਉਣਾ, ਨਾਲ ਨਾਲ ਹੋਰ ਉਹਨੂੰ ਅੱਛੇ ਤਰੀਕੇ ਦੇ ਨਾਲ ਵੀ ਉਹ ਹੋਰ ਪੁੱਗੇ, ਹੋਰ ਨਰਿਸ਼ ਹੋਏ। ਉਹ ਅਸੀਂ ਜਦੋਂ ਹੱਸਦਿਆਂ, ਖੇਡਦਿਆਂ, ਤੁਰਦਿਆਂ, ਫਿਰਦਿਆਂ, ਉੱਠਦਿਆਂ, ਬੈਠਦਿਆਂ ਉਹ ਚੀਜ਼ ਸਾਡੇ 'ਚੋਂ ਪ੍ਰਗਟ ਹੋਏ, ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਪੜ੍ਹਾਈ ਵਧੀਆ ਨਹੀਂ ਹੋਏਗੀ? ਤੁਹਾਨੂੰ ਕੀ ਲੱਗਦਾ ਤੁਹਾਡੀ ਜੋਬ ਵਧੀਆ ਨਹੀਂ ਹੋਏਗੀ? ਜਿਹੜੇ ਟੀਚਰ ਸਾਨੂੰ ਕਹਿੰਦੇ ਸੀ ਨਾ ਕਿ ਤੁਸੀਂ ਫੇਲ ਹੋ ਜਾਣਾ, ਉਹ ਟੀਚਰਸ ਹੀ ਹੈਰਾਨ ਹੋ ਗਏ ਜਦੋਂ ਸਾਡੀ ਸਕੋਲਰਸ਼ਿਪ ਲੱਗੀ ਸੀਗੀ। ਸਕੋਲਰਸ਼ਿਪ ਸਿਰਫ 2-4 ਬੰਦਿਆਂ ਦੀ ਲੱਗਦੀ ਸੀ ਸਾਰੀ ਯੂਨੀਵਰਸਿਟੀ 'ਚ ਉਸ ਵੇਲੇ, ਕਿ ਜਦੋਂ ਤੁਹਾਡੀ ਪਹਿਲੇ ਸਮੈਸਟਰ 'ਚ ਜਾਂ ਦੂਜੇ ਸਮੈਸਟਰ 'ਚ ਤੁਹਾਡੇ ਉਹ ਗ੍ਰੇਡਸ ਆਉਂਦੇ ਨੇ ਅਤੇ ਗ੍ਰੇਡਸ ਦੇ ਬੇਸ 'ਤੇ ਤੁਹਾਡੀ ਸਕੋਲਰਸ਼ਿਪ ਲੱਗਦੀ, ਮੇਰਾ ਖਿਆਲ ਹੁਣ ਵੀ ਇੱਦਾਂ ਸਿਸਟਮ ਹੋਏਗਾ। ਅਤੇ ਫਿਰ ਉਹਦੇ ਹਿਸਾਬ ਨਾਲ ਤੁਹਾਡੀ ਸਾਰੀ ਪੜ੍ਹਾਈ ਅੱਗੇ ਇਟਸ ਬੀਨ ਲੁਕਡ ਆਫਟਰ। ਮਤਲਬ ਅਸੀਂ ਪੈਸੇ ਦਿੰਦੇ ਨਹੀਂ ਸੀ ਫੀਸ ਦੇ, ਅਸੀਂ ਕਮਾਉਂਦੇ ਸੀ, ਕਿਉਂਕਿ ਉਦੋਂ ਤਾਂ ਇੱਦਾਂ ਸਿਸਟਮ ਸੀ। ਅਤੇ ਉਸ ਤੋਂ ਬਾਅਦ ਮੇਰੀ ਜੋਬ ਰਿਜੈਕਟ ਹੋ ਗਈ ਸੀ ਪਹਿਲੀ ਜੋਬ, ਮਤਲਬ ਲੋਟਸ ਆਫ ਸਟੋਰੀਜ਼, ਅਸੀਂ ਉਹਦੇ 'ਚ ਨਹੀਂ ਜਾਣਾ, ਪਰ ਮੈਨੂੰ ਥੋੜ੍ਹਾ ਜਿਹਾ ਕਿਹਾ ਸੀ ਇਹਨਾਂ ਨੇ ਦੱਸਣ ਨੂੰ। ਪਹਿਲੀ ਜੋਬ ਕਿਉਂ ਰਿਜੈਕਟ ਹੋਈ ਸੀ? ਉਹਨਾਂ ਨੇ ਕਿਹਾ ਸੀ ਵੀ ਯੂ ਡੋਂਟ ਫਿਟ ਇਨ। ਅਤੇ ਮੇਰੇ ਕੋਲ ਦਸਤਾਰ ਦੀ ਬਖਸ਼ਿਸ਼ ਨਹੀਂ ਸੀ ਉਦੋਂ, ਮੈਂ ਸਿਰਫ ਸਿਰ 'ਤੇ ਦੁਪੱਟਾ ਹੀ ਲੈਂਦੀ ਸੀ, ਪੰਜਾਂ ਪੈਰਾਂ ਨੇ ਉਦੋਂ ਕਿਹਾ ਸੀ ਵੀ ਸਿਰ ਢੱਕ ਕੇ ਰੱਖਣਾ। ਸੋ ਆਈ ਵੈਂਟ ਫੋਰ ਮਾਈ ਇੰਟਰਵਿਊ ਅਤੇ ਉਹਨਾਂ ਨੇ ਰਿਜੈਕਟ ਕਰ ਦਿੱਤਾ। ਅਤੇ ਮੇਰੇ ਕੋਈ ਉਹਦੇ ਮੇਰੀ ਆਲਰੇਡੀ ਇੱਕ ਕਲਾਸਮੇਟ ਸੀ ਉਸੇ ਕੰਪਨੀ 'ਚ, ਅਤੇ
ਇਕੱਲੀ ਮੈਂ ਹੀ ਸੀ ਉਸ ਵੇਲੇ, ਮੇਰੀ ਮਾਸਟਰਸ ਹੋ ਗਈ ਸੀ, ਮੈਂ ਉਹਨੂੰ ਪੁੱਛਿਆ ਕਿ ਮੇਰੀ 'ਚ ਕਿਹੜੀ ਕਮੀ ਹੈ ਮੈਨੂੰ ਦੱਸੋ ਤਾਂ ਕਿ ਮੈਂ ਇੰਪਰੂਵ ਕਰਕੇ ਵਾਪਸ ਆ ਸਕਾਂ, ਆਈ ਨੀਡ ਅ ਜੋਬ, ਮੇਰੀ ਮਾਸਟਰਸ ਵੀ ਹੋ ਗਈ ਹੈ। ਉਹ ਮੈਨੂੰ ਉਹਨੇ ਦੱਸਿਆ ਨਹੀਂ, ਮੈਂ ਕਿਹਾ ਮਤਲਬ ਮੈਨੂੰ ਓਨੈਸਟ ਓਪੀਨੀਅਨ ਫੀਡਬੈਕ ਚਾਹੀਦਾ ਜਦੋਂ ਆਪਾਂ ਵੀ ਕੁਛ ਇੰਪਰੂਵ ਕਰਨਾ ਤਾਂ ਪੁੱਛਦੇ ਹਾਂ ਨਾ। ਸ਼ੀ ਸੈਡ ਤੂੰ ਕੱਲ੍ਹ ਨੂੰ ਪੁੱਟ ਯੂਰ ਹੇਅਰ ਡਾਊਨ, ਜਿੱਦਾਂ ਆਪਾਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ, ਅਤੇ ਜੋਬ ਇਜ਼ ਯੂਅਰਸ, ਮਤਲਬ ਕਿ ਤੂੰ ਜਿੱਦਾਂ ਦਾ ਥੋੜ੍ਹਾ ਵੈਸਟਰਨਾਈਜ਼ ਆਪਣੇ ਆਪ ਨੂੰ ਕਰਕੇ ਆ ਜਾ, ਯੂ ਡੋਂਟ ਫਿਟ ਇਨ ਆ ਕੰਪਨੀ, ਉਹਨੇ ਮੈਨੂੰ ਇੱਦਾਂ ਕਿਹਾ। ਕਹਿੰਦੇ ਮੇਰੇ ਬੋਸ ਨੇ ਮੈਨੂੰ ਇਹ ਗੱਲ ਕਹੀ ਹੈ, ਥੋੜ੍ਹਾ ਧੱਕਾ ਤਾਂ ਲੱਗਿਆ ਹੀ ਸੀ ਉਦੋਂ, ਜੋਬ ਇੱਕ ਹੀ ਸੀ, ਮਸੀ ਮਸੀ ਜੋਬ ਮਿਲਦੀ ਹੈ, ਆਈ ਸੀ ਇੱਕ, ਜੋ ਗੁਰੂ ਸਾਹਿਬ ਨੇ ਬਚਾ ਲਿਆ, ਰੈਤ ਨੇ ਬਚਾ ਲਿਆ। ਐਂਡ ਦੈਨ ਲੋਂਗ ਸਟੋਰੀ ਸ਼ੋਰਟ, ਬੜਾ ਕੁਛ ਵਿੱਚ ਹੋਇਆ, ਪਰ ਜਿਹੜੀ ਜੋਬ ਸਾਨੂੰ ਮਿਲੀ ਬਾਅਦ ਵਿੱਚ, ਉਹ ਕਿਉਂ ਮਿਲੀ? ਕਿਉਂਕਿ ਸਿਰ 'ਤੇ ਚੁੰਨੀ ਸੀ, ਰਾਈਟ? ਮੈਨੂੰ ਕਦੀ ਵਾਰੀ ਅਸੀਂ ਪਿੱਛੇ ਸੋਚਦੇ ਹਾਂ ਤਾਂ ਲੱਗਿਆ ਕਿ ਕਿਆ ਖੇਡਾਂ ਨੇ ਭਾਈ ਤੇਰੀਆਂ, ਵੀ ਕਿਆ ਹੈ ਉੱਥੇ ਨਹੀਂ ਅਤੇ ਉੱਥੇ ਮਿਲੀ ਦਾ, ਮਤਲਬ ਮੈਂ ਇੱਕ ਤੁਹਾਨੂੰ ਪੱਖ ਦੱਸ ਰਹੀ ਹਾਂ, ਹੋਰ ਬੜੇ ਪੱਖ ਨੇ। ਉਹ ਇਕੱਲੀ ਚੁੰਨੀ ਨਹੀਂ ਨਾ ਹੁੰਦੀ, ਉਹ ਤੁਹਾਨੂੰ ਬੜੀਆਂ ਚੀਜ਼ਾਂ ਤੋਂ ਹੋਰ ਬਚਾਉਂਦੀ ਹੈ। ਮੈਂ ਚੁੰਨੀ ਦੀ ਗੱਲ ਕਰ ਰਹੀ ਹਾਂ, ਤੁਹਾਡੇ ਕਕਾਰ ਨੇ, ਤੁਹਾਡਾ ਬਾਣਾ ਹੈ, ਤੁਹਾਡਾ ਜੀਵਨ ਹੈ, ਤੁਹਾਡੀ ਰਹਿਣੀ ਬਹਿਣੀ, ਉੱਠਣੀ ਸੁੱਟ, ਉੱਠਣਾ ਬੈਠਣਾ, ਸੋਚਣਾ, ਸਾਰਾ ਕੁਛ ਹੀ ਉਹਦੇ 'ਚ ਆ ਜਾਂਦਾ, ਪਰ ਜਿਹੜੀ ਤੋਂ ਸ਼ੁਰੂਆਤ ਹੁੰਦੀ ਹੈ ਨਾ। ਸੋ ਹੁਣ ਜਿਹੜੀ ਵੀਰ ਜੀ ਡਾਕਟਰ ਨੇ, ਮਤਲਬ ਇਟਸ ਨੋਟ ਈਜ਼ੀ ਟੂ ਬੀ ਡਾਕਟਰ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਭੈਣ ਜੀ ਵੀ ਡਾਕਟਰ ਨੇ, ਹੋਰ ਵੀ ਇੱਥੇ ਬੜੇ ਗੁਰਸਿੱਖ ਪਿਆਰੇ ਆਏ ਨੇ ਜਿਨ੍ਹਾਂ ਨੇ ਆਪਣੇ ਨਾਲ ਦੇ ਨਾਲ ਜਿਹੜੀ ਦੁਨਿਆਵੀ ਸੁਸਾਇਟੀ ਨੂੰ ਵੀ ਸੰਭਾਲਿਆ, ਨਾਲ ਸੇਵਾ 'ਚ ਵੀ ਲੱਗੇ ਹੋਏ ਨੇ, ਹੋਰ ਸਾਰੇ ਤੁਸੀਂ ਬੜੇ ਚੜ੍ਹਦੀ ਕਲਾ 'ਚ ਵਾਲੇ 'ਚੋਂ, ਮਤਲਬ ਵੀ ਆਰ ਨੋਟ ਐਨੀ ਸਪੈਸ਼ਲ, ਪਰ ਤੁਸੀਂ ਸਾਨੂੰ ਮਾਣ ਦੇ ਕੇ ਸਟੇਜ 'ਤੇ ਬਿਠਾ ਦਿੱਤਾ ਅਤੇ ਅਸੀਂ ਤਾਂ ਉਹ ਸ਼ੇਅਰ ਕਰ ਰਹੇ ਹਾਂ। ਆਈ ਐਮ ਸ਼ੋਰ ਯੂ ਆਲ ਹੈਵ ਯੂਰ ਓਨ ਸਟੋਰੀ। ਤਾਂ ਮੇਰੇ ਕੋਲ ਜਿਹੜੀ ਪੋਜੀਸ਼ਨ ਹੁਣ ਜੋਬ 'ਤੇ ਹੈਗੀ ਹੈ, ਉਹਦੇ 'ਤੇ ਮਤਲਬ ਉਹ ਪੋਜੀਸ਼ਨ ਕਿਸੇ ਕੋਲ ਵੀ ਨਹੀਂ ਹੈਗੀ। ਪਹਿਲੇ ਕਿਸੇ ਸਿੱਖ ਨੂੰ ਉਹ ਪੋਜੀਸ਼ਨ ਮਿਲੀ, ਮਿਲਟਰੀ ਦੇ ਵਿੱਚ ਸਕੁਆਡਰਨ ਲੀਡਰ ਦਾ ਮੇਰਾ ਰੈਂਕ ਹੈਗਾ। ਸੋ ਉਹਨਾਂ 'ਚ ਉਹ ਇੱਦਾਂ ਤੁਸੀਂ, ਮੈਂ ਨਟਸ਼ੈਲ 'ਚ ਤੁਹਾਨੂੰ ਇਹ ਦੱਸ ਦੇਵਾਂ, ਉਹ ਇਹ ਗੱਲ ਹੈਗੀ ਹੈ ਕਿ ਜਿਹੜੀ ਤੁਸੀਂ ਗੱਲ ਕਹਿਤੀ ਉਹਨਾਂ ਲਈ ਉਹ ਅਟੱਲ ਸੱਚ ਹੈ, ਹਾਲਾਂਕਿ ਸਾਨੂੰ ਪਤਾ ਹੁੰਦਾ ਕਿ ਇਟ ਕੈਨ ਚੇਂਜ, ਪਰ ਇੰਨਾ ਤੁਹਾਨੂੰ ਉਹ ਸਤਿਕਾਰ, ਸਟੇਟਸ ਅਤੇ ਮਾਣ ਦਿੰਦੇ ਨੇ, ਉਹ ਸਾਡਾ, ਤੁਹਾਨੂੰ ਕੀ ਲੱਗਦਾ? ਨੋਟ ਐਟ ਆਲ। ਅਸੀਂ ਕੌਣ ਆ? ਕੁਛ ਵੀ ਨਹੀਂ। ਉਹ ਗੁਰੂ ਦਾ ਜਿਹੜੀ ਦਿੱਤੀ ਬਖਸ਼ਿਸ਼ ਹੈ, ਉਹੀ ਅਸੀਂ ਬਖਸ਼ਿਸ਼, ਮੈਂ ਇਹ ਨਹੀਂ ਕਹਿ ਰਹੀ ਕਿ ਮੇਰੇ 'ਤੇ ਕੋਈ ਸਪੈਸ਼ਲ ਕਿਰਪਾ ਅਤੇ ਤੁਹਾਡੇ 'ਤੇ ਨਹੀਂ, ਉਹਨੂੰ ਫਿਰ ਉੱਧਰ ਨਾਲ ਲੈ ਕੇ ਜਾਇਓ। ਗੁਰੂ ਦੀ ਜਿਹੜੀ ਗੱਲ ਹੈ ਉਹ ਅਸੀਂ ਅੱਗੇ ਸ਼ੇਅਰ ਕਰਤੀ ਅਤੇ ਉਹ ਸਾਰੀ ਯੂਨੀਵਰਸ ਨੂੰ ਅੱਛੀ ਲੱਗਦੀ ਹੈ, ਗੁਰੂ ਦੀ ਗੱਲ ਹੀ ਇੰਨੀ ਪਿਆਰੀ ਹੈ, ਅਤੇ ਉਹਦੇ ਕਰਕੇ ਤੁਹਾਨੂੰ ਮਾਣ ਵਡਿਆਈ ਮਿਲਦੀ ਹੈ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਇਹ ਅਸੀਂ ਨਿਮਾਣੇ ਜੇ ਕੁਛ ਨਹੀਂ ਹੈ, ਪਰ ਇੱਕ ਵਾਰੀ ਸਰੈਂਡਰ 'ਤੇ ਕਰਕੇ ਦੇਖੀਏ, ਆਪਾਂ ਪੂਰੀ ਮਿਹਨਤ ਕਰਨੀ ਹੈ, ਜਿਹੜਾ ਵੀ ਸਾਨੂੰ ਸਾਡੀ ਜੋਬ ਹੈ, ਪੜ੍ਹਾਈ ਹੈ, ਜੇ ਕਿਸੇ ਕਾਰਨ ਕਰਕੇ ਤੁਹਾਨੂੰ ਲੱਗਦਾ ਕਿਤੇ ਕਿ ਮੈਨੂੰ ਇੱਥੇ ਕੰਪਰੋਮਾਈਜ਼ ਕਰਨਾ ਪੈਣਾ, ਦੈਟਸ ਯੋਰ ਟਾਈਮ ਟੂ ਡਿਸਾਈਡ। ਉਦੋਂ ਢਿੱਲੇ ਨਹੀਂ ਪੈਣਾ ਆਪਾਂ, ਕਦੀ ਨਾ ਸੋਚੋ ਕਿ ਮੇਰਾ ਰਸਤਾ ਬੰਦ ਹੋ ਜਾਏਗਾ। ਯੂ ਡੋਂਟ ਨੋ, ਇੱਕ ਬੰਦ ਹੋਏਗਾ, 100 ਖੁੱਲ ਜਾਣ, ਪਰ ਥੋੜ੍ਹਾ ਫੇਥ ਹੋ ਸਕਦਾ, ਥੋੜ੍ਹੀ ਔਖਿਆਈ 'ਚੋਂ ਵੀ ਲੰਘਣਾ ਪਏ, ਕਾਹਲੇ ਨਹੀਂ ਪੈਣਾ। ਵੀ ਕੈਨ ਸੇ ਸੋ ਮਚ ਮੋਰ, ਪਰ ਆਪਣਾ ਸਮਾਂ ਆਪਾਂ ਅੱਗੇ ਚੱਲਦੇ ਹਾਂ। ਅਤੇ ਨਾਲ ਹੀ ਕੁਸ਼ਚਨ ਸੀਗਾ ਕਿ ਘਰ ਦੇ ਵਿੱਚ ਕਈ ਵਾਰ ਨੈਗੇਟਿਵ ਇਨਵਾਇਰਮੈਂਟ ਹੁੰਦਾ, ਕਿ ਨੈਗੇਟਿਵ ਇਨਵਾਇਰਮੈਂਟ ਹੈਗਾ ਜਾਂ ਜੋਬ 'ਤੇ ਨੈਗੇਟਿਵ ਇਨਵਾਇਰਮੈਂਟ ਹੈਗਾ, ਉੱਥੇ ਕਈ ਵਾਰੀ ਲੈਂਗੁਏਜ ਮਾੜੀ ਹੁੰਦੀ ਹੈ, ਗਾਲਾਂ ਗੁਲਾਂ ਕੱਢਦੇ ਨੇ ਜਾਂ ਇੱਦਾਂ ਦੀ ਲੈਂਗੁਏਜ ਯੂਜ਼ ਕਰਦੇ ਨੇ ਕਿ ਜਿਹੜੀ ਸਾਨੂੰ ਇਫੈਕਟ ਕਰ ਸਕਦੀ ਹੈ। ਅਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਕਿੱਦਾਂ ਆਪਣੇ ਆਪ ਨੂੰ ਬੈਲੈਂਸ 'ਚ ਰੱਖਾਂ, ਉਹਨਾਂ ਨੂੰ ਬਿਨਾਂ ਗਾਲਾਂ ਕੱਢੇ, ਜਾਂ ਮਤਲਬ ਆਪਣੇ ਆਪ ਨੂੰ ਕਿਵੇਂ ਡਿਟੈਚ ਰੱਖਾਂ। ਅਤੇ ਇੱਕ ਛੋਟੀ ਜਿਹੀ ਇਗਜ਼ੈਂਪਲ ਜੇ ਅਸੀਂ ਸ਼ੇਅਰ ਕਰੀਏ, ਹਲਦੀ ਸਾਰਿਆਂ ਨੂੰ ਪਤਾ ਕੀ ਹੁੰਦੀ ਹੈ? ਹਲਦੀ ਪਤਾ ਨਾ, ਹਲਦੀ ਦਾ ਕਿਹੜਾ ਰੰਗ ਹੁੰਦਾ? ਪੀਲਾ।
ਜੇ ਹਲਦੀ ਤੁਹਾਡੇ ਹੱਥਾਂ ਨੂੰ ਲੱਗ ਜਾਏ ਤਾਂ ਕੀ ਹੁੰਦਾ? ਹੱਥ ਹਲਦੀ ਪਾਣੀ 'ਚ ਪਾ ਦਿਓ ਤਾਂ ਕੀ ਹੁੰਦਾ? ਪਾਣੀ ਨੂੰ, ਹਾਂਜੀ, ਪਾਣੀ ਯੈਲੋ ਪੀਲਾ ਹੋ ਜਾਂਦਾ। ਪਾਣੀ ਦਾ ਆਪਣਾ ਰੰਗ ਬਚਦਾ ਨਹੀਂ? ਬਚਦਾ ਨਾ। ਬਸ ਇਹੀ ਕਰਨਾ ਆਪਾਂ। ਹੁਣ ਡਿਪੈਂਡ ਕਰਦਾ ਕਿ ਤੁਹਾਡਾ ਰੰਗ ਗੂੜਾ ਹੈ ਕਿ ਉਹਨਾਂ ਦਾ ਰੰਗ ਗੂੜਾ ਹੈ, ਠੀਕ ਹੈ। ਅਸੀਂ ਗੁਰੂ ਕੋਲ ਜਾ ਜਾ ਕੇ ਇੰਨੇ ਗੂੜੇ 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 ਹੋ ਜਾਈਏ ਕਿ ਸਾਨੂੰ ਉਹ ਰੰਗ ਨਾ ਚੜ ਪਾਏ। ਅਸੀਂ ਇਹ ਕੁਸਚਨ ਇੱਦਾਂ ਆਇਆ ਕਿ ਵੀ ਮੀ ਗੈਟਿੰਗ ਅਫੈਕਟਿਡ, ਅਫੈਕਟ ਤਾਂ ਹੋਣਾ। ਜੇ ਅਸੀਂ ਕਹੀਏ ਕਿ ਤੁਸੀਂ ਅੱਖਾਂ ਬੰਦ ਕਰਕੇ ਤੁਰੀ ਜਾਓ, ਦੇਖੋ ਨਾ, ਸੁਣੋ ਨਾ, ਇਟਸ ਇੰਪੋਸੀਬਲ। ਤੁਸੀਂ ਸੋਸਾਇਟੀ 'ਚ ਰਹਿਣਾ, ਘਰ 'ਚ ਰਹਿਣਾ, ਇਹ ਤਾਂ ਲਾਸਟ ਥਿੰਗ ਹੈ ਕਿ ਅਸੀਂ ਤੁਹਾਨੂੰ ਕਹੀਏ ਕਿ ਉਹਨਾਂ ਨੂੰ ਛੱਡ ਦਿਓ, ਸਪੈਸ਼ਲੀ ਜੇ ਪਰਿਵਾਰ ਹੈ। ਮਾਫ਼ ਕਰਨਾ, ਇਹ ਵੀ ਬਹੁਤ ਚੱਲ ਰਿਹਾ। ਉਹ ਕਹਿੰਦਾ ਵੀ ਉਹ ਬੰਦਾ ਨਾ ਢਿੱਲਾ ਏ, ਮੇਰੇ ਵਾਂਗੂ ਨਿਤਨੇਮ ਨਹੀਂ ਕਰਦਾ, ਮੈਂ ਰਿਸ਼ਤਾ ਤੋੜਤਾ। ਮੇਰੇ ਵਾਂਗੂ ਦੀ ਰਹਿਤ ਨਹੀਂ, ਮੈਂ ਰਿਸ਼ਤਾ ਤੋੜਤਾ। ਮੇਰੇ ਵਾਂਗੂ ਗੁਰਦੁਆਰੇ ਸੇਵਾ ਨਹੀਂ ਕਰਦੇ, ਮੈਂ ਰਿਸ਼ਤਾ ਤੋੜਤਾ। ਉੱਥੇ ਤਾਂ ਹੋਰ ਜ਼ਿਆਦਾ ਪਿਆਰ ਕਰਨਾ ਸੀ ਤੁਹਾਡੇ ਵਰਗੀ ਰਹਿਤ ਬਣਾਉਣ ਲਈ, ਨਹੀਂ ਇਹ ਕਿ ਗੁਰੂ ਦੀ ਰਹਿਤ ਉਹ ਸਿੱਖ ਸਕੇ। ਆਪਾਂ ਇੰਨਾ ਪਿਆਰ ਦੇ ਨਾਲ ਜੋੜਨਾ ਸੀ। ਜੇ ਅਸੀਂ ਧੱਕੇ ਹੀ ਮਾਰੇ ਜਾਵਾਂਗੇ ਤਾਂ ਗੁਰੂ ਨਾਨਕ ਨੇ ਧੱਕੇ ਮਾਰੇ? ਉਹਨੇ ਤਾਂ ਜਾ ਜਾ ਕੇ ਉਹਨੂੰ ਗੱਲ ਵੱਕੜੀ ਲਾਇਆ ਜਿਹਨੂੰ ਕੋਈ ਵੀ ਨਹੀਂ ਲਾਉਂਦਾ ਸੀ। ਜਿੱਦਣ ਸਿੱਖਾਂ ਦੀ ਇਹ ਸੋਚ ਬਣ ਜਾਏਗੀ ਨਾ ਕਿ ਮੈਂ ਪਿਆਰ ਦੇ ਨਾਲ ਬੋਲਣਾ, ਪਿਆਰ ਦੇ ਨਾਲ ਜਾ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਹ ਮੈਸੇਜ ਦੇਣਾ, ਸਾਨੂੰ ਬੁਲਾ ਬੁਲਾ ਕੇ ਨਹੀਂ ਕਹਿਣਾ ਪਏਗਾ ਸਿੱਖ ਬਣੋ ਸਿੱਖ ਬਣੋ। ਸਾਡੇ 'ਚੋਂ ਸਿੱਖੀ ਉਹ ਵਰਤੇਗੀ, ਮਤਲਬ ਰੁਣ ਚੁਣ ਨਿਕਲੇਗੀ ਬਾਹਰ। ਐਵੇਂ ਜਦੋਂ ਹੋਏਗੀ ਤਾਂ ਤੁਹਾਨੂੰ ਵੇਖ ਕੇ ਜੀ ਕਰੇਗਾ, ਬੜਾ ਠੰਡ ਜੀ ਪੈਂਦੀ ਤੇਰੇ ਕੋਲੋਂ, ਬਈ ਹੂ ਆਰ ਯੂ, ਕੈਨ ਆਈ ਹੈਵ ਦ ਸੇਮ। ਭਾਈ ਲਹਿਣਾ ਜੀ ਨੂੰ ਕੀ ਮਿਲਦਾ ਸੀ, ਕਿਵੇਂ ਮਿਲਦਾ ਸੀ? ਇਹੀ ਸੀ ਕਿ ਕੀ ਲੱਭਦਾ ਮੈਨੂੰ, ਕਿੱਥੋਂ ਕਿੱਥੋਂ ਜਾ ਕੇ ਅਤੇ ਕਿੱਦਾਂ ਗੁਰੂ ਲੱਭਿਆ ਉਹਨਾਂ ਨੇ। ਆਪਾਂ ਭਾਈ ਸਿਹਾ ਜੀ ਦੀ ਸਾਖੀ ਆਉਂਦੀ, ਹੋਰ ਕਿੰਨੀਆਂ ਸਾਖੀਆਂ ਆਉਂਦੀਆਂ ਨਾ, ਗੁਰਸਿੱਖਾਂ ਦੇ ਥਰੂ ਹੀ ਮਿਲੇ ਨਾ, ਠੀਕ ਹੈ, ਫਿਰ ਹੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ। ਸੋ ਆਪਣੇ ਆਪ ਨੂੰ ਅਸੀਂ ਘਰ ਵਿੱਚ, ਸੋਸਾਇਟੀ 'ਚ, ਭਾਵੇਂ ਉਹ ਜੋਬ ਹੈ, ਇੰਨਾ ਗਰਾਊਂਡ ਇੰਨਾ ਸਟਰੋਂਗ ਕਰ ਲਈਏ, ਇੰਨਾ ਗੁਰੂ ਦਾ ਰੰਗ ਸਾਡੇ 'ਤੇ ਗੂੜਾ ਚੜ੍ਹ ਜਾਵੇ ਕਿ ਸਾਨੂੰ, ਅਸੀਂ ਉਹਨਾਂ ਨੂੰ ਕਰਸ ਨਹੀਂ, ਅਸੀਂ ਉਹਨਾਂ ਵਰਗੇ ਨਹੀਂ ਬਣਨਾ। ਇਫੈਕਟ ਜਾਂ ਤੁਸੀਂ ਆਪਣਾ ਦੇ ਦਿਓ ਉਹਨਾਂ ਨੂੰ ਜਾਂ ਉਹਨਾਂ ਦਾ ਲੈ ਲਓ, ਦੈਟ ਇਜ਼ ਯੋਰ ਚੋਇਸ। ਆਪਾਂ ਕਦੀ ਵੀ ਐਕਸਕਿਊਜ਼ ਨਹੀਂ ਯੂਜ਼ ਕਰਦੇ ਕਿ ਮੇਰੇ ਕਰ ਨਹੀਂ ਸਕਦੇ, ਵੀ ਮੇਰੇ ਘਰ ਦੇ ਇੱਦਾਂ ਨੇ ਤਾਂ ਇਸ ਕਰਕੇ ਮੈਂ ਨਹੀਂ ਕਰ ਸਕਦੀ, ਸਗੋਂ ਤੁਹਾਡੀ ਜ਼ਿੰਮੇਵਾਰੀ ਹੋਰ ਵਧੀਆ। ਅੱਛਾ, ਇੱਕ ਗੱਲ ਦੱਸੋ, ਇੱਥੇ ਤੁਸੀਂ ਕਈ ਕਈ ਸੰਗਤਾਂ ਆਈਆਂ ਨਾ, ਕਈ ਪਰਿਵਾਰਾਂ ਨਾਲ ਆਏ, ਕਈ ਇਕੱਲੇ ਆਏ, ਜੋ ਤੁਸੀਂ ਇੱਥੋਂ ਗੁਰੂ ਸਾਹਿਬ ਤੋਂ ਲੈ ਕੇ ਜਾ ਰਹੇ ਹੋ, ਮਤਲਬ ਹੁਣ ਜੋ ਤੁਹਾਨੂੰ ਮਿਲ ਰਿਹਾ ਰਾਈਟ ਨਾਓ, ਕੀ ਤੁਹਾਡੇ ਪਰਿਵਾਰ ਨੂੰ ਹੁਣੇ ਮਿਲ ਰਿਹਾ ਇਨ ਦਿਸ ਮੂਮੈਂਟ ਆਫ ਟਾਈਮ? ਨਹੀਂ ਮਿਲ ਰਿਹਾ। ਕਿਹਦੀ ਜ਼ਿੰਮੇਵਾਰੀ ਵੱਧ ਹੈ, ਤੁਹਾਡੀ ਕਿ ਉਹਨਾਂ ਦੀ? ਤੁਹਾਡੀ ਕਿਉਂ ਵੱਧ ਹੈ? ਤੁਹਾਡੀ ਵੱਧ ਹੈ ਬਿਲਕੁਲ, ਕਿਉਂਕਿ ਤੁਹਾਡੇ ਕੋਲ ਖਜ਼ਾਨਾ ਇਹ ਹੈ ਜਿਹੜਾ ਉਹਨਾਂ ਨੂੰ ਹਾਲੇ ਨਹੀਂ ਮਿਲਿਆ, ਅਤੇ ਤੁਸੀਂ ਕਹੋ ਮੈਂ ਆਪਣੀ ਜੇਬ ਸਾਂਭ ਕੇ ਰੱਖਣੀ ਹੈ, ਮੈਂ ਤਾਂ ਜੀ ਸ਼ੇਅਰ ਹੀ ਨਹੀਂ ਕਰਨਾ, ਇਹ ਤਾਂ ਗਲਤ ਕੰਮ ਹੈ ਨਾ ਸਿਸਟਮ। ਤੁਹਾਡੀ ਜੇ ਜੇਬ ਜ਼ਿਆਦਾ ਭਰੀ ਹੈ ਨਾ ਤਾਂ ਤੁਹਾਡੀ ਰਿਸਪੋਂਸੀਬਿਲਿਟੀ ਵੀ ਵੱਧ ਗਈ ਨਾਲ। ਹੁਣ ਤੁਸੀਂ ਜਾ ਕੇ ਆਪਣੇ ਫਰਜ਼ ਹੋਰ, ਤੁਸੀਂ ਉਦੋਂ ਸਮਾਗਮ ਤੋਂ ਘਰ ਜਾ ਕੇ ਮਿੱਠਾ ਮਿੱਠਾ ਬੋਲੋਗੇ, ਪਿਆਰ ਦਿਓਗੇ, ਉਹਨਾਂ ਨੇ ਕਹਿਣਾ ਕਿੱਥੇ ਗਿਆ ਸੀ, ਰੋਜ਼ ਆਇਆ ਕਰ, ਰਾਈਟ? ਜਾ ਕੇ ਕੌੜਾ ਬੋਲਾਂਗੇ, ਇਹਨਾਂ ਨੂੰ ਕਹਿਣਾ ਮੈਂ ਵੀ ਨਹੀਂ ਜਾਣਾ ਅਤੇ ਤੂੰ ਵੀ ਨਾ ਜਾ ਕੇ ਤਾਂ। ਸੋ ਮੈਸਿਵ ਰਿਸਪੋਂਸੀਬਿਲਿਟੀ, ਗੁਰਦੁਆਰੇ ਸਾਹਿਬ ਆਉਣਾ, ਘਰ ਜਾਣ ਤੋਂ ਪਹਿਲਾਂ ਸੋਚ ਕੇ ਜਾਣਾ ਮੈਂ ਘਰ ਜਾ ਕੇ ਬਿਹੇਵ ਕਿੱਦਾਂ ਕਰਨਾ, ਮੇਰੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ, ਕਿਉਂਕਿ ਉਹਨਾਂ ਨੇ ਕਹਿਣਾ ਤੇਰਾ ਗੁਰੂ ਕਿੱਦਾਂ ਦਾ? ਗੱਲ ਕਿੱਥੇ ਆਉਂਦੀ ਹੈ, ਸੋਚ ਕੇ ਦੇਖੋ, ਗੁਰੂ 'ਤੇ ਆਉਂਦੀ ਹੈ ਨਾ। ਆਪਾਂ ਕਹਿੰਦੇ ਨਹੀਂ ਕਿਸੇ ਮਿੱਤਰ ਨੂੰ ਮਿਲ ਕੇ ਤੁਸੀਂ ਘਰ ਜਾਓ, ਘਰ ਜਾ ਕੇ ਲੜਾਈ ਝਗੜਾ ਕਰੋ, ਕੀ ਕਹੇਗੇ ਤੁਹਾਡੇ ਘਰ ਦੇ ਬੰਦੇ? ਡੋਂਟ ਗੋ ਦੇਅਰ ਅਗੇਨ, ਉਹ ਫਿਰ ਰਿਦਮ ਬਣ ਜਾਏਗੀ। ਇੱਦਾਂ ਹੁੰਦਾ ਨਾ, ਇੱਥੇ ਸੇਵਾ 2 ਘੰਟੇ ਕਰਕੇ ਆਪਾਂ ਘਰ ਜਾ ਕੇ ਕਹਿੰਦੇ ਹਾਂ ਟੇਬਲ 'ਤੇ ਪੈਰ ਰੱਖ ਕੇ, ਲਿਆਓ ਪਾਣੀ ਦਾ ਗਲਾਸ, ਰਾਈਟ? ਭਾਂਡੇ ਨਹੀਂ ਚੁੱਕ ਹੁੰਦੇ, ਯੂ ਨੋ ਆਲ ਦੈਟ ਸੋਰਟ ਆਫ ਸਟੱਫ, ਵਟ ਆਰ ਵੀ ਸੇਇੰਗ ਦੈਨ?
ਉਹ ਕਹਿੰਦੇ ਇਹੋ ਜਿਹੇ ਗੁਰਦੁਆਰੇ ਮੈਂ ਨਹੀਂ ਜਾਣਾ। ਮੈਸਿਵ ਰਿਸਪੋਂਸੀਬਿਲਿਟੀ ਇੱਕ ਇੱਕ ਦੀ, ਅਸੀਂ ਸਾਰੇ ਪ੍ਰਚਾਰਕ ਆ, ਕਿੱਦਾਂ ਜੋ ਜੋ ਆਪਣਾ ਘਰ ਜਾ ਕੇ ਸੁਸਾਇਟੀ 'ਚ ਜਾ ਕੇ ਜਦੋਂ ਸਾਡੀ ਬੋਲ ਬਾਣੀ ਸਾਰਾ ਬਿਹੇਵੀਅਰ ਚੇਂਜ ਹੋ ਜਾਏਗਾ ਨਾ, ਸਿੱਖੀ ਦਾ ਪ੍ਰਚਾਰ ਐਵੇਂ ਹੋਏਗਾ ਕਿ ਕਦੀ ਸੋਚਿਆ ਵੀ ਨਹੀਂ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬੀਜ ਲਾਇਆ ਉੱਦਾਂ ਦਾ। ਸੋ ਆਪਣਾ ਰੰਗ ਗੂੜਾ ਕਰੀਏ ਤਾਂ ਕਿ ਉਹ ਚੀਜ਼ ਸਾਨੂੰ ਇਫੈਕਟ ਨਾ ਕਰੇ। ਅੱਗੇ ਚੱਲੀਏ, ਨਾਲ ਹੀ ਸਵਾਲ ਹੈਗਾ, ਆਈ ਥਿੰਕ ਇਹ ਕਵਰ ਹੋ ਗਿਆ ਕਿ ਹਾਊ ਡੂ ਆਈ ਸਟੇ ਫੋਕਸਡ, ਵੀ ਨੈਗੇਟਿਵ ਬੰਦੇ ਮੇਰੇ ਪਰਿਵਾਰ ਦੇ ਵਿੱਚ ਨੇ ਅਤੇ ਵੀ ਮੈਂ ਉਹਨਾਂ ਤੋਂ ਡਿਟੈਚ ਕਿੱਦਾਂ ਹੋ ਜਾਵਾਂ, ਉਹਨਾਂ ਨੂੰ ਛੱਡ ਦੇਵਾਂ। ਅਤੇ ਨਾਲ ਹੀ ਇੱਕ ਸਵਾਲ ਆਇਆ ਸੀ ਕਿ ਕਈਆਂ ਦੇ ਪਰਿਵਾਰਾਂ 'ਚ ਉਹਨਾਂ ਨੇ ਲਿਖਿਆ ਕਿ ਸਾਡੀ ਜਿੱਦਾਂ ਬਚਪਨ, ਇਹ ਵੱਡਿਆਂ 'ਤੇ ਵੀ ਲਾਗੂ ਹੋ ਸਕਦੀ ਚੀਜ਼, ਕਿ ਸਾਨੂੰ ਮਾਰ ਕੁੱਟ ਬਹੁਤ ਹੋਈ ਜਾਂ ਇੱਦਾਂ ਦਾ ਮਾਹੌਲ ਸਾਡੀ ਸੁਸਾਇਟੀ 'ਚ ਰਿਹਾ ਕਿ ਸਾਡੇ ਨਾਲ ਕੁਛ ਗਲਤ ਕੰਮ ਹੋਏ। ਇੱਕ ਟਰੋਮਾ ਸਮਝਦੇ, ਇੱਕ ਟਰੋਮਾ ਸਾਡੇ ਅੰਦਰ ਬੈਠਾ ਹੋਇਆ, ਇੱਕ ਦੁੱਖ ਬੈਠਾ ਹੋਇਆ, ਅਸੀਂ ਕਿੱਦਾਂ ਉਹਦੇ 'ਚੋਂ ਬਾਹਰ ਨਿਕਲੀਏ, ਅਸੀਂ ਭੁੱਲ ਨਹੀਂ ਸਕਦੇ। ਤੁਸੀਂ ਮੈਨੂੰ ਲੱਗਦਾ ਸਾਰੀ ਇਸ ਚੀਜ਼ ਨੂੰ ਸਮਝ ਪਾ ਰਹੇ ਹੋ ਕਿ ਅਸੀਂ ਕੁਸ਼ਚਨ, ਅਸੀਂ ਇੱਦਾਂ ਕੀਤਾ ਸੀ, ਕੁਸ਼ਚਨ ਸਾਡੇ ਕੋਲ ਬਹੁਤ ਜ਼ਿਆਦਾ ਕੁਸ਼ਚਨ ਸੀ, ਅਸੀਂ ਉਹਨਾਂ ਦਾ ਇੱਕ ਇੱਕ ਸਬਜੈਕਟ ਬਣਾ ਲਿਆ ਤਾਂ ਕਿ ਅਸੀਂ ਹਰ ਇੱਕ ਸਟੋਰੀ ਨਾ ਪੜ੍ਹੀਏ ਅਤੇ ਇੱਕ ਸਬਜੈਕਟ ਨੂੰ ਅਸੀਂ, ਹੋ ਸਕਦਾ ਕਿ ਤੁਹਾਨੂੰ ਆਪਣੇ ਆਂਸਰ ਇਹਦੇ 'ਚੋਂ ਮਿਲ ਜਾਣਗੇ ਮਹਾਰਾਜ ਕਿਰਪਾ ਕਰਨ। ਇੱਕ ਗੁਰਮਤ ਦੇ ਵਿੱਚ ਬਹੁਤ ਉੱਚਾ ਸੁੱਚਾ ਕੌਨਸੈਪਟ ਹੈ, ਕਾਹਦਾ? ਖਿਮਾ ਦਾ। ਖਿਮਾ ਨੂੰ ਕਹਿ ਦਿੰਦੇ ਆਪਾਂ ਫਰਗਿਵਨੈਸ, ਮਾਫ਼ ਕਰ ਦੇਣਾ ਅਤੇ ਨਾਲ ਕੀ, ਮਾਫ਼ੀ ਮੰਗ ਲੈਣੀ। ਹਾਂ, ਦੋਨੋਂ ਚੀਜ਼ਾਂ ਨਾਲ ਦੀ ਨਾਲ ਚੱਲਦੀਆਂ ਨੇ। ਇਕੱਲਾ ਇਹ ਨਹੀਂ ਕਿ ਮੈਂ ਵੱਡੇ ਹੋ ਕੇ ਮਾਫ਼ ਹੀ ਕਰਨਾ, ਮਾਫ਼ੀ ਜਿਹਨੂੰ ਮੰਗਣੀ ਨਹੀਂ ਆਉਂਦੀ ਉਹ ਮਾਫ਼ ਕਰ ਵੀ ਨਹੀਂ ਸਕਦਾ, ਐਂਡ ਵਾਈਸ ਵਰਸਾ, ਦੋਨੋਂ ਚੀਜ਼ਾਂ ਨਾਲ ਨਾਲ ਚੱਲਣਗੀਆਂ। ਆਈ ਯੂ ਫੋਕਸ? ਇੱਥੇ ਹੀ ਹੋ ਸਾਰੇ? ਠੀਕ ਹੈ, ਠੀਕ ਹੈ। ਵਾਹਿਗੁਰੂ, ਵਾਹਿਗੁਰੂ। ਹਾਂ, ਥੋੜ੍ਹੇ ਆਪਾਂ ਸੁਚੇਤ ਹੋ ਕੇ ਬੈਠੀਏ। ਫੋਰਗਿਵਨੈਸ, ਇਹ ਬਹੁਤ ਬਾਣੀ 'ਚ ਬਹੁਤ ਕੁਛ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਹੈਗਾ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਇੱਕ ਹੋਰ ਕਿਹੜਾ ਸਲੋਕ ਹੈ? ਜਹਾਂ ਖਿਮਾ ਤਹਿ ਆਪ। ਹਾਂ, ਉਹ ਵੀ ਪੜ੍ਹ ਦਿਓ ਜੇ ਕਿਸੇ ਨੂੰ ਯਾਦ ਹੈ। ਅਖੀਰ 'ਚ ਆਉਂਦਾ ਵੀ ਜਹਾਂ ਖਿਮਾ ਤਹਿ ਆਪ, ਤਾਂ ਉਹਦਾ ਇੱਦਾਂ ਅਸੀਂ ਕਹੀਏ। ਮੈਨੂੰ ਇੰਨੀ ਕੁ ਸਮਝ ਲੱਗੀ ਸੀ ਕਿ ਫਰਗਿਵ ਉਹੀ ਕਰ ਸਕਦਾ, ਮਾਫ਼ ਉਹੀ ਕਰ ਸਕਦਾ ਜਿੱਥੇ ਵਾਹਿਗੁਰੂ ਦਾ ਵਾਸਾ ਹੋ ਗਿਆ। ਜੇ ਤੁਸੀਂ ਮਾਫ਼ ਕਰ ਪਾ ਰਹੇ ਹੋ ਨਾ, ਮਤਲਬ ਕਿ ਪਰਮੇਸ਼ਰ ਜੀ ਤੁਹਾਡੇ ਹਿਰਦੇ 'ਚ ਆ ਗਏ। ਹੁਣ ਕੌਣ ਨਹੀਂ ਚਾਹੁੰਦਾ ਪਰਮੇਸ਼ਰ ਸਾਡੇ ਹਿਰਦੇ 'ਚ ਆਏ? ਚਾਹੁੰਦੇ ਆਪਾਂ ਸਾਰੇ ਹੀ, ਫਿਰ ਮਾਫ਼ ਕਰ ਪਾਵਾਂਗੇ? ਨਹੀਂ, ਫਿਰ ਇਹਦਾ ਮਤਲਬ ਹਾਲੇ ਹਿਰਦਾ ਤਿਆਰ ਨਹੀਂ ਹੋਇਆ ਪਰਮੇਸ਼ਰ ਲਈ ਨਾ। ਉਹ ਇਹਦੇ 'ਚ ਥੋੜ੍ਹੇ ਜਿਹੇ ਇੱਕ ਦੋ ਪੁਆਇੰਟਸ ਨੇ। ਫਰਗਿਵਨੈਸ ਦਾ ਮਤਲਬ ਬਿਲਕੁਲ ਨਹੀਂ ਹੈ ਕਿ ਫਰਗੈਟ ਕਰ ਦਿਓ। ਮਾਫ਼ੀ ਕਰਨ ਦਾ ਮਤਲਬ ਇਹ ਨਹੀਂ ਕਿ ਭੁੱਲ ਜਾਓ, ਇਹ ਨਹੀਂ ਕੋਈ ਧੱਕਾ, ਕਿਉਂਕਿ ਤੁਸੀਂ ਫੋਰਸ ਨਹੀਂ ਕਰ ਸਕਦੇ ਆਪਣੇ ਬ੍ਰੇਨ ਨੂੰ ਭੁੱਲਣ ਲਈ। ਭੁੱਲਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਫਿਰ ਆਪਣੇ ਆਪ ਨੂੰ ਅਲਾਓ ਕਰ ਸਕਦੇ ਹੋ ਕਿ ਤੁਹਾਡੇ ਨਾਲ ਉਹ ਚੀਜ਼ ਦੁਬਾਰਾ ਹੋਏ, ਤੁਸੀਂ ਉਸ ਚੀਜ਼ ਤੋਂ ਕੁਝ ਸਿੱਖਿਆ ਨਹੀਂ। ਫਰਗਿਵਨੈਸ ਦਾ ਮਤਲਬ ਹੈ ਕਿ ਹਾਂ, ਇਹ ਇੱਕ ਪਾਰਟ ਹੈ ਮੇਰੀ ਲਾਈਫ ਦਾ, ਪਰ ਮੈਂ ਇਹਨੂੰ ਪਾਰਕ ਕਰਤਾ। ਪਾਰਕ ਸਮਝਦਾ ਵੀ ਮੈਂ ਇਹਨੂੰ ਡੱਬੇ 'ਚ ਬੰਦ ਕਰਕੇ ਇੱਕ ਪਾਸੇ ਰੱਖ ਦਿੱਤਾ, ਹੁਣ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇੱਕ ਮੇਰੀ ਮੈਮਰੀ ਹੈ, ਨਾ ਇਹ ਗੁੱਡ ਮੈਮਰੀ ਨਾ ਬੈਡ ਮੈਮਰੀ ਹੈ, ਕਿਉਂਕਿ ਮੈਂ ਕੀ ਕੀਤਾ, ਛੱਡਿਆ ਪਰੇ। ਤੁਸੀਂ ਇਮੈਜਿਨ ਕਰੋ, ਤੁਸੀਂ ਟਰੈਵਲ ਦੀ ਕੱਲ੍ਹ ਵੀ ਐਗਜ਼ਾਮਪਲ ਦਿੱਤੀ ਸੀ, ਤੁਹਾਡੇ ਮੋਢਿਆਂ 'ਤੇ ਬਹੁਤ ਭਾਰ ਹੈ। ਜਦੋਂ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰ ਪਾਉਂਦੇ, ਸਾਡੇ ਮੋਢਿਆਂ 'ਤੇ ਭਾਰ ਹੈ, ਇਨਵਿਜ਼ੀਬਲ ਬੈਗੇਜ, ਜਿਹੜਾ ਕਿ ਬਹੁਤ ਹੀ ਜ਼ਿਆਦਾ ਭਾਰਾ ਹੈ। ਕੋਈ ਤੁਹਾਨੂੰ ਚੰਗਾ ਲੱਗਦਾ ਭਾਰ ਚੁੱਕ ਕੇ ਤੁਰਨਾ? ਕਿਤੇ ਵੀ ਤੁਸੀਂ ਮਾਰਕੀਟ ਜਾਣਾ ਹੈ, ਕਿਤੇ ਕੋਈ ਨਹੀਂ ਬੰਦਾ ਕਹਿੰਦਾ ਦੂਜੇ ਨੂੰ ਫੜਾਓ ਹਮੇਸ਼ਾ, ਪਰ ਤੁਹਾਨੂੰ ਪਤਾ ਤੁਸੀਂ ਸਾਰੇ ਭਾਰ ਚੱਕ ਕੇ ਤੁਰ ਰਹੇ ਹੋ, ਜਿਹੜਾ ਕਿ ਸਾਨੂੰ ਰੂਹਾਨੀਅਤ ਤੋਂ ਦੱਬ ਰਿਹਾ ਥੱਲੇ। ਉਹ ਕਿਹੜਾ ਹੈ? ਲੋਕਾਂ ਦਾ ਭਾਰ। ਸ਼ੀ ਸੈਡ, ਹੀ ਸੈਡ, ਦੇ ਡਿਡ, ਉਹਨੇ ਆਹ ਕੀਤਾ, ਉਹਨੇ ਆਹ ਕੀਤਾ, ਆਹ ਹੋਇਆ ਮੇਰੇ ਨਾਲ, ਅਤੇ ਸਾਰੀ ਉਮਰ ਅਸੀਂ ਉਹਨਾਂ ਨੂੰ ਕੋਸਦੇ ਹੀ ਰਹਿੰਦੇ ਹਾਂ। ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਈ ਵਾਰੀ,
ਅਸੀਂ ਲੋਕਾਂ ਦਾ ਭਾਰ ਫ੍ਰੀ 'ਚ ਉਹਨਾਂ ਲਈ ਚੁੱਕ ਕੇ ਤੁਰ ਰਹੇ ਹਾਂ, ਇਹ ਨਾ ਹੋਏ ਕਿ ਭਾਰ ਨਾਲ ਹੀ ਲੈ ਜਾਈਏ, ਇੱਥੇ ਛੱਡ ਜਿਓ ਅੱਜ। ਟਰੋਮਾ ਇਜ਼ ਦੇਅਰ, ਪਰ ਅਸੀਂ ਮਾਫ਼ ਕਦੋਂ ਜਦੋਂ ਕਰਨਾ ਨਾ, ਇਹ ਨਹੀਂ ਅਸੀਂ ਕਹਿੰਦੇ ਕਿ ਤੁਸੀਂ ਦੂਸਰੇ ਨੂੰ ਮਾਫ਼ ਕੀਤਾ ਅਤੇ ਉਹਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਜੋ ਮਰਜ਼ੀ ਕਰੇ, ਇਹਦਾ ਮਤਲਬ ਇਹ ਨਹੀਂ ਹੈ। ਮਾਫ਼ੀ ਤੁਸੀਂ ਆਪਣੇ ਲਈ ਕਰ ਰਹੇ ਹੋ ਕਿਉਂਕਿ ਤੁਸੀਂ ਸੁਰਖਰੂ ਹੋ ਗਏ, ਤੁਸੀਂ ਵਿਹਲੇ ਹੋ ਗਏ, ਯੂ ਆਰ ਲਾਈਟ, ਉੱਡਦੇ ਫਿਰੋਂਗੇ, ਪਰ ਕਰਕੇ ਦੇਖਣਾ ਪਏਗਾ। ਗੁਰੂ ਸਾਹਿਬ ਨੂੰ ਦੇ ਦਿਓ ਆਪਣੀ ਪਰੇਸ਼ਾਨੀ, ਮੈਂ ਮਾਫ਼ ਕੀਤਾ, ਮੈਂ ਛੱਡਿਆ, ਮੈਂ ਉਹਦੇ ਤੋਂ ਲੈਸਨ ਲਰਨ ਕਰ ਲਿਆ, ਪਰ ਮੈਂ ਪਰਮੇਸ਼ਰ ਜੀ ਲਈ ਆਪਣਾ ਹਿਰਦਾ ਤਿਆਰ ਕਰਨਾ ਅਤੇ ਉਹਦੇ ਲਈ ਮੈਨੂੰ ਮਾਫ਼ੀ ਕਰਨੀ ਹੀ ਪਏਗੀ। ਸੋ ਆਈ ਥਿੰਕ ਇਹਦੇ 'ਚ ਕਵਰ ਹੋ ਗਿਆ। ਅੱਛਾ, ਨਾਲ ਦਾ ਕੁਸ਼ਚਨ ਵੀ ਹੈ ਕਿ ਇਹਨਾਂ ਨੇ ਕੁਸ਼ਚਨ, ਇਹਦੇ 'ਚ ਨਾ 15 ਸਵਾਲ ਸੀ ਇੱਕ ਹੀ ਪੇਪਰ 'ਤੇ, ਸੋ ਉਹਦੇ 'ਚ ਅਸੀਂ ਇੱਕ ਦੋ ਲਿਖਿਆ। ਇੱਕ ਇਹਨਾਂ ਨੇ ਲਿਖਿਆ ਵੀ ਮੈਰਿਡ ਕਪਲ ਦੀਆਂ ਰਿਸਪੋਂਸੀਬਿਲਿਟੀਜ਼। ਹੁਣ ਇਹ ਫੁੱਲ ਫਲੈਜ ਇੱਕ ਸਾਰੀ ਦਿਹਾੜੀ ਦਾ ਲੈਕਚਰ ਹੈ, ਤਾਂ ਵੀ ਨਹੀਂ ਗੱਲ ਬਣੀ, ਇਹ ਸਬਜੈਕਟ ਹੀ ਇੱਦਾਂ ਦਾ, ਰਾਈਟ? ਪਰ ਜਿੰਨਾ ਕੁ ਜੇ ਅਸੀਂ ਇਹ ਸਮਝ ਲਈਏ ਕਿ ਜਿਹੜਾ ਕੋਨਸੈਪਟ ਅਸੀਂ ਲਾਵਾਂ 'ਚ, ਸਾਰੀਆਂ ਲਾਵਾਂ ਆਪਾਂ ਪੜ੍ਹਦੇ ਹਾਂ, ਆਪਾਂ ਸੂਹੀ ਮਹੱਲਾ ਚੌਥਾ, ਉਹ ਸਟੈਪ ਬਾਏ ਸਟੈਪ ਸਾਨੂੰ ਇੱਕ ਤਰੀਕਾ ਦੱਸਿਆ ਗੁਰੂ ਸਾਹਿਬ ਨੇ। ਵੈਸੇ ਤਾਂ ਉਹ ਮਿਲਾਪ, ਇਲਾਹੀ ਮਿਲਾਪ ਦੀ ਗੱਲ ਹੈ, ਪਰ ਅਸੀਂ ਉਹਨੂੰ ਵਰਤਦੇ ਹਾਂ ਤਾਂ ਕਿ ਸਾਡਾ ਜੀਵਨ ਜਿਹੜਾ ਸੁਖਾਲਾ ਲੰਘ ਜਾਵੇ। ਉਹ ਕਹਿੰਦੇ ਨਾ, ਲੱਡੂ ਖਾਧਾ ਅਤੇ ਪਛਤਾਇਆ, ਨਹੀਂ ਖਾਇਆ ਅਤੇ ਪਛਤਾਇਆ, ਉਹ ਇਹੀ ਵਾਲਾ ਸਿਸਟਮ ਹੀ ਹੈ ਕਿ ਦੋਨੋਂ ਪਾਸੇ ਹੀ ਐਵੇਂ ਆ। ਪਰ ਜੇ ਅਸੀਂ ਉਸ 'ਚ, ਸਾਨੂੰ ਗ੍ਰਸਤ ਪ੍ਰਧਾਨ ਸਾਡੇ 'ਚ ਨਾ, ਜੇ ਇਹਦੇ 'ਚ ਹੈ ਤਾਂ ਫਿਰ ਕਿਉਂ ਨਾ ਬਲਿਸਫੁੱਲ ਜੀਵਨ ਹੋਏ। ਤੁਸੀਂ ਸੋਚੋ, ਇੱਕ ਘਰ ਦੇ ਵਿੱਚ ਪ੍ਰਾਣੀ ਰਹਿ ਰਹੇ ਨੇ, ਭਾਵੇਂ ਉਹ ਮਾਤਾ ਪਿਤਾ, ਹਸਬੈਂਡ ਵਾਈਫ, ਬੱਚੇ ਨੇ, ਜੇ ਘਰ 'ਚ ਕਲੇਸ਼ ਹੈ, ਤੁਹਾਡਾ ਜੀ ਕਰਦਾ ਘਰ ਜਾਣ ਨੂੰ? ਨਹੀਂ ਕਰਦਾ। ਅਤੇ ਇੱਕ ਹੀ ਤਾਂ ਘਰ ਹੈ, ਕਿੱਥੇ ਜਾਏ ਬੰਦਾ ਫਿਰ? ਜ਼ਿੰਦਗੀ ਨਰਕ ਹੈ, ਹੋਰ ਕਿਹੜਾ ਨਰਕ ਲੱਭਣਾ ਆਪਾਂ? ਨਰਕ ਹੈ ਜ਼ਿੰਦਗੀ। ਜਿਨ੍ਹਾਂ ਨੇ, ਜਿਨ੍ਹਾਂ ਨੂੰ ਇਸ ਚੀਜ਼ ਨੂੰ ਐਕਸਪੀਰੀਅੰਸ ਹੈ, ਦੇ ਵਿਲ ਅੰਡਰਸਟੈਂਡ ਵਟ ਆਮ ਸੇਇੰਗ। ਅਤੇ ਜੇ ਘਰ 'ਚ ਪਿਆਰ ਹੈ, ਸ਼ਾਂਤੀ ਹੈ, ਇੱਕ ਇਤਫਾਕ ਹੈ, ਇੱਕ ਮਿਊਚੁਅਲ ਅੰਡਰਸਟੈਂਡਿੰਗ ਹੈ, ਰਿਸਪੈਕਟ ਹੈ, ਤਾਂ ਘਰ ਸਵਰਗ ਹੈ, ਪੂਰਾ ਸਵਰਗ ਹੈ। ਛੋਟੀਆਂ ਛੋਟੀਆਂ ਚੀਜ਼ਾਂ ਚੱਲ ਹਾਓ, ਕੋਈ ਕੋਈ ਗੱਲ ਨਹੀਂ ਹੁੰਦਾ ਨਾ। ਕੈਨ ਯੂ ਫਾਈਂਡ ਅ ਪਰਫੈਕਟ ਪਾਰਟਨਰ? ਕੋਈ ਇੱਦਾਂ ਦੀ ਚੀਜ਼ ਹੈਗੀ ਹੈ ਕਿ ਵੀ ਇਹਦੇ 'ਚ ਸਭ ਠੀਕ ਹੈ 100%? ਤੁਸੀਂ ਇੱਦਾਂ ਮੰਨਣਾ, ਪਰ ਹੋਏ ਭਾਵੇਂ ਨਾ, ਜੋ ਤੁਹਾਨੂੰ ਮਿਲ ਗਿਆ ਨਾ, ਉਹ ਕਿਆ ਗੱਲ ਆਇਓ ਪੂਛ ਪਰ ਵੇਲ ਨਾ ਜੋ ਹੈ ਕੰਤ ਤੂੰ, ਹੈ ਨਾ। ਫੁੱਲਾਂ ਕੀ, ਉਹ ਕਹਿੰਦੇ ਵੀ ਇੰਨੇ ਸੋਹਣੇ ਸੋਹਣੇ ਫੁੱਲ ਨੇ ਇਸ ਦੁਨੀਆ 'ਚ, ਪਰ ਜਿਹੜੀ ਤੈਨੂੰ ਵੇਲ ਮਿਲ ਗਈ ਨਾ, ਤੇਰੇ ਲਈ ਉਹੀ ਪਰਫੈਕਟ ਹੈ। ਜਿੰਨਾ ਮਰਜ਼ੀ ਕੋਈ ਹੋਰ ਪਿਆਰਾ, ਉੱਤਮ ਸੁੱਚਮ, ਬਹੁਤ ਗੁਣਾਂ ਵਾਲਾ, ਤੇਰੇ ਲਈ ਉਹ ਫੁੱਲ ਪਰਫੈਕਟ ਫੁੱਲ ਹੈ। ਤੂੰ ਉਹਨੂੰ ਹੀ ਸਜਾਉਣਾ ਹੈ, ਉਹਦਾ ਹੀ ਧਿਆਨ ਰੱਖਣਾ ਹੈ, ਠੀਕ ਹੈ? ਉਹ ਪਰਫੈਕਟ ਹੈ ਕਿ ਨਹੀਂ, ਹੂ ਕੇਅਰਸ, ਤੇਰੇ ਲਈ ਉਹੀ ਪਰਫੈਕਟ ਹੈ। ਜਿੱਦਾਂ ਅਸੀਂ ਇਹ ਸੋਚ ਲਾਂਗੇ ਨਾ, ਤੁਸੀਂ ਕਹੋ ਵੀ ਮੈਨੂੰ ਇੱਥੇ ਇਹ ਮੇਰੀ ਜਿਹੜੀ ਕੰਪੈਨੀਅਨਸ਼ਿਪ ਮਿਲੀ ਹੈਗੀ ਹੈ ਨਾ, ਮੈਂ ਇਹਦੇ 'ਚ ਇੰਨਾ ਇਨਵੈਸਟ ਕਰਨਾ, ਇਨਵੈਸਟ ਮਤਲਬ ਸਮਝਦੇ ਹੋ ਕਿ ਉਹਦੇ 'ਚ ਮੈਂ ਟਾਈਮ ਪਾਉਣਾ, ਕੁਆਲਿਟੀ ਟਾਈਮ ਹੈ, ਜਿੱਦਾਂ ਵੀ ਅਸੀਂ ਪੈਸੇ 'ਚ ਇਨਵੈਸਟ ਕਰਦੇ ਹਾਂ, ਹੋਰ ਚੀਜ਼ਾਂ 'ਚ ਇਨਵੈਸਟ ਕਰਦੇ ਹਾਂ, ਤਾਂ ਕਿ ਸੁਖਾਲਾ, ਪੀਸਫੁੱਲ, ਬਲਿਸਫੁੱਲ ਬਣਿਆ ਰਹੇ। ਦੈਟਸ ਦਾ ਆਈਡੀਆ। ਉਹਦੇ 'ਚ ਇੱਕ ਦੋ ਗੱਲਾਂ ਸਿਰਫ ਤੁਹਾਡੇ ਨਾਲ ਸ਼ੇਅਰ ਕਰਾਂਗੇ, ਬਾਕੀ ਇਸ ਲੌਂਗ ਚੈਪਟਰ ਅਸੀਂ ਵੀ ਸਿੱਖ ਰਹੇ ਹਾਂ। ਪਹਿਲੀ ਗੱਲ ਇਹ, ਕਮਿਊਨੀਕੇਸ਼ਨ, ਤੁਹਾਡੀ ਕਮਿਊਨੀਕੇਸ਼ਨ ਹੈ ਉਹਨਾਂ ਦੇ ਨਾਲ? ਇੱਦਾਂ ਨਾ ਹੋਏ ਕਿ ਕਮਿਊਨੀਕੇਸ਼ਨ ਇੱਦਾਂ ਦੀ ਹੈ ਬਈ ਇਹਦੇ ਨਾਲ ਕਮਿਊਨੀਕੇਸ਼ਨ ਹੋ ਰਹੀ ਹੈ ਅਤੇ ਉੱਧਰ ਹੂੰ ਹੋਈ ਜਾਏ, ਦੈਟਸ ਨੈਗੇਟਿਵ। ਇਹਦੇ 'ਤੇ ਹੀ ਲੈਕਚਰ 4 ਘੰਟੇ ਦਾ ਹੋ ਜਾਣਾ, ਬਿਕੋਜ਼ ਰਿਸ਼ਤੇ ਟੁੱਟਦੇ ਪਏ ਨੇ ਨਾ, ਆਪਾਂ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਰਹੇ। ਕਮਿਊਨੀਕੇਸ਼ਨ ਫਿੱਕੀ ਹੈ, ਕੁਆਲਿਟੀ ਟਾਈਮ ਨਹੀਂ ਹੈ। ਕਮਿਊਨੀ, ਤੁਹਾਨੂੰ ਪਤਾ ਅੱਜ ਦੇ ਦਿਨ 'ਚ ਤੁਹਾਡੇ ਵੀ ਚੱਲਦਾ ਹੋਣਾ,
ਵੈਸਟਰਨ ਸਾਈਕੋਲੋਜੀ ਦੇ ਵਿੱਚ ਕਮਿਊਨੀਕੇਸ਼ਨ ਦੇ ਕੋਰਸ ਕੀਤੇ ਜਾ ਰਹੇ ਨੇ ਔਰ ਥਾਊਜ਼ੰਡਸ ਆਫ ਪਾਊਂਡਸ ਦਿੱਤੇ ਜਾ ਰਹੇ ਨੇ ਤਾਂ ਕਿ ਤੁਹਾਨੂੰ ਕੋਈ ਸਿਖਾਏ ਕਿ ਕਮਿਊਨੀਕੇਸ਼ਨ ਕਿੱਦਾਂ ਕਰਨੀ ਹੈ। ਆਪਾਂ ਜਪਜੀ ਸਾਹਿਬ 'ਚ ਕਿੰਨੀਆਂ ਪੌੜੀਆਂ ਸੁਣਦਿਆਂ ਸੁਣਿਆ ਦੀਆਂ ਕਿੰਨੀਆਂ, ਕਿਉਂ ਇੰਨਾ ਐਮਫਸਿਸ, ਸੋਚਿਆ ਕਦੀ ਇੰਨਾ ਐਮਫਸਿਸ ਕਿਉਂ ਦਿੱਤਾ ਗੁਰੂ ਮਹਾਰਾਜ ਨੇ? ਫਿਰ ਉਹਦਾ ਰਿਜ਼ਲਟ ਵੀ ਦੱਸਿਆ, ਨਾਨਕ ਭਗਤਾਂ, ਫਿਰ ਕੀ ਹੋਏਗਾ, ਫਿਰ ਕੋਈ ਕਲੇਸ਼ ਬਚਿਆ? ਉਹ ਤਰੀਕਾ ਵੀ ਦੱਸ ਦਿੱਤਾ ਸੁਣਿਆ ਕਿੱਦਾਂ ਸੁਣਨਾ, ਉਹ ਵਾਲਾ ਸੁਣਨਾ ਨਹੀਂ ਹੈ। ਉੱਧਰ ਵੀ ਵਰਡਲੀ ਦੁਨੀਆ ਵੀ ਸਹੀ ਹੋ ਜਾਏਗੀ ਅਤੇ ਇਲਾਹੀ ਦੁਨੀਆ ਵੀ ਸੁਣੀ ਹੋ ਜਾਏਗੀ ਜਿੰਨਾ ਸੁਣਿਆ। ਇਹਨੂੰ ਦੁਬਾਰਾ ਤੁਸੀਂ ਕੱਲ੍ਹ ਜਦੋਂ ਜਾਂ ਜਦੋਂ ਵੀ ਜਪਜੀ ਸਾਹਿਬ ਦੀ ਬਾਣੀ ਦੁਬਾਰਾ ਪੜ੍ਹੋਗੇ ਨਾ, ਉਹਦੇ 'ਤੇ ਕੰਟੈਂਪਲੇਟ ਕਰਿਓ ਕਿ ਕੀ ਗੱਲਬਾਤ, ਕੀ ਗੁਰੂ ਸਾਹਿਬ ਕਹਿ ਰਹੇ ਨੇ। ਇੱਕ ਇਹ 'ਚ, ਦੂਸਰੀ ਚੀਜ਼ ਹੈ ਇਨਵੈਸਟਮੈਂਟ, ਉਹਦੇ ਲਈ ਸਮਾਂ ਕੱਢਣਾ ਔਰ ਆਪਣੇ ਫਰਜ਼ ਸਮਝ ਕੇ ਆਪਣੇ ਕੰਮ ਕਰਨੇ। ਇਹ ਨਹੀਂ ਕਿ ਉਹਨੇ ਅੱਜ ਨਹੀਂ ਕੀਤਾ ਅਤੇ ਮੈਂ ਵੀ ਨਹੀਂ ਕਰਨਾ। ਇਸ ਇਟਸ ਨੋਟ ਗਿਵ ਐਂਡ ਟੇਕ ਓਨਲੀ, ਇਸ ਵੇ ਮੋਰ ਦੈਨ ਦੈਟ। ਔਰ ਇੱਕ ਲਾਸਟ ਗੱਲ ਇਹਦੇ ਵਿੱਚ, ਆਪਾਂ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਇਹ ਜੋਤ ਕਿਹੜੀ ਹੈ? ਮੇਰੀ ਜੋਤ ਹੀ ਉਹਦੀ ਜੋਤ ਥੋੜ੍ਹੀ ਹੈ, ਕਿਹੜੀ ਜੋਤ ਹੈ? ਤਾਂ ਰੱਬੀ ਜੋਤ ਹੈ ਨਾ। ਆਪਾਂ ਸੰਗਤ 'ਚ ਤਾਂ ਆ ਕੇ ਸਾਰਿਆਂ ਨੂੰ ਰੱਬ ਰੱਬ ਕਰ ਲੈਂਦੇ ਹਾਂ ਕਿ ਘਰ ਜਾ ਕੇ ਆਪਣੀ ਵਾਈਫ ਹਸਬੈਂਡ ਨੂੰ ਰੱਬ ਦੇਖ ਪਾਉਂਦੇ ਹਾਂ। ਜੇ ਉਹਨੂੰ ਨਹੀਂ ਨਾ ਦੇਖਦੇ, ਮੈਨੂੰ ਨਹੀਂ ਲੱਗਦਾ ਇਹ ਵੀ ਪ੍ਰਵਾਨ ਹੈ। ਆਈ ਐਮ ਸੋਰੀ ਟੂ ਸੇ ਦੈਟ, ਮੈਂ ਅਸੀਂ ਤਾਂ ਸਿਰਫ ਆਪਣਾ ਓਪੀਨੀਅਨ ਦੇ ਸਕਦੇ ਹਾਂ, ਤੁਸੀਂ ਕਿਉਂਕਿ ਆਪਣੀ ਮਤ ਹੀ ਹੈ ਨਾ, ਗਲਤ ਵੀ ਹੋ ਸਕਦੀ ਹੈ। ਆਈ ਐਮ ਓਨਲੀ ਸਪੀਕਿੰਗ ਵਟ ਆਈ ਫੀਲ। ਤੁਸੀਂ ਜੋ ਲੈਣਾ ਲੈ ਕੇ ਚੱਲ ਜਿਓ, ਨਹੀਂ ਚੰਗਾ ਲੱਗਾ ਇੱਥੇ ਛੱਡ ਜਿਓ। ਘਰ ਜਾ ਕੇ ਸਭ ਤੋਂ ਔਖਾ ਕੰਮ ਹੈ ਉਹਦੇ ਵਿੱਚ ਜੋਤ ਦੇਖਣੀ ਰੱਬ ਦੀ। ਜਿੰਨੇ ਉਹ ਕਰ ਲਿਆ ਉਹਨੂੰ ਇੱਥੇ ਆ ਕੇ ਦੇਖਣਾ ਔਖਾ ਨਹੀਂ ਲੱਗੇਗਾ। ਇੱਥੇ ਤਾਂ ਅਸੀਂ ਸਾਰੇ ਸੰਤ ਬੈਠੇ ਹਾਂ ਗੁਰੂ ਕੋਲ, ਆਏ ਸੰਤ ਪੁਰਾਣੇ, ਗੁਰੂ ਕੋਲ ਬੈਠ ਕੇ ਤਾਂ ਅਸੀਂ ਉੱਦਾਂ ਹੀ ਖਿੜੇ ਖਿੜੇ ਹੋ ਜਾਂਦੇ ਹਾਂ ਨਾ। ਹੁਣ ਉਹ ਘਰ ਜਾ ਕੇ ਜਿਹੜਾ ਖਿੜਿਆ ਰਹੇਗਾ ਅਸੀਂ ਲਈ ਟੈਸਟ ਉਹ ਹੈ। ਉੱਥੇ ਜਦੋਂ ਜੀ ਵੀ ਕੀਤਾ ਨਾ ਕੌੜਾ ਬੋਲਣ ਨੂੰ, ਤਾਂ ਕਹਿਣਾ ਨਹੀਂ ਇਹ ਕੌਣ ਹੈ, ਰੱਬ ਹੀ ਤਾਂ ਹੈ। ਫਿਰ ਕੀ ਹੋਇਆ ਜੇ ਮੈਂ ਦੋ ਭਾਂਡੇ ਧੋਤੇ ਇਹਦੇ 'ਤੇ? ਫਿਰ ਕੀ ਹੋਇਆ? ਫਿਰ ਕੀ ਹੋਇਆ ਜੇ ਅੱਜ ਮੈਨੂੰ ਕੰਮ ਕਰਨਾ ਪਿਆ ਥੋੜ੍ਹਾ ਜਿਹਾ? ਮਾਫ਼ ਕਰ ਦਿੰਦਾ, ਕੋਈ ਗੱਲ ਨਹੀਂ, ਪਿਆਰ ਦੇ ਨਾਲ। ਸੋ ਲੋਟਸ ਆਫ ਰਿਸਪੋਂਸੀਬਿਲਿਟੀਜ਼। ਹਾਂ, ਤੁਸੀਂ ਅਗਲਾ ਕਰ ਲਓ। ਸੋ ਅੱਗੇ ਇੱਕ ਹੋਰ ਸਵਾਲ ਆਇਆ ਸੀ ਕਿ ਜੈਨਰੇਸ਼ਨ ਗੈਪ ਜਿਹੜੀ ਹੈ, ਇਹਨੂੰ ਬ੍ਰਿਜ ਕਿੱਦਾਂ ਕੀਤਾ ਜਾਵੇ? ਜਿਹੜੇ ਬਜ਼ੁਰਗ ਨੇ, ਸਿਆਣੇ ਨੇ ਅਤੇ ਜਿਹੜੇ ਬੱਚੇ ਨੇ, ਉਹਨਾਂ ਦੇ ਵਿੱਚ ਫਾਸਲਾ ਆਇਆ ਅਤੇ ਇਹ ਗੈਪ ਆਪਾਂ ਕਲੋਜ਼ ਕਿਵੇਂ ਕਰੀਏ? ਆਪਸ ਦੇ ਵਿੱਚ ਜਿਹੜਾ ਫਾਸਲਾ ਬਣਿਆ ਹੋਇਆ ਹੈ, ਇਹਨੂੰ ਫੀਲ ਨਾ ਕੀਤਾ ਜਾਵੇ। ਅਸੀਂ ਵਿਚਾਰ ਕਰ ਰਹੇ ਸੀ ਭੈਣ ਜੀ ਨਾਲ, ਅਤੇ ਬਹੁਤ ਸੋਹਣੇ ਬਚਨ ਇਹਨਾਂ ਨੇ ਸਾਂਝੇ ਕੀਤੇ। ਮੈਨੂੰ ਕਹਿੰਦੀ ਕਿ ਗੈਪ ਤਾਂ ਹੈ ਕਿਉਂਕਿ ਅਸੀਂ ਗੈਪ ਉੱਥੇ ਬਣਾਇਆ ਹੈ। ਆਖੋ ਸਤਨਾਮ। ਗੈਪ ਤਾਂ ਹੈ ਕਿਉਂਕਿ ਅਸੀਂ ਉਹ ਗੈਪ ਕ੍ਰੀਏਟ ਕੀਤਾ ਹੈ। ਇਹ ਬਜ਼ੁਰਗ ਨੇ, ਇਹਨਾਂ ਨੂੰ ਕੱਖ ਨਹੀਂ ਪਤਾ, ਮੈਂ ਇਹਨਾਂ ਦੇ ਆਖੇ ਨਹੀਂ ਲੱਗਣਾ, ਮਾਂ ਆ ਇਹਦਾ ਕੰਮ ਆ, ਤਾਨੇ ਮਾਰੀ ਜਾਣਾ ਸਾਰੀ ਦਿਹਾੜੀ, ਇਹ ਬੋਲੀ ਜਾਂਦੀ ਹੈ, ਭਰਾ ਆ ਵੱਡਾ, ਭੈਣ ਹੈ ਵੱਡੀ, ਇਹਨੂੰ ਕੀ ਪਤਾ, ਵਾਈਫ ਹੈ, ਇਹ ਮੇਰੀ ਜੁੱਤੀ ਹੈ, ਇਹਨੂੰ ਮੇਰੇ ਨਾਲੋਂ ਘੱਟ ਪਤਾ ਆ, ਇਹ ਮੈਂਟੈਲਿਟੀ ਬਣ ਚੁੱਕੀ ਹੈ, ਗੈਪ ਬਣ ਚੁੱਕਾ ਆ। ਅਤੇ ਬਣਿਆ ਕਿਉਂ? ਕਿਉਂਕਿ ਸਾਧ ਸੰਗਤ ਜੀ, ਅਸੀਂ ਬਣਾਇਆ ਹੋਇਆ। ਆਮ ਕਈ ਵਾਰ ਇਹ ਦੇਖਣ ਨੂੰ ਮਿਲਦਾ ਆ, ਸਾਧ ਸੰਗਤ ਸੱਚ ਜਾਣਿਓ, ਜਦੋਂ ਸੰਗਤ ਦੇ ਪਿੱਛੇ ਅਸੀਂ ਵਿਚਰਦੇ ਹਾਂ ਤਾਂ ਗੱਲਾਂ ਐਸੀਆਂ ਸੁਣਨ ਨੂੰ ਮਿਲਦੀਆਂ। ਸਤਿਗੁਰੂ ਜੀ ਦੀ ਹਜ਼ੂਰੀ 'ਚ ਅਸੀਂ ਆਪ ਜੀਆਂ ਨਾਲ ਸਾਂਝੇ ਕਰ ਰਹੇ ਹਾਂ ਕਿ ਰੂਹ ਕੰਬ ਜਾਂਦੀ ਹੈ, ਕਿ ਗੁਰਸਿੱਖ ਇੱਥੇ ਇੰਨਾ ਚਿਰ ਬਾਣੀ ਪੜ੍ਹ ਕੇ ਅਸੀਂ ਬਾਹਰ ਜਾਂਦੇ ਹਾਂ ਅਤੇ ਰੁੱਖਾਪਣ ਕਿੱਦਾਂ ਆ ਗਿਆ? ਇਹ ਸੋਚਣ ਵਾਲੀ ਗੱਲ ਹੈ। ਜੇ ਮੈਂ ਇੱਥੇ ਹੁਣ ਘੰਟਾ ਕੀਰਤਨ ਕੀਤਾ ਜਾਂ ਘੰਟਾ ਬੈਠ ਕੇ ਕੀਰਤਨ ਸੁਣਿਆ,
ਅਤੇ ਬਾਹਰ ਜਾਂਦਿਆਂ ਸਾਰ ਮੈਂ ਆਪਣੀ ਘਰਵਾਲੀ ਨੂੰ, ਆਪਣੀ ਮਾਂ ਨੂੰ, ਆਪਣੀ ਭੈਣ ਨੂੰ, ਭਰਾ ਨੂੰ ਮੈਂ ਟੁੱਟ ਕੇ ਪੈਂਦਾ ਹਾਂ, ਉਹਨੂੰ ਗੁੱਸੇ ਕ੍ਰੋਧਿਤ ਹੋ ਕੇ ਗੁੱਸੇ ਹੁੰਦਾ ਹਾਂ, ਅਤੇ ਜਿਹੜਾ ਅੰਦਰ ਜਿਹੜਾ ਖੇੜਾ ਹੋਣਾ ਚਾਹੀਦਾ ਸੀ ਉਹ ਆਇਆ ਕਿਉਂ ਨਹੀਂ? ਇਹ ਬਹੁਤ ਵੱਡੀ ਗੱਲ ਹੈ। ਫਿਰ ਇੱਥੇ ਕੀ ਕੀਤਾ ਆਪਾਂ? ਇਫੈਕਟ ਕਿਉਂ ਨਹੀਂ ਗਿਆ? ਹੋਣਾ ਤਾਂ ਚਾਹੀਦਾ ਸੀ ਕਿ ਅੰਦਰ ਠੰਡਾ ਠਾਰ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਕੀਰਤਨ ਕਰਦੇ ਸੀ ਅਤੇ ਕਾਇਨਾਤ ਸਾਰੀ ਠੰਡੀ ਹੋ ਜਾਂਦੀ ਸੀ, ਅਤੇ ਅੱਜ ਅਸੀਂ ਗੁਰੂ ਦੇ ਇੰਨੇ ਨੇੜੇ ਹੋ ਕਰਕੇ ਅਤੇ ਕੀਰਤਨ ਕਰ ਵੀ ਰਹੇ ਹਾਂ, ਬਾਣੀ ਸੁਣ ਰਹੇ ਹਾਂ, ਕਥਾ ਸੁਣ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ ਧਾਰਮਿਕ ਪੱਖੋਂ, ਪਰ ਮਨ ਦੇ ਉੱਤੇ ਇਫੈਕਟ ਕਿਉਂ ਨਹੀਂ ਪੈ ਰਿਹਾ? ਆਹ ਗੈਪ ਬਣ ਚੁੱਕਾ ਹੈ ਸਾਧ ਸੰਗਤ ਜੀ, ਇਹ ਗੈਪ ਅਸੀਂ ਮਨ ਦਾ ਬਣਾਇਆ ਹੋਇਆ ਆ, ਅਤੇ ਇਹਦਾ ਇਲਾਜ ਵੀ ਅੰਦਰੋਂ ਹੀ ਹੈ। ਜੇ ਸਾਡੇ ਅੰਦਰ ਬਾਣੀ ਵਸਣਾ ਸ਼ੁਰੂ ਕਰੇਗੀ, ਸਾਡੀ ਰਹਿਣੀ ਬਹਿਣੀ ਦੇ ਵਿੱਚੋਂ ਬਾਣੀ ਝਲਕਾਂ ਮਾਰੇਗੀ, ਅਤੇ ਸਾਧ ਸੰਗਤ ਜੀ ਪਿਆਰ ਅੱਗੇ ਆਏਗਾ, ਅਤੇ ਪਿਆਰ ਐਸੀ ਚੀਜ਼ ਹੈ ਇਹ ਕਹਿਆ ਮਹਿਸੂਸ ਨਹੀਂ ਹੁੰਦੀ, ਇਹ ਦੇਖਦਿਆਂ ਲਾਗੇ ਬੈਠਦਿਆਂ ਹਰ ਇੱਕ ਕਰਮ ਤੋਂ ਪਿਆਰ ਦੀ ਝਲਕ ਪੈਂਦੀ ਹੈ। ਪਿਆਰ ਐਸੀ ਚੀਜ਼ ਹੈ, ਪਿਆਰ ਕੰਨ ਨਹੀਂ ਮਹਿਸੂਸ ਕਰਦੇ, ਅੱਖਾਂ ਨਹੀਂ ਕਰਦੀਆਂ, ਪਿਆਰ ਨੂੰ ਦਿਲ ਮਹਿਸੂਸ ਕਰਦਾ। ਹੁਣ ਐਸੇ ਗੁਰਮੁਖ ਹੁੰਦੇ ਨੇ, ਉਹਨਾਂ ਦੇ ਕੋਲ ਬੈਠਦਿਆਂ ਸਾਰ ਮਨ ਠੰਡਾ ਹੁੰਦਾ ਹੈ, ਉਹਨਾਂ ਦੇ ਸ਼ਬਦ ਸੁਣਦਿਆਂ, ਉਹਨਾਂ ਦੇ ਬੋਲ ਸੁਣਦਿਆਂ ਮਨ ਦੇ ਉੱਤੇ ਅਸਰ ਪੈਂਦਾ ਆ। ਕਿਉਂ? ਕਿਉਂਕਿ ਉਹ ਕਿਤੋਂ ਐਸੀ ਜਗ੍ਹਾ ਤੋਂ ਬੋਲ ਰਿਹਾ ਜਿੱਥੇ ਆਪ ਸਤਿਗੁਰੂ ਜੀ ਵਰਤਦੇ ਨੇ। ਗੁਰਮੁੱਖਾਂ ਅੰਦਰ ਸਤਿਗੁਰ ਵਰਤਦਾ ਹੈ, ਐਸੇ ਨੇ ਗੁਰਮੁੱਖ ਸਤਿਗੁਰੂ ਜੀ ਦੇ ਪਿਆਰੇ। ਪਰ ਅਸੀਂ ਘਰਾਂ ਵਿੱਚ ਇਸ ਚੀਜ਼ ਨੂੰ ਲਾਗੂ ਕਰਨਾ। ਮੈਂ ਹੋਰ ਅੱਗੇ ਜਾਵਾਂ, ਨਿਤਨੇਮ ਦੇ ਬਾਰੇ ਬਹੁਤ ਸਵਾਲ ਆਏ, ਸਿਮਰਨ ਦੇ ਬਾਰੇ ਸਵਾਲ ਆਏ, ਧਿਆਨ ਨਾਲ ਸੁਣਿਓ। ਪਹਿਲਾ ਸਵਾਲ ਹੈ ਕਿ ਗੁਰਬਾਣੀ ਨੂੰ ਤੁਰਦਿਆਂ ਫਿਰਦਿਆਂ ਬੈਠਦਿਆਂ ਸਾਰਾ ਸਾਰਾ ਦਿਨ ਅਸੀਂ ਕਿਵੇਂ ਇਹਨੂੰ ਗਾਈਏ? ਸਾਧ ਸੰਗਤ ਜੀ, ਇਹਦਾ ਇੱਕੋ ਹੀ ਜਵਾਬ ਹੈ, ਜਿਹੜੀ ਚੀਜ਼ ਨੂੰ ਅਸੀਂ ਸਮਾਂ ਦੇਣ ਨੂੰ ਤਿਆਰ ਨਹੀਂ ਅਤੇ ਅਸੀਂ ਆਸ ਰੱਖੀਏ ਕਿ ਉਹ ਸਾਡੇ ਜੀਵਨ 'ਚ ਆ ਜਾਏ, ਇਹ ਅਸੰਭਵ ਹੈ। ਧਿਆਨ ਦਿਓ, ਮੈਂ ਗੁਟਕੇ ਨਾਲ ਬਹਿਣ ਨੂੰ ਤਿਆਰ ਨਹੀਂ, ਪਰ ਮੇਰੀ ਐਕਸਪੈਕਟੇਸ਼ਨ ਇਹ ਹੈ ਕਿ ਮੇਰੇ ਅੰਦਰੋਂ ਬਾਣੀ ਉਬਲ ਉਬਲ ਕੇ ਨਿਕਲੇ। ਇਹ ਕਿਵੇਂ ਹੋ ਸਕਦਾ ਹੈ? ਆ ਪਖੰਡ ਹੀ ਹੈ, ਹੋਰ ਕੁਝ ਨਹੀਂ ਹੈ, ਇਹ ਝੂਠੀ ਐਕਸਪੈਕਟੇਸ਼ਨ ਹੈ। ਸਵੇਰੇ ਇੱਕ ਕਿਣਕਾ ਬਾਣੀ ਦਾ ਅਸੀਂ ਅੰਦਰ ਵਸਾਏ, ਜਪਜੀ ਸਾਹਿਬ ਲਾਇਆ ਐਪ 'ਤੇ, ਬੁਰਸ਼ੀ ਕਰਦੇ ਹਾਂ, ਨਹਾਉਂਦੇ ਹਾਂ, ਜਪਜੀ ਸਾਹਿਬ ਜਾਪ ਸਾਹਿਬ ਚੱਲ ਰਿਹਾ, ਉਦੋਂ ਪਤਾ ਲੱਗਾ ਆਨੰਦ ਸਾਹਿਬ ਆ ਗਿਆ, ਪੱਗ ਬੰਨੀ ਛੇਤੀ ਛੇਤੀ, ਰੋਟੀ ਦਾ ਇੱਕ ਫੁਲਕਾ ਅੰਦਰ ਮੂੰਹ 'ਚ ਗਿਆ, ਮਾਈਲੋ ਕੌਫੀ ਪੀਤੀ, ਚਾਹ ਪੀਤੀ, ਅਤੇ ਕੰਮਾਂ ਨੂੰ ਭੱਜੇ, ਅਤੇ ਜੀ ਸਿੰਘ ਨੇ ਨਿਤਨੇਮ ਕੀਤਾ। ਜੀ ਆ ਕਾਹਦਾ ਨਿਤਨੇਮ ਹੋਇਆ? ਨਿਤਨੇਮ ਗੁਰਬਾਣੀ, ਗੁਰਮੰਤਰ, ਮੂਲ ਮੰਤਰ, ਇਹ ਕਿਹਦੇ ਲਈ ਹੈ? ਕਿੰਨੇ ਸੁਣਨਾ ਆ? ਮਨ ਨੇ, ਆਖੋ ਸਤਨਾਮ। ਇਹ ਸੁਣਨਾ ਕਿੰਨੇ ਹੈ? ਮਨ ਤੱਕ ਕਿਵੇਂ ਪਹੁੰਚੇ? ਕੰਨਾਂ ਰਾਹੀਂ ਅੰਦਰ ਜਾਂਦਾ ਆ, ਪਰ ਧਿਆਨ ਇਹਨੂੰ ਮਨ ਤੱਕ ਪਹੁੰਚਾਉਂਦਾ ਆ। ਅਤੇ ਜਿੱਥੇ ਧਿਆਨ ਲਾਉਣਾ ਸੀ ਅਸੀਂ ਕਰ ਕੀ ਰਹੇ ਹਾਂ? ਹੋ ਹੋ, ਵੀਰ ਜੀ ਨੇ ਸਿਮਰਨ ਸ਼ੁਰੂ ਕੀਤਾ, ਮੈਂ ਬਣਾਵਾਂ ਰੀਲ। ਸਾਰੇ ਗਲਤੀ ਕਰਦੇ ਆ, ਕਰਦੇ ਕਿ ਨਹੀਂ? ਅੱਗ ਲੱਗੀ ਪਈ ਆ ਕਿ ਮੈਂ ਰੀਲਾਂ ਬਣਾਵਾਂ, ਕਿਹਨੂੰ ਦਿਖਾਉਣਾ ਆਪਾਂ? ਇਹਨੇ ਤਾਂ ਕੁਝ ਸੁਣਿਆ ਹੀ ਨਹੀਂ। ਨਹੀਂ ਨਹੀਂ, ਇੱਥੇ ਸਮਾਗਮ ਹੋਇਆ, ਦੁਨੀਆਂ ਨੂੰ ਪਤਾ ਲੱਗੇ ਕਿੰਨਾ ਵਧੀਆ ਸਮਾਗਮ, ਤੇਰੇ ਮਨ ਨੇ ਤਾਂ ਇੱਕ ਚੀਜ਼ ਨਹੀਂ ਅੰਦਰ ਵਸਾਈ, ਕਾਹਦਾ ਸਮਾਗਮ ਹੋਇਆ? ਜਦੋਂ ਕੀਰਤਨ ਅਸਥਾਈ ਤੋਂ ਅੰਤਰੇ ਤੱਕ ਜਾਂਦਾ ਉੱਥੇ ਰੀਲਾਂ ਨਹੀਂ ਬਣਦੀਆਂ, ਕਿਉਂਕਿ ਚੱਕਵਾਂ ਨਹੀਂ ਹੈ। ਜਦੋਂ ਤਬਲਾ ਵੱਜਦਾ ਹੈ, ਗਰਜਦਾ ਹੈ, ਅਤੇ ਆਪਾਂ ਚੱਕ ਚੱਕ, ਜਿਹਨੂੰ ਕੋਈ ਖਾਸ ਬਾਣੀ ਨਾਲ ਲਗਾ ਹੋਇਆ ਉਹ ਉੱਥੇ ਚੱਕਦਾ ਫੋਨ, ਆ ਕਿੱਥੋਂ ਬਿਮਾਰੀ ਪੈ ਗਈ? ਜਿਹਨੇ ਸੁਣਨਾ ਸੀ, ਜਿਹਨੇ ਤਬਦੀਲੀ ਲਿਆਉਣੀ ਸੀ, ਉਹਨੇ ਤਾਂ ਸੁਣਿਆ ਹੀ ਨਹੀਂ।
ਉਹਦੇ ਤੱਕ ਤਾਂ ਗੱਲ ਪਹੁੰਚੀ ਹੀ ਨਹੀਂ। ਅੱਜ ਸਾਰਾ ਸਿਆਪਾ ਇਸ ਚੀਜ਼ ਦਾ ਆ। ਤਬਦੀਲੀ ਤਾਂ ਨਹੀਂ ਆ ਰਹੀ, ਚੇਂਜ ਕੈਨ ਨਾਟ ਹੈਪਨ, ਕਿ ਦਵਾਈ ਅੰਦਰ ਹੁਣ ਮੈਂ ਤਾਂ ਦਵਾਈ ਦੀ ਗੱਲ ਕਰਨੀ ਆ, ਮੇਰਾ ਰੋਜ਼ ਦਾ ਪੇਸ਼ਾ ਆ। ਦਵਾਈ ਦੀ ਡੋਸੇ 'ਚ ਲਿਖ ਕੇ ਦਿੰਦੇ ਆ, ਭੈਣ ਜੀ ਇਹ ਦਵਾਈ ਕੰਨ ਲਈ ਹੈ, ਇਹ ਕੰਨ 'ਚ ਜਾਣੀ ਚਾਹੀਦੀ ਹੈ, ਇਹਨੂੰ ਖਾ ਨਾ ਲਿਓ। ਜਿਹੜੀ ਨੱਕ ਦੀ ਦਵਾਈ ਹੈ ਉਹ ਥੋੜ੍ਹਾ ਹੋਰ ਕਿਤੇ ਪਾਣੀ, ਉਹ ਨੱਕ 'ਚ ਜਾਏਗੀ ਨਾ। ਜਿਹੜੀ ਰਸਨਾ 'ਤੇ ਪਾਣੀ ਹੈ, ਜਿਹੜੀ ਅੰਦਰ ਲੰਘਾਣੀ, ਜਿਹੜੀ ਆਈ ਵੀ ਪਾਣੀ, ਉਹਨਾਂ ਦੇ ਸਰੂਪ ਵੱਖਰੇ ਵੱਖਰੇ ਨੇ, ਪਰ ਅਸਰ ਅੰਦਰ ਜਾ ਕੇ ਕਰਦੀ ਹੈ। ਗੁਰਬਾਣੀ ਅੰਦਰ ਦਾਰੂ ਗਿਆ ਨਹੀਂ ਅਤੇ ਆਸ ਰੱਖੀ ਬੈਠੇ ਹਾਂ ਕਿ ਚੱਲੇ ਬਾਣੀ ਅੰਦਰ, ਸਿਮਰਨ ਚੱਲੇ, ਕਿੱਦਾਂ ਹੋ ਸਕਦਾ ਹੈ? ਝੂਠ ਮਾਰ ਰਹੇ ਹੋ, ਕੁਝ ਨਹੀਂ ਮਾਰ ਰਹੇ, ਸੱਚ ਹੈ ਕਿ ਨਹੀਂ? ਜੇ 2 ਮਿੰਟ ਕਿਤੇ ਇਹਨੂੰ ਔਫ ਕਰਕੇ ਅਤੇ ਅੰਦਰ ਜਾਣ ਦਾ ਯਤਨ ਕਰੀਏ ਕਿ ਅੰਦਰ ਹੈ, ਸਾਰਾ ਕੁਝ ਅੰਦਰ ਹੈ, ਉਹ ਤਾਂ ਆਪਾਂ ਕਰ ਹੀ ਨਹੀਂ ਰਹੇ। ਹਾਊ ਡੂ ਵੀ ਰੀਸਾਈਟ ਗੁਰਬਾਣੀ ਸਟੈਂਡਿੰਗ ਸਿਟਿੰਗ? ਆ ਜਿੰਨੇ ਗੁਰਮੁਖ ਆਏ ਨਾ, ਕਦੇ ਭਾਈ ਮਨਪ੍ਰੀਤ ਸਿੰਘ ਨਾਲ ਬਹਿ ਕੇ ਪੁੱਛਿਓ ਕਿ ਤੁਸੀਂ ਕੀਰਤਨ ਆਉਣ ਤੋਂ ਪਹਿਲਾਂ ਕੀ ਤਿਆਰੀ ਕਰਦੇ ਹੋ? ਤੁਸੀਂ ਸ਼ਬਦ ਤਿਆਰ ਕਰਕੇ ਆਉਂਦੇ ਹੋ? ਇਹਨਾਂ ਨੂੰ ਕਦਾਂ ਪਤਾ ਕੀ ਕਿੱਥੇ ਗਾਉਣਾ ਆ? ਭੈਣ ਜੀ ਕਿੱਦਾਂ ਇਹਨਾਂ ਨੂੰ ਪਤਾ ਕੀ ਕਿੱਥੇ ਗਾਣਾ? ਹੋਰ ਕੀਰਤਨੀਆਂ ਨੂੰ ਪੁੱਛ ਲਓ ਬਾਹਰ। ਸਤ ਸੰਗਤ ਜੀ, ਜਿਹਦੀ ਜਿਸ ਮਨੁੱਖ ਦੀ, ਮੈਂ ਕਿਸੇ ਦੀ ਉਸਤਤੀ ਨਹੀਂ ਕਰ ਰਿਹਾ, ਸਤਿਗੁਰੂ ਜੀ ਦੇ ਐਸੇ ਕੀਰਤਨੀਏ ਹੋਏ ਨੇ, ਐਸੇ ਗੁਰਮੁਖ ਹੋਏ ਨੇ, ਜਿਨ੍ਹਾਂ ਦਾ ਜੀਵਨ ਹੀ ਗੁਰਬਾਣੀ ਹੈ, ਅੰਦਰ ਹੋਏ ਸੋ ਨਿਕਲਿਆ ਨਾ ਛਪੈ ਛਪਾਇਆ, ਉਹ ਅੰਦਰੋਂ ਉਹੀ ਚੀਜ਼ ਨਿਕਲੇਗੀ। ਅੱਗੇ ਬਾਣੀ ਪੜ੍ਹਦਿਆਂ ਮਨ ਕਿਉਂ ਭਟਕਦਾ ਆ, ਇਹ ਜੋੜੀਏ ਕਿਵੇਂ? ਸਾਧ ਸੰਗਤ ਜੀ, ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਸ਼ੁਰੂਆਤ ਵਿੱਚ ਜਗਿਆਸੂ ਦਾ ਮਨ ਭਟਕੇਗਾ ਹੀ। ਅਖ ਵਾਹਿਗੁਰੂ, ਸ਼ੁਰੂਆਤ ਵਿੱਚ ਧਿਆਨ ਦਿਓ ਜੀ, ਸਾਰੇ ਧਿਆਨ ਦਿਓ। ਇੱਥੇ ਕੋਈ ਐਸਾ ਨਹੀਂ ਜਿਹੜਾ ਬਾਣੀ ਨਾ ਪੜ੍ਹਦਾ ਹੋਵੇ, ਮੈਂ ਆਸ ਰੱਖਦਾ ਹਾਂ। ਅਤੇ ਬਾਣੀ ਪੜ੍ਹਦਿਆਂ ਸਾਰੇ ਕੰਮ ਵੀ ਯਾਦ ਆਉਣਗੇ, ਕਿਸੇ ਨਾਲ 10 ਸਾਲ ਪੁਰਾਣੀ ਦੁਸ਼ਮਣੀ ਉਹ ਵੀ ਯਾਦ ਆਊਗੀ, ਮਨ ਇਹ ਵੀ, ਮੈਂ ਉਹਨੂੰ ਨਾ ਉਹ ਭੈਣ ਜੀ ਨੂੰ ਮੈਂ ਇੱਦਾਂ ਸੁਣਾਉਣੀਆਂ ਸੀ, ਇਹ ਵੀ ਗੱਲ ਆਏਗੀ ਅੱਗੇ, ਸਾਰੀਆਂ ਗੱਲਾਂ ਆਉਂਦੀਆਂ ਨੇ। ਹਾਏ ਉਹਨੇ ਮੇਰੇ ਨਾਲ ਆਹ ਕੀਤਾ, ਹਾਏ ਕੰਮ ਦਾ ਆਹ। ਇਹ ਬਾਣੀ ਪੜ੍ਹਨ ਦੇ ਸਮੇਂ ਕਿਉਂ ਇੱਦਾਂ ਹੁੰਦਾ? ਖਾਸ ਕਰਕੇ ਕਿਤੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਲਓ, ਹਾਏ ਹਾਲੇ 7ਵੀਂ ਅਸ਼ਟਪਦੀ ਆਈ ਹੈ, ਹਾਏ। ਜਦੋਂ ਦਵਾਈ ਅੰਦਰ ਜਾਣਾ ਸ਼ੁਰੂ ਕਰਦੀ ਹੈ ਤਾਂ ਗੰਦਗੀ ਉਬਲ ਉਬਲ ਕੇ ਬਾਹਰ ਆਉਂਦੀ ਹੈ, ਇਹ ਨੋਰਮਲ ਹੈ। ਡਰੋ ਨਾ, ਗੰਦੇ ਖਿਆਲ ਆਉਣਗੇ, ਵਿਸ਼ੇ ਵਿਕਾਰ ਅੱਗੇ ਰੂਪ ਬਦਲ, ਜਿਹੜੇ ਤੁਹਾਡੇ ਪੁਰਾਣੇ ਸੰਸਕਾਰ ਨੇ, ਅੰਦਰ ਜਦੋਂ ਸਫਾਈ ਹੋ ਰਹੀ ਹੈ, ਚਿੱਟਾ ਕੱਪੜਾ ਜਦੋਂ ਕਾਲਾ ਸਵਾਹ ਹੋ ਜੇ, ਉਹਦੇ ਉੱਤੇ ਸਾਬਣ ਲਗਾਇਆ ਜਾਏ, ਸਭ ਤੋਂ ਪਹਿਲਾਂ ਕਾਲਖ ਹੀ ਨਿਕਲੇਗੀ। ਆਖੋ ਵਾਹਿਗੁਰੂ, ਡਰਨਾ ਨਹੀਂ, ਆਪਾਂ ਉੱਥੇ ਸਿਮਰਨ ਛੱਡ ਦਿੰਦੇ ਹਾਂ ਕਿ ਪਤਾ ਨਹੀਂ ਗੰਦੇ ਖਿਆਲ ਆ ਗਏ, ਹਾਏ ਹਾਏ ਮੈਂ ਤਾਂ ਛੱਡ, ਲੱਗੇ ਰਹੋ, ਲੱਗੇ ਰਹੋ। ਸਤਿਗੁਰੂ ਕਹਿੰਦੇ ਆ ਕਿ ਇਹ ਸ਼ੁਦਾਈ ਹੋ ਰਹੀ ਹੈ, ਫਿਰ ਜਿਵੇਂ ਜਿਵੇਂ ਮਨ ਹਲਕਾ ਹੋਏਗਾ, ਇਹ ਜੁੜਨਾ ਸ਼ੁਰੂ ਹੋਏਗਾ, ਅਗਲੀ ਸਟੇਜ ਆਏਗੀ। ਪਰ ਆਪਾਂ ਹਾਲੇ ਉੱਥੇ ਤੱਕ ਗਏ ਨਹੀਂ, ਕਿਉਂਕਿ ਅਸੀਂ ਡਰ, ਹਾਏ ਇੰਨੇ ਗੰਦੇ ਖਿਆਲ, ਦੈਟਸ ਯੂ। ਇਹ ਆਪਣੇ ਅੰਦਰਲੇ ਵਿੱਚ, ਇਹਨਾਂ ਨੂੰ ਤਾਂ ਕੱਢਣਾ ਆ ਤਾਂ ਕਰਕੇ ਕਿ ਗੁਰਬਾਣੀ ਅੰਦਰ ਜਾਏ, ਇਹ ਭਰੇ ਨੇ ਅੰਦਰ, ਗੁਰਬਾਣੀ ਨੂੰ ਅੰਦਰ ਜਾਣ ਲਈ ਜਗ੍ਹਾ ਨਹੀਂ ਹੈ, ਕਿੱਦਾਂ ਚੱਲੇ? ਦਵਾਈ ਨਹੀਂ ਜਾ ਰਹੀ ਅੰਦਰ। ਹੁਣ ਘਰ ਜਾਂਦੇ ਹਾਂ, ਕਮਰੇ ਨੂੰ ਲੌਕ ਕੀਤਾ, ਕਾਮ ਆ ਗਿਆ, ਹਾਏ ਕ੍ਰੋਧ ਆ, ਇਹ ਤਾਂ ਆ ਰਹੇ ਨੇ ਕਿਉਂਕਿ ਅੰਦਰ ਹਾਲੇ ਇਹ ਗੱਲਾਂ ਨਹੀਂ ਗਈਆਂ। ਅੱਗੇ ਸਮਟਾਈਮਸ ਵੀਰ ਜੀ, ਭੈਣ ਜੀ, ਮੈਨੂੰ ਇੰਝ ਲੱਗਦਾ ਆ ਕਿ ਮੇਰਾ ਮਨ ਬਿਲਕੁਲ ਬਾਣੀ ਪੜ੍ਹਨ ਨੂੰ ਤਿਆਰ ਹੀ ਨਹੀਂ, ਕੀਰਤਨ ਕਥਾ ਕਰਨ ਨੂੰ ਮਨ ਨਹੀਂ ਕਰਦਾ, ਉਦੋਂ ਕੀ ਕੀਤਾ ਜਾਵੇ? ਬਹੁਤ ਵਧੀਆ ਸਵਾਲ ਹੈ। ਜਦੋਂ ਮਨ ਗੁਰੂ ਦੇ ਨੇੜੇ ਜਾਣਾ ਨਾ ਚਾਹੇ, ਜਦੋਂ ਸੰਗਤ ਨੂੰ, ਸੰਗਤ ਵਿੱਚ ਆਉਣ ਨੂੰ ਰਾਜ਼ੀ ਨਾ ਹੋਵੇ, ਕੀਰਤਨ ਕਥਾ ਸੁਣਨ ਨੂੰ ਮਨ ਨਾ ਕਰੇ, ਉਦੋਂ ਸਮਝ ਲੈਣਾ ਚਾਹੀਦਾ ਹੈ ਕਿ ਮਨ ਬਿਮਾਰ ਹੈ। ਕੀ ਕਰਨਾ ਚਾਹੀਦਾ ਹੈ ਜੇ ਬਿਮਾਰ ਹੈ? ਨੈੱਟਫਲਿਕਸ 'ਤੇ ਇੱਕ ਸੀਰੀਜ਼ ਬਿੰਜ ਵਾਚ ਕਰਨੀ ਚਾਹੀਦੀ ਹੈ, ਹੀਲਿੰਗ ਹੈ ਨਾ ਵੀਰ ਜੀ। ਯੂਟਿਊਬ 'ਤੇ ਜੀ ਘੰਟਾ ਘੰਟਾ ਕੁਝ ਹੋਰ ਦੇਖੀ ਚੱਲੀਏ, ਹੀਲਿੰਗ ਚੱਲ ਰਹੀ।
ਸਾਰਕਾਜ਼ਮ ਹੈ ਬਾਏ ਦ ਵੇ ਬਾਏ ਦ ਵੇ ਯਾ ਇਟਸ ਸਾਰਕਾਜ਼ਮ ਆਈ ਹੋਪ ਯੂ ਨੋ ਹੈ ਕਰ ਜਾ ਕੇ ਕੋਈ ਵੀਰ ਜੀ ਨੇ ਕਿਹਾ ਸੀ ਨੈਟਫਲਿਕਸ ਦੇਖਣਾ ਤੇ ਹੁਣ ਦੇਖ ਲਓ ਨਾਲ ਦੇ ਨਾਲ ਕਲੀਅਰ ਕਰ ਦਈਏ ਸਾਰਕਾਜ਼ਮ ਸਮਝਦੇ ਆ ਨਾ ਓਕੇ ਤਾਂ ਵਾਟ ਡੂ ਯੂ ਕਾਲ ਦੈਟ ਪੰਜਾਬੀ ਪੰਜਾਬੀ ਲਾ ਰਹੇ ਆ ਕੀ ਕਹਿੰਦੇ ਹੁੰਦੇ ਲਾ ਕੇ ਗੱਲ ਕਰਨੀ ਲਾ ਕੇ ਗੱਲ ਕਰ ਰਹੇ ਆ ਭਾਵ ਕੇ ਜਦੋਂ ਬਿਮਾਰ ਹੋਵੇ ਤਾਂ ਸਗੋਂ ਜ਼ਿਆਦਾ ਦਵਾਈ ਦੀ ਲੋੜ ਹੈ ਭੱਜ ਪਾਓ ਸਤਿਗੁਰ ਸਰਣੀ ਉਦੋਂ ਗੁਰਮੁੱਖਾਂ ਕੋਲ ਭੱਜ ਕੇ ਚਲੇ ਜਾਈਏ ਉਦੋਂ ਉਹਨਾਂ ਦੀ ਸੰਗਤ ਲੋੜੀਦੀ ਹੈ ਕਿ ਜਿਨ੍ਹਾਂ ਨੇ ਨਾਮ ਆਪ ਜਿਨ੍ਹਾਂ ਦੀ ਰੂਟੀਨ ਹੈ ਉਹਨਾਂ ਕੋਲ ਲਾਗੇ ਬੈਠ ਕੇ ਅਤੇ ਉਹਨਾਂ ਨਾਲ ਉਹਨਾਂ ਦੀ ਸੰਗਤ ਕਰੀਏ ਗੁਰੂ ਦੀ ਸੰਗਤ ਕਰੀਏ ਧੱਕੇ ਨਾਲ ਕਿਉਂਕਿ ਉਹਨੂੰ ਗੁਰਬਾਣੀ ਦੀ ਉਸ ਵੇਲੇ ਦਾਰੂ ਦੀ ਲੋੜ ਹੈ ਆਪਾਂ ਕੀ ਕਰਦੇ ਹਾਂ ਸਗੋਂ ਹੋਰ ਪਛਾਂ ਚਲੇ ਜਾਂਦੇ ਹਾਂ ਮਨ ਜ਼ਿਆਦਾ ਬਿਮਾਰ ਹੁੰਦਾ ਹੈ ਮਨ ਕਦੇ ਇੱਕ ਰਸ ਨਹੀਂ ਹੁੰਦਾ ਕਬ ਹੂੰ ਜੀੜਾ ਉਹ ਚੜ੍ਹ ਤਾਂ ਕਬ ਹੂੰ ਜਾਏ ਬਿਲਕੁਲ ਗਿਰਦਾ ਆ ਕਦੇ ਸੰਤ ਵਰਗੂ ਮਹਿਸੂਸ ਕਰਦਾ ਹਾਏ ਅੱਜ ਮੇਰੀ ਅਵਸਥਾ ਬਹੁਤ ਉੱਚੀ ਹੈ ਕਦੇ ਇਹਦੇ ਵਿੱਚ ਇੰਨੇ ਗੰਦੇ ਖਿਆਲ ਆਉਂਦੇ ਆ ਬੰਦਾ ਕਹਿੰਦਾ ਹਾਏ ਤੈਨੂੰ ਅੱਜ ਹੋਇਆ ਕੀ ਹੈ ਇਹ ਮਨ ਇੱਦਾਂ ਆ ਇਹ ਮਨ ਚੰਚਲਾ ਕਿਨੇ ਨਾ ਪਾਇਆ ਸਤਿਗੁਰੂ ਕਹਿੰਦੇ ਨੇ ਜਦੋਂ ਵੀ ਢਲਿਆਈ ਆਵੇ ਢਲਿਆਈ ਦੀ ਨਿਸ਼ਾਨੀ ਆਏਗੀ ਪਹਿਲਾਂ ਅੰਮ੍ਰਿਤ ਵੇਲੇ ਉੱਠਣ ਨੂੰ ਜੀ ਨਹੀਂ ਕਰਦਾ ਸਿਮਰਨ 5 ਮਿੰਟ ਹੋ ਗਏ ਅਤੇ ਮਨ ਕਹਿੰਦਾ ਰੁਕ ਜਾ ਇੱਦਾਂ ਦੇ ਸਿਮਟਮਸ ਆਉਣਗੇ ਸਿਮਟਮਸ ਦੀ ਪਛਾਣ ਕਰਨ ਤੋਂ ਬਾਅਦ ਮਨ ਨੂੰ ਆਪਾਂ ਗੁਰੂ ਦੇ ਸ਼ਬਦ ਨਾਲ ਇਸ ਦਾਰੂ ਨੂੰ ਅੰਦਰ ਲੈ ਕੇ ਜਾਣਾ ਹੈ ਔਖਦ ਤੇਰੋ ਨਾਮ ਦਾ ਇਹ ਦਾਰੂ ਲੈ ਕੇ ਜਾਣਾ ਅੱਗੇ ਕਿਹੜੀ ਚੀਜ਼ ਨੂੰ ਜ਼ਿਆਦਾ ਕਰਨਾ ਚਾਹੀਦਾ ਇਸ ਸਿਮਰਨ ਨੂੰ ਪਾਠ ਨੂੰ ਜਾਂ ਮੂਲ ਮੰਤਰ ਨੂੰ ਸਤਿਸੰਗ ਜੀ ਤਿੰਨੇ ਨਾਮ ਦੇ ਰੂਪ ਨੇ ਗੁਰੂ ਦਾ ਹੁਕਮ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਸਭ ਤੋਂ ਪਹਿਲਾਂ ਸ਼ੁਰੂਆਤ ਗੁਰਮੰਤਰ ਦੇ ਅਭਿਆਸ ਨਾਲ ਹੋਣੀ ਚਾਹੀਦੀ ਹੈ ਸਿਮਰਨ ਦੇ ਨਾਲ ਬੰਦਾ ਆਪਣੇ ਆਪ ਨੂੰ ਪਛਾਣਦਾ ਹੈ ਅੱਜ ਡਿਪਰੈਸ਼ਨ ਕਿਉਂ ਜ਼ਿਆਦਾ ਆ ਕਿਉਂਕਿ ਅਸੀਂ ਵਰਤਮਾਨ 'ਚ ਨਹੀਂ ਰਹਿ ਰਹੇ ਡਿਪਰੈਸ਼ਨ ਦਾ ਕਾਰਨ ਇਹ ਹੈ ਕਿ ਬੰਦਾ ਭੂਤਕਾਲ 'ਚ ਫਸ ਜਾਂਦਾ ਹੈ ਅੱਜ ਐਨਜ਼ਾਇਟੀ ਜ਼ਿਆਦਾ ਕਿਉਂ ਹੈ ਕਿਉਂਕਿ ਅਸੀਂ ਵਰਤਮਾਨ 'ਚ ਨਹੀਂ ਰਹਿ ਰਹੇ ਭਵਿੱਖਤ ਕਾਲ 'ਚ ਰਹਿ ਰਹੇ ਹਾਂ ਕਿ ਅੱਗੇ ਪਤਾ ਨਹੀਂ ਕੀ ਹੋ ਜਾਣਾ ਹੈ ਡਿਪਰੈਸ਼ਨ ਕੋਈ ਟਰਾਮਾ ਹੁੰਦਾ ਹੈ ਤਾਂ ਬੰਦਾ ਪਿੱਛੇ ਫਸ ਜਾਂਦਾ ਆ ਐਨਜ਼ਾਇਟੀ ਵਾਲਾ ਉਹ ਅੱਗੇ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਰਹਿੰਦਾ ਆ ਅੱਜ ਇਸ ਮੂਮੈਂਟ ਵਿੱਚ ਕੌਣ ਰਹਿ ਰਿਹਾ ਆ ਸਤਿਗੁਰੂ ਤਾਂ ਕਹਿ ਰਹੇ ਨੇ ਕਿ ਸਿਮਰਨ ਉਹ ਸਮਾਂ ਆ ਜਦੋਂ ਬੰਦਾ ਸਭ ਇੰਦਰੀਆਂ ਬੰਦ ਕਰਕੇ ਅਤੇ ਅੰਦਰ ਜਾਣ ਦਾ ਯਤਨ ਕਰਦਾ ਕਿ ਮੈਂ ਹੁਣ ਇਸ ਵੇਲੇ ਟਿਕਾਓ 'ਚ ਆਵਾਂ ਅਤੇ ਇਹ ਜ਼ਰੂਰੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਏ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਫਿਰ ਚੜ੍ਹੇ ਦਿਵਸ ਗੁਰਬਾਣੀ ਕਾ ਫਿਰ ਗੁਰਬਾਣੀ ਪੜ੍ਹਨੀ ਹੈ ਪਾਠ ਕਰਨੇ ਨੇ ਵੱਧ ਤੋਂ ਵੱਧ ਜਿੰਨਾ ਬਾਣੀ ਅਸੀਂ ਪੜ੍ਹਾਂਗੇ ਉਨੀ ਹੀ ਬਾਣੀ ਘੱਟ ਹੈ ਇੱਥੇ ਅਸੀਂ ਨੰਬਰ ਨਾ ਲਗਾਈਏ ਪਰ ਟਾਰਗੇਟ ਰੱਖੀਏ ਨਾਲ ਦੇ ਨਾਲ ਜਦੋਂ ਸਮਾਂ ਬਣਦਾ ਹੈ ਸਾਰੀ ਸਾਰੀ ਦਿਹਾੜੀ ਆਪਾਂ ਇਹਦਾ ਜਾਪ ਕਰਨਾ ਹੈ ਅੱਗੇ ਗੁਰਬਾਣੀ ਨੂੰ ਸਮਝਣ ਦਾ ਤਰੀਕਾ ਕੀ ਹੈ ਸਾਧ ਸੰਗਤ ਮੈਂ ਉੱਚੀਆਂ ਅਵਸਥਾਵਾਂ ਦੀਆਂ ਗੱਲਾਂ ਨਹੀਂ ਕਰਨੀਆਂ ਮੇਰੇ ਵਰਗੇ ਮਾਮੂਲੀ ਇਨਸਾਨ ਨੂੰ ਗੁਰਬਾਣੀ ਕਿਵੇਂ ਸਮਝ ਆਉਂਦੀ ਹੈ ਸਭ ਤੋਂ ਪਹਿਲਾਂ ਕਥਾ ਜ਼ਰੂਰੀ ਹੈ ਸੁਣਿਆ ਕਰੋ ਅਰਥ ਟੀਕਿਆਂ ਵਿੱਚ ਪਏ ਨੇ ਪੜ੍ਹਿਆ ਕਰੋ ਗੁਰਬਾਣੀ ਦੇ ਅੱਜ ਤਾਂ ਟੀਕਿਆਂ ਦੀ ਲੋੜ ਨਹੀਂ ਸਭ ਕੁਝ ਫੋਨਾਂ 'ਚ ਪਿਆ ਆ ਭਾਈ ਸਾਹਿਬ ਸਿੰਘ ਦਾ ਆ ਸੰਪਰਦਾਵਾਂ ਦੇ ਵੱਖਰੇ ਨੇ ਕਿੰਨਾ ਖਜ਼ਾਨਾ ਪਿਆ ਇੱਕ ਕਲਿੱਕ 'ਤੇ ਯੂ ਹੈਵ ਐਵਰੀਥਿੰਗ ਔਨ ਯੂਰ ਮੋਬਾਈਲ ਫੋਨ ਐਵਰੀ ਸਿੰਗਲ ਥਿੰਗ ਅੱਜ ਆਪਾਂ ਗਜ਼ਲ ਪੜ੍ਹਿਆ ਸੀ ਕੀ ਗੱਲ ਕਹਿ ਰਹੇ ਸੀ ਭਾਈ ਨੰਦ ਲਾਲ ਜੀ ਹੁਣ ਫਾਰਸੀ ਪਤਾ ਹੀ ਨਹੀਂ ਅਸੀਂ ਕਦੇ ਇਸ ਪਾਸੇ ਖੋਜ ਕੀਤੀ ਨਹੀਂ ਅਸੀਂ ਕਦੇ ਇਸ ਪਾਸੇ ਕਿਉਂ ਕਿੰਨਾ ਕੁਛ ਹੈ ਇੱਕ ਕਲਿੱਕ ਕਰਦੇ ਹਾਂ ਅਤੇ ਸਾਧ ਸੰਗਤ ਜੀ ਜਦੋਂ ਅਰਥ ਪਤਾ ਲੱਗ ਜਾਂਦੇ ਆ ਜੇ ਅਰਥ ਨਾ ਪਤਾ ਤਾਂ ਕੁਝ ਨਹੀਂ ਪਤਾ ਉੱਥੇ ਫਿਰ ਲੱਗਦਾ ਪਤਾ ਨਹੀਂ ਕੀ ਫਾਰਸੀ ਦੇ ਬਲ 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 ਬੋਲੀ ਜਾਂਦੇ ਨੇ
ਜਦੋਂ ਅਰਥ ਪਤਾ ਲੱਗਦੇ ਆ, ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕਰ ਰਹੇ ਕਿ ਮਹਾਰਾਜ ਇਸ ਗਰੀਬ ਵੱਲ ਇੱਕ ਵਾਰ ਤੇਰੀ ਰਹਿਮਤ ਭਰੀ ਨਗਾਹ ਨਾਲ ਤੱਕ ਲਓ, ਇੱਕ ਵਾਰ ਮੇਰੇ ਗਰੀਬ ਵੱਲ ਨਾ ਆਪਣੀ ਰਹਿਮਤ ਭਰੀ ਨਿਗਾਹ ਨਾਲ ਮੈਨੂੰ ਇੱਕ ਵਾਰ ਤੁਹਾਡੇ ਦੀਦਾਰ ਦਿਓ। ਸਾਰੀ ਖੇਡ ਬਦਲ ਗਈ, ਮਨ ਦਰਵਿਆ ਜਾਂਦਾ ਹੈ। ਗੁਰਬਾਣੀ ਦੇ ਸਮਝਣ ਦੇ ਤਰੀਕੇ ਬੇਅੰਤ ਨੇ, ਮੈਂ ਅੱਗੇ ਜਾਵਾਂ। ਸਿਮਰਨ ਦੇ ਟਾਈਮ ਜਦੋਂ ਸਿਮਰਨ ਕਰਦੇ ਹਾਂ, ਧਿਆਨ ਕਿੱਥੇ ਲਾਉਣਾ? ਧਿਆਨ ਦਿਓ ਕਿ ਗੁਰੂ ਦੀ ਕੋਈ ਫੋਟੋ, ਕੋਈ ਗੁਰਬਾਣੀ ਦੀ ਪੰਗਤੀ ਨਹੀਂ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਕਥ ਕਹਾਣੀ। ਜਦੋਂ ਸਿਮਰਨ ਕਰਦੇ ਹਾਂ, ਆਪਣੀ ਆਵਾਜ਼ ਆਪਣੇ ਕੰਨਾਂ ਨਾਲ ਸੁਣਨੀ ਹੈ ਅਤੇ ਇਹਨੂੰ ਇਹਦੇ 'ਤੇ ਧਿਆਨ ਲਾਉਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਤਾਂ ਬੈਠਦੇ ਨਹੀਂ ਨਾ ਆਪਣੇ ਆਪ ਨਾਲ, ਧਿਆਨ ਲਾਉਣਾ ਔਖਾ ਹੈ, ਆਖਣ ਔਖਾ। ਜਿਹਨੇ ਲਾਇਆ ਆ ਉਹਨੂੰ ਪਤਾ ਹੈ ਕਿੰਨਾ ਕਠਿਨ ਖੇਲ ਹੈ। ਜਨ ਨਾਨਕ ਇਹ ਖੇਲ ਕਠਿਨ ਹੈ ਪਰ ਲਾਉਣਾ ਪਏਗਾ। ਹਾਂਜੀ ਭੈਣ ਜੀ, ਇਹਦੇ 'ਚ ਇੰਨਾ ਗੱਲ ਹੋਰ ਕਰੀਏ ਕਿ ਜਿਹੜਾ ਜੇ ਇਹ ਸਾਰਾ ਕੁਛ ਸੁਣ ਕੇ ਤੁਹਾਨੂੰ ਇੱਦਾਂ ਨਾ ਲੱਗੇ ਕਿ ਤਾਂ ਬਹੁਤ ਔਖਾ ਸਾਰਾ ਕੁਛ, ਵੇਅਰ ਡੂ ਆਈ ਸਟਾਰਟ ਫਰੋਮ। ਸਾਨੂੰ ਨਿਤਨੇਮ ਇਸੇ ਕਰਕੇ ਹੀ ਮਿਲਿਆ ਕਿ ਜਿਹੜੀ ਚੀਜ਼ ਸਾਡੀ ਪੱਕੀ ਨਿਤ ਦਾ ਨੇਮ, ਮਤਲਬ ਐਵਰੀਡੇ ਕੰਸਿਸਟੈਂਟ ਡਿਸਿਪਲਿਨ, ਘੱਟੋ ਘੱਟ ਸਾਡੇ ਕੋਲ ਹੋਏ, ਵੱਧ ਜਿੰਨਾ ਮਰਜ਼ੀ ਕਰੋ, ਪਰ ਇਹ ਘੱਟੋ ਘੱਟ ਹੈ, ਬੇਸਿਕ ਹੈ, ਇਹ ਐਂਡ ਨਹੀਂ ਹੈ। ਪਹਿਲਾਂ ਆਪਾਂ ਇਹ ਸਮਝ ਲਈਏ ਰੋਜ਼ ਕਰਨ ਦੀ ਕਿਉਂ ਆਪਾਂ ਨੂੰ ਹਿਦਾਇਤ ਹੈ, ਕਿਉਂਕਿ ਜਦੋਂ ਅਸੀਂ ਇਹ ਕਹਿਣ ਲੱਗ ਜਾਂਦੇ ਨਾ ਕਿ ਮਤਲਬ ਸਮਝ ਨਹੀਂ ਆ ਰਿਹਾ ਜਾਂ ਗੱਲ ਨਹੀਂ ਬਣ ਰਹੀ, ਪਰ ਥੋੜ੍ਹੇ ਥੋੜ੍ਹੇ ਜਦੋਂ ਇੱਕ ਪਾਸੇ ਉਹ ਢਿੱਲੇ ਹੁੰਦੇ ਆ, ਬਿਫੋਰ ਵੀ ਨੋ ਇਟ ਸਾਨੂੰ ਵਿਸਰ ਗਿਆ ਸਾਰਾ ਕੁਛ। ਸਾਡੇ ਕੋਲ ਦੋ ਚੋਇਸਿਸ ਹੁੰਦੀਆਂ ਨੇ ਜਦੋਂ ਸਾਨੂੰ ਕੋਈ ਚੀਜ਼ ਸਮਝ ਨਾ ਲੱਗੇ। ਤੁਸੀਂ ਸਕੂਲ ਜਾਂਦੇ ਹੋ, ਕੰਮ 'ਤੇ ਜਾਂਦੇ ਹੋ, ਯੂਨੀਵਰਸਿਟੀ ਜਾਂਦੇ ਹੋ, ਕੰਮ ਦੀ ਕੋਈ ਤੁਹਾਨੂੰ ਪ੍ਰੋਜੈਕਟ ਮਿਲਿਆ, ਸਮਝ ਨਹੀਂ ਆ ਰਿਹਾ, ਤੁਹਾਡੇ ਕੋਲ ਕਿਹੜੀਆਂ ਦੋ ਚੋਇਸਿਸ ਨੇ? ਹੈਗੀਆਂ ਚੋਇਸਿਸ ਕਿ ਨਹੀਂ? ਕਿਹੜੀਆਂ ਦੋ ਚੋਇਸਿਸ ਨੇ ਦੱਸੋ? ਤੁਸੀਂ ਜਾਗਦੇ ਰਹੋਗੇ ਨਾਲੇ, ਦੱਸੋ ਦੋ ਚੋਇਸਿਸ ਹੈ ਨੇ। ਇੱਕ ਕੀ ਹੈ ਕਿ ਤੁਸੀਂ ਉਹਨੂੰ ਕਹੋ ਮੈਂ ਨਹੀਂ ਕਰਨਾ ਪ੍ਰੋਜੈਕਟ, ਮੇਰੇ ਵਾਸਤੇ ਰੋਗ ਨਹੀਂ, ਛੱਡ ਦਿਉ। ਦੂਜਾ ਕੀ ਹੈ? ਉਹਨੂੰ ਸਮਝੋ, ਉਹ ਜਾ ਕੇ ਕਿਸੇ ਨੂੰ ਪੁੱਛੋ ਮੈਨੂੰ ਹੈਲਪ ਦੀ ਲੋੜ ਹੈ, ਮੈਨੂੰ ਸਮਝ ਨਹੀਂ ਲੱਗ ਰਿਹਾ ਇਹ ਮੈਂ ਫੁਲਫਿਲ ਕਰਨਾ ਹੈ, ਕਿੱਥੋਂ ਸ਼ੁਰੂ ਕਰਨਾ। ਤੁਹਾਨੂੰ ਪਤਾ ਨਾ ਕਿੱਥੋਂ ਜਾ ਕੇ ਹੈਲਪ ਲੈਣੀ ਹੈ। ਨਿਤਨੇਮ 'ਚ ਵੀ ਇਹੀ ਹੈ, ਬਾਣੀ 'ਚ ਵੀ ਇਹੀ ਹੈ, ਸਿਮਰਨ 'ਚ ਵੀ ਇਹੀ ਹੈ। ਇੱਕ ਜ਼ਿਆਦਾਤਰ ਕੀ ਹੁੰਦਾ, ਮੈਂ ਨਿਤਨੇਮ ਛੱਡਤਾ ਕਿਉਂਕਿ ਮੈਨੂੰ ਸਮਝ ਨਹੀਂ ਲੱਗੀ, ਇਹ ਆਪਾਂ ਸੁਣਦੇ ਹਾਂ। ਸਿਮਰਨ 'ਚ ਧਿਆਨ ਨਹੀਂ ਲੱਗਦਾ ਸੋ ਛੱਡੋ। ਇਹਦਾ ਮਤਲਬ ਉਹ ਤਾਂ ਕੀ ਨਹੀਂ ਸੀ, ਕੰਮ ਨਹੀਂ ਛੱਡਦੇ ਆਪਾਂ, ਸਕੂਲ ਵੀ ਨਹੀਂ ਛੱਡਦੇ। ਇੱਥੇ ਆਪਾਂ ਆਪਣੇ ਆਪ ਨੂੰ, ਮਨ ਨੂੰ ਚੋਇਸ ਦੇ ਦਿੰਦੇ ਹਾਂ ਕਿ ਗੰਦ ਬਾਹਰ ਆ ਰਿਹਾ ਛੱਡ ਦਿਉ। ਇਹ ਨਾ ਥੋੜ੍ਹਾ ਜਿਹਾ ਇਹਦੇ ਨਾਲ, ਇਹ ਜਿਹੜੀ ਆਪਾਂ ਸਾਈਕੋਲੋਜੀ ਪੜ੍ਹਦੇ ਹਾਂ ਉਹਦੇ 'ਚ ਇੱਕ ਚੀਜ਼ ਆਉਂਦੀ ਹੈ, ਉਹਦੇ 'ਚ ਇੱਕ ਸਿਸਟਮ ਹੁੰਦਾ। ਉਹ ਕਹਿੰਦੇ ਨੇ ਕਿ ਜਦੋਂ ਤੁਹਾਡੀ ਨਾ, ਜੋ ਤੁਸੀਂ ਮਤਲਬ ਅਗੇਨ ਮੈਡੀਟੇਟਿਵ ਸਟੇਟ 'ਚ ਹੁੰਦੇ ਹੋ, ਜੋ ਤੁਸੀਂ, ਸਾਨੂੰ ਹੁਣ ਨਾਮ ਜਪਣ ਦਾ ਹੁਕਮ ਹੈ, ਤੁਰਦੇ ਫਿਰਦੇ ਉੱਠਦੇ ਬੈਠਦੇ ਅਸੀਂ ਉਸ ਸਟੇਟ 'ਚ ਰਹਿਣਾ, ਸਹਿਜ 'ਚ ਰਹਿਣਾ। ਜਿੰਨਾ ਬੰਦਾ ਉੱਧਰ ਨੂੰ ਜਾਏਗਾ, ਉਹ ਤੁਹਾਡਾ ਅੰਦਰ ਵਾਲਾ ਸਿਸਟਮ ਗੰਦ ਬਾਹਰ ਆਉਣਾ ਸ਼ੁਰੂ ਹੋਏਗਾ ਹੀ ਹੋਏਗਾ, ਪੱਕਾ ਗੱਲ ਹੈ। ਉਹ ਕਿਉਂ ਹੁੰਦਾ? ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਇਹ ਬੰਦਾ ਤਿਆਰ ਹੈ ਹੁਣ। ਅੱਛਾ, ਤੁਹਾਡੇ ਮੰਮੀ ਡੈਡੀ ਕੋਲੋਂ ਕੋਈ ਚੀਜ਼ ਮੰਗਣੀ ਹੋਏ, ਤੁਸੀਂ ਬੱਚੇ ਕਰੋ ਜਾਂਦੇ ਆ, ਜਦੋਂ ਮੰਮੀ ਨੇ ਵੇਲਣਾ ਫੜਨਾ ਹੋਏ ਉਦੋਂ ਕਦੋਂ ਜਾਂਦੇ ਆ ਬੱਚੇ ਮੰਗਣ? ਜੋ ਮੰਮੀ ਸ਼ਾਂਤ ਹੈ, ਬਹੁਤ ਖੁਸ਼ ਹੈ, ਅੱਜ ਮੰਮੀ, ਅੱਜ ਮੈਂ ਮੰਗ ਸਕਦਾ ਕੁਛ, ਰਾਈਟ? ਇੱਦਾਂ ਹੀ ਹੁੰਦਾ। ਜਦੋਂ ਮੰਮੀ ਗੁੱਸੇ ਕਿਲੇ 'ਚ ਉੱਧਰ ਕੌਣ ਜਾਂਦਾ? ਕੋਈ ਨਹੀਂ ਜਾਏਗਾ, ਉਹਨੂੰ ਪਤਾ ਕੋਈ ਘੁੱਟ ਪੈਣੀ ਹੈ, ਹੈ ਨਾ, ਖਿਸਕ ਜਾਣਾ ਉੱਥੋਂ। ਉੱਧਰ ਕਿਉਂ ਜਾਂਦੇ ਆ ਕਿ ਅੱਜ ਚਾਂਸ ਜ਼ਿਆਦੇ ਆ? ਇੱਦਾਂ ਹੀ ਸਾਡਾ ਉਹ ਜਿਹੜਾ ਸਿਸਟਮ ਭਰਿਆ ਪਿਆ ਅੰਦਰ ਬੈਗੇਜ, ਉਹ ਸਰਫੇਸ ਲੈਵਲ 'ਤੇ ਆ ਜਾਂਦਾ ਕਿ ਇਹ ਹੁਣ ਤਿਆਰ ਹੈ ਡੀਲ ਕਰਨ ਨਾਲ। ਜੇ ਤਾਂ ਅਸੀਂ ਡੀਲ ਕਰ ਲਿਆ ਤਾਂ ਉਹ ਖਤਮ ਹੋ ਜਾਏਗਾ, ਜੇ ਨਹੀਂ ਕੀਤਾ ਉਹ ਵਾਪਸ ਚਲ ਜਾਏਗਾ, ਪਰ ਉਹ ਵਾਪਸ ਆਏਗਾ, ਕਰਨਾ ਹੀ ਪਏਗਾ ਡੀਲ ਉਹਦੇ ਨਾਲ।
ਇਸ ਕਰਕੇ ਤੋਂ ਡਰੀਏ ਨਾ, ਜਿੱਦਾਂ ਹੋ ਰਿਹਾ ਤਾਂ ਤੁਸੀਂ ਸੋਚੋ ਵੀ ਠੀਕ ਹੈ ਕੰਮ ਚੱਲ ਰਿਹਾ, ਆਪਾਂ ਸਾਰੀ ਉਮਰ ਨਹੀਂ ਉਹਦੇ ਨਾਲ ਡੀਲ ਕਰਨਾ, ਇਹ ਨਹੀਂ ਕਿ ਸਾਰੀ ਉਮਰ ਹੀ ਆਈ ਜਾਏ, ਠੀਕ ਹੈ ਭਰਿਆ ਕੁਛ ਕਚਰਾ ਉਹਨੂੰ ਸਫਾ ਕਰਕੇ ਅੱਗੇ ਤੁਰਨਾ। ਔਰ ਨਿਤਨੇਮ ਦੀ ਇੰਨੀ ਪਾਵਰ ਹੈ ਕਿ ਆਪਾਂ ਪੜ੍ਹਦੇ ਹਾਂ ਕਿ ਜੰਗੇ ਮੈਦਾਨ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੀ ਕਿਹਾ, ਆਸਾ ਕੀ ਵਾਰ ਲਾਓ, ਪਿੱਛੇ ਕੀ ਹੋ ਰਿਹਾ, ਕਿੰਨੇ ਸਿੰਘ ਸ਼ਹੀਦ ਹੋ ਗਏ ਸੀ ਉਦੋਂ। ਅੱਛਾ ਹੁਣ ਮੰਨ ਲਓ ਕਿ ਵੀ ਕੀਰਤਨ ਚੱਲ ਰਿਹਾ, ਪਿੱਛੋਂ ਵਾਰ ਤਾਂ ਨਹੀਂ ਰੁਕੇ ਨਾ, ਕਿ ਰੁਕ ਗਏ ਸੀ, ਵਾਰ ਤਾਂ ਨਹੀਂ ਰੁਕੇ। ਕਹਿੰਦੇ ਨੇ ਤੁਹਾਨੂੰ ਜ਼ਿਆਦਾ ਪਤਾ ਹੋਣਾ 250 ਤੋਂ ਵੱਧ ਸਿੰਘ ਸ਼ਹੀਦ ਹੋ ਗਏ ਸੀ ਉਦੋਂ। ਅਤੇ ਇਹ ਸਵਾਲ ਪੁੱਛਿਆ ਸੀ ਸਿੰਘਾਂ ਨੇ ਕਿ ਗੁਰੂ ਸਾਹਿਬ ਤੁਹਾਨੂੰ ਪਤਾ ਹੈ ਅਸੀਂ ਕਿਹੜੇ ਮਾਹੌਲ ਦੇ ਵਿੱਚ, ਅਸੀਂ ਵੀ ਸੋਚਦੇ ਹੋਵਾਂਗੇ ਕਦੀ ਕਦੀ ਵੀ ਕੀ ਲੋੜ ਸੀ ਉੱਥੇ, ਕੀ ਲੋੜ ਸੀ ਉੱਥੇ ਨਿਤਨੇਮ ਦੀ, ਕੀ ਲੋੜ ਸੀ ਆਸਾ ਦੀ ਵਾਰ ਦੀ ਧੁੰਨ ਲਾਉਣ ਲਈ। ਕਹਿੰਦੇ ਮਹਾਰਾਜ ਨੇ ਕਿਹਾ ਸੀ ਮੈਨੂੰ ਭੁੱਖ ਲੱਗੀ ਹੈ, ਅਤੇ ਸਿੰਘ ਕਹਿੰਦੇ ਵੀ ਇੱਥੇ ਗੁਰੂ ਸਾਹਿਬ ਨੂੰ ਭੁੱਖ ਲੱਗੀ ਹੈ, ਕੀ ਸ਼ਿਕਾਈਏ। ਕਹਿੰਦੇ ਆਸਾ ਕੀ ਵਾਰ, ਮੈਨੂੰ ਭੁੱਖ ਬਾਣੀ ਦੀ ਲੱਗੀ ਹੈ। ਅਤੇ ਜਦੋਂ ਵੀ ਪੁੱਛਿਆ ਸੀ ਬਾਅਦ 'ਚ ਵੀ ਇੰਨੇ ਸਿੰਘ ਸ਼ਹੀਦ ਹੋ ਗਏ, ਤਾਂ ਗੁਰੂ ਸਾਹਿਬ ਦਾ ਜਵਾਬ ਸੀ ਕਿ ਕੁਛ ਵੀ ਹੋ ਜਾਂਦਾ ਨਾ ਇੱਥੇ, ਇਹ ਨਹੀਂ ਕੰਪਰੋਮਾਈਜ਼ ਹੋ ਸਕਦਾ। ਸੋ ਆਪਾਂ ਉਹ ਸਾਖੀ ਤੋਂ ਕੀ ਸਿੱਖਣਾ ਹੈ ਕਿ ਵੀ ਅਸੀਂ ਕੰਪਰੋਮਾਈਜ਼ ਕਰ ਦਿੰਦੇ ਆਪਣਾ ਨਿਤਨੇਮ, ਅੱਜ ਇੰਨਾ ਸਮਝੋ ਕੱਲ੍ਹ ਹੋਰ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਮੈਨੂੰ ਬਾਣੀ ਅਗਾਧ ਬੋਧ ਹੈ, ਮੈਨੂੰ ਮੇਰਾ ਜੀਵਨ ਗੁਰਬਾਣੀ ਰੂਪ ਬਣ ਜਾਵੇ, ਉੱਪਰ ਚੱਲਾਂਗੇ ਤਾਂ ਬਣੇਗਾ, ਜੇ ਅਸੀਂ ਸਟੋਪ ਲਾ ਦਿੱਤਾ ਤਾਂ ਫਿਰ ਕੀ ਹੋਪ ਹੈ, ਚੱਲਦੇ ਰਹਾਂਗੇ ਤਾਂ ਗੁਰੂ ਮਿਹਰ ਕਰਨ। ਸੋ ਇੱਕ ਚੀਜ਼ ਤਾਂ ਪੱਕੀ ਲੈ ਜੀ ਇੱਥੋਂ ਕਿ ਕੋਈ ਵੀ ਸਿੱਖ ਇੱਥੇ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਜਿਹਦੇ ਜੀਵਨ 'ਚ ਨਿਤਨੇਮ ਨਹੀਂ ਹੈ। ਜੇ ਤੁਸੀਂ ਸਮਾਗਮ 'ਤੇ ਆਏ ਹੋ ਨਾ ਤਾਂ ਜੀਵਨ ਪਲਟੇ, ਇੱਥੋਂ ਗੁਰੂ ਸਾਹਿਬ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਕੇ ਜਾਓ ਕਿ ਮੇਰਾ ਜੀਵਨ ਹਾਲੇ ਸੱਖਣਾ ਹੈ, ਮੇਰੀ ਝੋਲੀ ਬਾਣੀ ਪਾਓ, ਮੈਂ ਬਾਣੀ ਦੇ ਨਾਲ ਹੀ ਮੇਰਾ ਇਹ ਭਵਜਲ ਪਾਰ ਹੋਣੀ ਹੈ, ਹੋਰ ਕੋਈ ਬੰਦਾ ਨਹੀਂ, ਅਸੀਂ ਗੱਲਾਂ ਕਰਕੇ ਇੱਥੋਂ ਚੱਲ ਜਾਣਾ, ਨੋਬਡੀ ਕੈਨ ਡੂ ਐਨੀਥਿੰਗ ਫੋਰ ਯੂ, ਤੁਸੀਂ ਆਪ ਹੀ ਕਰਨਾ। ਗੁਰੂ ਸਾਹਿਬ ਖੁੱਲ੍ਹੇ ਭੰਡਾਰੇ ਦੇ ਰਹੇ ਹਾਂ, ਪਰ ਅਰਦਾਸਾਂ ਬੇਨਤੀਆਂ ਕਰਕੇ ਆਪਣੀ ਝੋਲੀ 'ਚ ਨਿਤਨੇਮ ਦੀ ਦਾਤ ਜ਼ਰੂਰ ਪਵਾ ਕੇ ਲੈ ਕੇ ਜਾਓ। ਆਪਣਾ ਸਮਾਂ ਕਹਿ ਰਹੇ ਸੀ ਵੀ 3 ਵਜੇ ਸਮਾਪਤੀ ਕਰ ਦੇਣੀ ਹੈ, ਸਾਡੇ ਸਵਾਲ ਤਾਂ ਹਾਲੇ 2 ਤਾਂ ਨਹੀਂ ਹੋਏ ਨੇ, ਵੀ ਹੈਵ 2 ਮੋਰ, ਪਰ ਨਹੀਂ ਸਮਾਂ ਨਹੀਂ ਹੈਗਾ ਹੁਣ, ਠੀਕ ਹੈ। ਸੋ ਆਪਣਾ ਸਮਾਂ ਨਹੀਂ ਹੈਗਾ, ਇੰਨਾ ਹੀ ਤੁਸੀਂ ਪ੍ਰਵਾਨ ਕਰਨਾ। ਇਹ ਨਾ ਸੋਚੋ ਕਿ ਅਸੀਂ ਕਿਸੇ ਦੇ ਕੁਸਚਨ ਦਾ ਆਂਸਰ ਦਿੱਤਾ ਜਾਣ ਕੇ, ਅਤੇ ਕਿਸੇ ਦਾ ਨਹੀਂ, ਅਸੀਂ ਕਿਸੇ ਦਾ ਨਾਂ ਨਹੀਂ ਲਿਖਿਆ, ਅਸੀਂ ਇਹ ਬਲੌਗਸ ਬਣਾ ਲਏ ਸੀਗੇ ਵੀ ਆਹ ਕਰਮ ਦਾ ਕੁਸਚਨ ਹੈ, ਇਹ ਗੁਰਬਾਣੀ ਦਾ ਕੁਸਚਨ ਹੈ, ਇਹ ਫੋਕਸ ਦਾ ਕੁਸਚਨ ਹੈ, ਇਹ ਪੜ੍ਹਾਈ ਦਾ ਕੁਸਚਨ ਹੈ, ਬੈਲੈਂਸ ਦਾ ਕੁਸਚਨ ਹੈ, ਤਾਂ ਕਿ ਅਸੀਂ ਕੋਸ਼ਿਸ਼ ਕਰੀਏ। ਪਰ ਇਹ ਸਾਰੇ ਕੁਸਚਨ ਇੰਨੇ ਪਿਆਰੇ ਨੇ, ਇੰਨੇ ਜੈਨੂਇਨ ਨੇ, ਔਰ ਇੰਨੇ ਡੀਪ ਨੇ ਕਿ ਅਸੀਂ ਉਹਨੂੰ ਸਰਫੇਸ ਲੈਵਲ 'ਤੇ ਜੇ ਤੁਹਾਨੂੰ ਮਾੜਾ ਜਿਹਾ ਦੱਸ ਕੇ ਚੱਲ ਜਾਈਏ, ਵੀ ਆਰ ਨੋਟ ਡੂਇੰਗ ਜਸਟਿਸ ਟੂ ਇਟ। ਅਤੇ ਹੋਪਫੁਲੀ ਗੋਟ ਦਾ ਆਨਸਰਸ, ਭਜੇ ਸਾਨੂੰ ਬੋਲਦਿਆਂ ਕਹਿੰਦਿਆਂ ਕੁਛ, ਔਰ ਟੂ ਮਿਸ ਆਊਟ ਤੁਹਾਡਾ ਸਵਾਲ ਵੀ, ਉਹਦੀ ਤੁਸੀਂ ਪਲੀਜ਼ ਸਾਨੂੰ ਮਾਫੀ ਦੇ ਦਿਓ। ਗੁਰੂ ਸਾਹਿਬ ਹੋਰ ਕਿਰਪਾ ਕਰਨ ਕਿ ਤੁਹਾਨੂੰ ਅੰਦਰੋਂ ਹੀ ਗੁਰੂ ਸਾਹਿਬ ਹੋਣੇ ਦੇ ਜਵਾਬ ਵੀ ਤੁਹਾਨੂੰ ਆਪ ਹੀ ਦੇਣ ਲੱਗ ਜਾਣ, ਆਪਾਂ ਇਹੀ ਬੇਨਤੀਆਂ ਕਰ ਸਕਦੇ ਹਾਂ, ਠੀਕ ਹੈ ਜੀ। ਸਾਡੇ ਦੋਨਾਂ ਵੱਲੋਂ ਭੁੱਲਾਂ ਜਿਹੜੀਆਂ ਹੋਈਆਂ ਉਹ ਮਾਫੀ ਕਰ ਦੇਣੀ, ਸਾਡੇ ਲਈ ਵੀ ਅਸੀਸ ਬਖਸ਼ਣਾ ਕਿ ਅਸੀਂ ਗੱਲਾਂ ਹੀ ਨਾ ਕਰਦੇ ਰਹਿ ਜਾਈਏ, ਵੀ ਸਾਡਾ ਜੀਵਨ ਵੀ ਉਸ ਤਰ੍ਹਾਂ ਦਾ ਬਣ ਸਕੇ ਜਿੱਦਾਂ ਦਾ ਅਸੀਂ ਸਾਰੀ ਬੈਠ ਕੇ ਵਿਚਾਰ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਭ ਕੁਝ ਸੁਣਿਆ, ਸਭ ਕੁਝ ਸਮਝਿਆ, ਆਪਾਂ ਇੱਥੇ ਕਿੰਨੇ ਸਿੰਘ ਹਾਂ ਜਿਨ੍ਹਾਂ ਨੇ ਖੰਡੇ ਦੀ ਪੌਲ ਨਹੀਂ ਚੱਕੀ। ਜਿਹੜਾ ਮੇਰੀ ਡਿਊਟੀ ਹੈ ਉਹ ਮੈਂ ਪੂਰੀ ਕਰਾਂ। ਜਿੰਨੇ ਸਿੰਘ ਆਏ ਹਾਂ ਆਪਾਂ
ਕਈ ਅਸੀਂ ਐਸੇ ਹੋਵਾਂਗੇ ਜਿਨ੍ਹਾਂ ਨੇ ਅਜੇ ਖੰਡੇ ਦੀ ਪੌਲ ਨਹੀਂ ਛਕੀ। ਸਭ ਤੋਂ ਪਹਿਲਾਂ ਦੇਖੋ, ਇੱਕ ਮੈਂ ਕੱਲ੍ਹ ਬੇਨਤੀ ਕੀਤੀ ਸੀ, ਇੱਕ ਹੁੰਦਾ ਮੇਲੇ 'ਚ ਜਾਓ ਅਤੇ ਬਾਪੂ ਦੀ ਉਂਗਲ ਫੜ ਲਓ ਅਤੇ ਉਹ ਛੁੱਟ ਜਾਂਦੀ ਹੈ ਜਦੋਂ ਮੇਲੇ ਦੇ ਧੱਕੇ ਧੁੱਕੇ ਪੈਂਦੇ ਨੇ, ਅਤੇ ਜਦੋਂ ਬਾਪੂ ਨੂੰ ਉਂਗਲ ਪਕੜਾ ਦਿਓ ਫਿਰ ਮੇਲੇ ਦੇ ਜਿੰਨੇ ਮਰਜ਼ੀ ਧੱਕੇ ਹੋਣ, ਬਾਪੂ ਦੀ ਪਕੜ ਤਕੜੀ ਹੁੰਦੀ ਹੈ ਫਿਰ ਨਹੀਂ ਛੁੱਟਦਾ। ਅਤੇ ਆਪਾਂ ਬਾਪੂ ਨੂੰ ਉਂਗਲ ਪਕੜਾਉਣੀ ਹੈ, ਉਂਗਲ ਪਕੜਾਉਣ ਦਾ ਮਤਲਬ ਹੈ ਅਸੀਂ ਖੰਡੇ ਦੀ ਪੌਲ ਛਕਣੀ ਹੈ। ਜੇ ਜਿੰਨੇ ਕੁਸਚਨ ਆਨਸਰ ਮੈਂ ਸੁਣ ਰਿਹਾ ਸੀ, ਜੇ ਤੁਹਾਨੂੰ ਬਹੁਤ ਔਖਾ ਲੱਗਦਾ, ਆਪਾਂ ਨੂੰ ਔਖਾ ਲੱਗਦਾ ਬਾਣੀ ਪੜ੍ਹਨੀ, ਤਾਂ ਉਹਦੇ ਸਾਧਨ ਦਿੱਤੇ ਨੇ ਮਹਾਰਾਜ ਨੇ। ਜਿਵੇਂ ਕਿ ਕੋਈ ਰੋ ਡਾਈਟ ਜਿਹੜੀ ਹੁੰਦੀ ਹੈ, ਕਈ ਵਾਰੀ ਅਸੀਂ ਸਪਰਾਊਟਸ ਵਗੈਰਾ ਬੱਚਿਆਂ ਨੂੰ ਦਿੰਦੇ ਹਾਂ ਨਾ, ਅਤੇ ਉਹ ਕਹਿੰਦੇ ਨੇ ਅਸੀਂ ਨਹੀਂ ਖਾ ਸਕਦੇ, ਅਤੇ ਅਸੀਂ ਉਸ ਨੂੰ ਖਵਾਉਣ ਦੇ ਤਰੀਕੇ ਨਵੇਂ ਲੱਭਦੇ ਹਾਂ। ਇੱਦਾਂ ਮਹਾਰਾਜ ਨੇ ਸਾਨੂੰ ਤਰੀਕਾ ਦਿੱਤਾ ਹੈ ਕਿ ਨਗਰ ਕੀਰਤਨਾਂ ਵਿੱਚ ਅਸੀਂ ਢੋਲਕੀਆਂ ਵਜਾ ਕੇ, ਛੈਣੇ ਵਜਾ ਕੇ ਗੁਰਬਾਣੀ ਨੂੰ ਗਾਇਆ। ਮੈਂ ਨਿੱਕਾ ਹੁੰਦਾ ਸੀ, ਇੱਕ ਗਿਆਨੀ ਜੀ ਹੁੰਦੇ ਸੀ ਸਾਡੇ, ਉਹ ਆਉਂਦੇ ਸੀ ਨਿਤਨੇਮ ਨੂੰ ਗਾ ਕੇ ਸੁਣਾਉਂਦੇ ਸੀ, ਬੱਚੇ ਤਿਆਰ ਕਰਦੇ ਸੀ, ਉਹ ਨਿਤਨੇਮ ਗਾਉਂਦੇ ਸੀ। ਉਹ ਗਾਉਂਦਿਆਂ ਗਾਉਂਦਿਆਂ ਸਾਨੂੰ ਬਾਣੀ ਕੰਠ ਹੋ ਗਈ ਸੀ। ਇੱਦਾਂ ਇੱਦਾਂ ਆਪਾਂ ਆਪਣੇ ਇਲਾਕਿਆਂ ਵਿੱਚ, ਏਰੀਆਜ਼ ਵਿੱਚ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਪ੍ਰਚਾਰ ਕਰ ਸਕਦੇ ਹਾਂ। ਬਈ ਛੁੱਟੀਆਂ ਦੇ ਟਾਈਮ 'ਤੇ ਜੂਨ ਜੁਲਾਈ ਵਿੱਚ ਜਦੋਂ ਵੀ ਛੁੱਟੀਆਂ ਹੁੰਦੀਆਂ ਜਾਂ ਸੰਡੇ ਦੇ ਸੰਡੇ, ਅਸੀਂ ਨਿਤਨੇਮ ਵਾਜੇ ਨਾਲ ਕਰਕੇ ਅਤੇ ਕੰਠ ਕਰ ਸਕਦੇ ਹਾਂ, ਸੁਖੈਨ ਹੋ ਜਾਂਦਾ ਹੈ। ਇੱਕ ਚੀਜ਼ ਹੁੰਦੀ ਹੈ, ਆਪਾਂ ਕਹਿੰਦੇ ਹਾਂ ਜਦੋਂ ਪੜ੍ਹਦੇ ਹਾਂ ਤਾਂ ਪਤਾ ਨਹੀਂ ਲੱਗਦਾ ਕਦੋਂ ਮੁੱਕ ਜਾਂਦੀ ਹੈ ਬਾਣੀ, ਅਤੇ ਜਦੋਂ ਉਸ ਨੂੰ ਗਾਉਂਦੇ ਹਾਂ ਤਾਂ ਉਹ ਸਾਨੂੰ ਮਿੱਠੀ ਲੱਗਣ ਲੱਗ ਪੈਂਦੀ ਹੈ। ਹੁਣ ਦੇਖੋ ਤੁਸੀਂ, ਅਖੰਡ ਪਾਠ ਸਾਹਿਬ ਵਿੱਚ ਬਹਿਣਾ ਬਹੁਤ ਉੱਚੀ ਅਵਸਥਾ ਹੈ ਕਿ ਅਖੰਡ ਪਾਠ ਸਾਹਿਬ ਨੂੰ 2.5 ਘੰਟੇ ਸੁਣ ਲੈਣਾ ਸੁਰਤੀ ਨਾਲ, ਪਰ ਕੀਰਤਨ ਵਿੱਚ ਅਸੀਂ ਮਨ ਨੂੰ ਲਾ ਲੈਂਦੇ ਹਾਂ। ਜਿਹਨੂੰ ਨਹੀਂ ਵੀ ਸਮਝ ਆਉਂਦੀ ਨਾ, ਉਹ ਦੇਖ ਕੇ ਸਵਾਦ ਲੈਣ ਲੱਗ ਪੈਂਦਾ, ਆਖੋ ਵਾਹਿਗੁਰੂ। ਅਤੇ ਸਾਨੂੰ ਤਰੀਕੇ ਬੜੇ ਦੱਸੇ ਆ ਮਹਾਰਾਜ ਨੇ, ਸੁਖੈਨ ਤਰੀਕੇ ਤੁਹਾਨੂੰ ਦੱਸਾਂ। ਜੇ ਸਾਡੇ ਸਾਰਿਆਂ ਦੀ ਸ਼ੁਰੂਆਤ ਨਾ ਕਿਤੋਂ ਨਾ ਕਿਤੇ ਨਗਰ ਕੀਰਤਨ ਤੋਂ, ਪ੍ਰਭਾਤ ਫੇਰੀਆਂ ਤੋਂ, ਨਿੱਕੇ ਨਿੱਕੇ ਹੁੰਦੇ ਸੀਗੇ ਸਾਨੂੰ ਲਾਲਚ ਸੀਗਾ ਬਈ ਸਾਨੂੰ ਕੜਾ ਪ੍ਰਸ਼ਾਦੀ ਦੇਗ ਮਿਲੇਗੀ, ਛੋਲੇ ਮਿਲਣਗੇ ਪ੍ਰਭਾਤ ਫੇਰੀਆਂ ਵਿੱਚ। ਹਾਂਜੀ, ਉੱਠਦੇ ਸੀ ਨਾ, ਮੱਠੀ ਮਿਲਦੀ ਸੀ, ਚਾਹ ਮਿਲਦੀ ਸੀ, ਉਹ ਮੱਠੀ ਦਾ ਸਵਾਦ ਸਾਨੂੰ ਕਿਸੇ ਵੀ ਸ਼ੋਪ ਤੋਂ ਜਿਹੜੀ ਮਰਜ਼ੀ ਚੀਜ਼ ਖਾ ਲਈਏ ਉਹ ਨਹੀਂ ਮਿਲਦਾ। ਸਵੇਰੇ 4 ਵਜੇ ਉੱਠ ਕੇ ਮਾਂ ਭਜਾਉਂਦੀ ਹੁੰਦੀ ਸੀ ਬਈ ਪ੍ਰਭਾਤ ਫੇਰੀਏ ਅਤੇ ਜਾਣਾ, ਇੱਥੋਂ ਚਾਹ ਪੈਦਾ ਹੁੰਦੇ ਨੇ। ਇੱਕ ਹੋਰ ਮੇਰੀ ਬੇਨਤੀ, ਜੇ ਅਸੀਂ ਅਕਸਰ ਕੀਰਤਨ ਕਰਦੇ ਹਾਂ, ਸੇਵਾ ਵਿੱਚ ਬੜਾ ਸਵਾਦ ਜੀ, ਸੇਵਾ ਵਿੱਚ ਬੜਾ ਸਵਾਦ ਜੇ, ਜਿਹੜਾ ਅਸੀਂ ਕਹਿੰਦੇ ਨਾ ਮਨ ਨਹੀਂ ਲੱਗਦਾ, ਕਦੀ ਕੋਸ਼ਿਸ਼ ਕਰੀਏ ਅਸੀਂ ਜੋੜੇ ਖਾਨੇ 'ਚ ਨਾ ਜੋੜਿਆਂ ਦੀ ਸੇਵਾ ਨਾਲ ਕਰਿਆ ਕਰੀਏ, ਕੋਸ਼ਿਸ਼ ਕਰੀਏ। ਸਾਨੂੰ, ਮੈਨੂੰ ਮਾਫ ਕਰਨਾ, ਅਸੀਂ ਸਮਾਗਮਾਂ ਵਿੱਚ ਛਕਣਾ ਜਾਣਦੇ ਹਾਂ, ਛਕਾਉਣਾ ਨਹੀਂ ਜਾਣਦੇ, ਖਾਣਾ ਜਾਣਦੇ ਹਾਂ, ਬਣਾਉਣ ਦੀ ਮਰਿਆਦਾ ਸਾਡੀ ਕੱਚੀ ਹੋਈ ਜਾਂਦੀ ਹੈ।
ਜਦੋਂ ਬਣਾਉਣ ਦੀ ਮਰਿਆਦਾ ਵੱਲ ਨੂੰ ਤੱਕਾਂਗੇ ਨਾ, ਸ਼ੌਂਕ ਪੈਦਾ ਕਰਾਂਗੇ। ਤੁਹਾਨੂੰ ਮੈਂ ਸੱਚੀ ਗੱਲ ਦੱਸ ਰਿਹਾ ਜੇ, ਮੈਨੂੰ ਉਹ ਦਿਨ ਯਾਦ ਆਉਂਦੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ ਅਤੇ ਸਾਡੇ ਕਾਨਪੁਰ 'ਚ ਲੋਹਾਂ ਲੱਗਦੀਆਂ ਹੁੰਦੀਆਂ ਸੀ, ਲੋਹਾਂ ਲੱਗਦੀਆਂ ਸੀ ਅਤੇ ਉਹ ਜਿਹੜੀਆਂ ਹੁੰਦੇ ਨਾ ਜਿਹਦੇ ਨਾਲ ਪਰਤਾਈ ਦਿਨ ਲੋਹੇ ਦੀ, ਸਿੱਖਾਂ ਕਹਿ ਲਓ ਕਿੱਦਾਂ ਕਹਿ ਲਓ, ਉਹ ਅਸੀਂ ਨਿੱਕੇ ਨਿੱਕੇ ਹੋ ਕੇ ਫੁਲਕੇ ਪਰਤਾਉਣ ਦੇ ਚੱਕਰ 'ਚ ਜਾਂਦੇ ਹੁੰਦੇ ਸੀ ਕਿ ਅਸੀਂ ਕੋਲ ਜਾਵਾਂਗੇ। ਛੋਟੇ ਸੀਗੇ, ਸਾਨੂੰ ਡਾਂਟ ਵੀ ਪੈਂਦੀ ਸੀ ਲਾਗੇ ਨਹੀਂ ਜਾਣਾ, ਪੇੜੇ ਬਣਾਉਂਦੇ ਹੁੰਦੇ ਸੀਗੇ। ਉਹ ਜਿਹੜੀਆਂ ਨਿੱਕੀ ਨਿੱਕੀਆਂ ਐਕਟੀਵਿਟੀਜ਼ ਸੀ ਨਾ, ਉਹ ਬੜੀਆਂ ਪਿਆਰ ਪੈਦਾ ਕਰਦੀਆਂ ਸੀ, ਬੜੇ ਪਿਆਰ ਦਰੀਆਂ ਝਾੜਨੀਆਂ ਗੁਰੂ ਘਰ ਦੀਆਂ, ਛੋਟੇ ਛੋਟੇ ਜਿਹੜੀਆਂ ਸੇਵਾਵਾਂ ਨੇ ਨਾ। ਅੱਜ ਵੀ ਤੁਸੀਂ ਗੁਰੂ ਰਾਮਦਾਸ ਦੇ ਘਰ ਜਾਓਗੇ ਨਾ, ਉੱਥੋਂ ਪਿਆਰ ਪਤਾ ਕਿੱਦਾਂ ਪੈਦਾ ਹੁੰਦਾ। ਹੁਣ ਮੈਂ ਤੁਹਾਨੂੰ ਦੱਸਾਂ, ਸਾਡੀ ਅਖੰਡ ਕੀਰਤਨੀ ਜਥੇ ਦੇ ਬਹੁਤ ਸਿਰਮੌਰ ਗੁਰੂ ਕੇ ਲਾਲ ਹੋਏ ਨੇ, ਭਾਈ ਸੂਰਤ ਸਿੰਘ ਜੀ ਪੂਰਨ ਜੀ, ਵਾਹਿਗੁਰੂ ਆਖੋ ਜੀ। ਅਸੀਂ ਜਦੋਂ ਵੀ ਅੰਮ੍ਰਿਤ ਵੇਲੇ ਜਾਣਾ ਹੈ ਨਾ, ਨਿਤਨੇਮ ਹੋ ਰਿਹਾ, ਸਭ ਕੁਛ ਹੋ ਰਿਹਾ, ਪਰ ਉਹ ਨੌਜਵਾਨਾਂ ਨੂੰ ਬੇਨਤੀ ਕਰਦੇ ਸੀ, ਉੱਥੇ ਸੇਵਾ ਸ਼ੁਰੂ ਹੋ ਗਈ ਹੈ, ਜਾਓ ਸਾਰੇ ਉੱਠ ਕੇ ਸੇਵਾ ਕਰਕੇ ਆਓ। ਅੰਦਰ ਜਾ ਕੇ ਜਦੋਂ ਇਸ਼ਨਾਨ ਦੀ ਸੇਵਾ ਹੁੰਦੀ ਹੈ ਨਾ, ਮਨ ਵਿੱਚ ਉਹਨਾਂ ਨੇ ਇੱਕ ਗੱਲ ਪਾਈ ਹੋਈ ਸੀ, ਇੱਕ ਬਾਲਟੀ ਵੀ ਤੂੰ ਗੁਰੂ ਰਾਮਦਾਸ ਦੇ ਘਰੋਂ ਨਾ ਸਰੋਵਰ ਵਿੱਚ ਚੱਕ ਕੇ ਇੱਕ ਇੱਕ ਬਾਲਟੀ ਦੀ ਵੀ ਸੇਵਾ ਕਰ ਦੇਗਾ ਨਾ, ਜਲ ਚੁੱਕ ਕੇ ਪਾ ਲਏਗਾ, ਭਾਵਨਾ ਤੇਰੀ ਇਹ ਹੋਣੀ ਚਾਹੀਦੀ ਹੈ, ਪਤਾ ਨਹੀਂ ਕਿੰਨੇ ਗੁਰੂ ਰਾਮਦਾਸ ਤੇਰੇ ਪਾਪ ਧੋ ਦੇਗਾ। ਇਹ ਭਾਵਨਾ ਸਾਡੀ ਪੈਦਾ ਕਰਦੀ ਹੈ। ਮੈਂ ਤੁਹਾਨੂੰ ਦੱਸਾਂ ਇੱਕ ਨਿੱਕੀ ਜਿਹੀ ਗੱਲ, ਮੇਰੀ ਜ਼ਿੰਦਗੀ 'ਚ ਉਹਨਾਂ ਦੀ ਯਾਦ ਆਉਂਦੀ, ਮੇਰਾ ਗੁਰਦਾਸਪੁਰ ਕੀਰਤਨ ਹੋਵੇ, ਮੇਰਾ ਜਲੰਧਰ ਹੋਵੇ, ਮੇਰਾ ਕਪੂਰ ਥੱਲੇ ਹੋਵੇ, ਘੰਟੇ ਡੇਢ ਘੰਟੇ ਦਾ ਫਰਕ ਹੈ ਨਾ, ਅਤੇ ਮੇਰੇ ਦਿਮਾਗ 'ਚ ਇੱਕ ਗੱਲ ਯਾਦ ਆਉਂਦੀ ਹੈ, ਪਾਪ ਧੋਣੇ ਨਹੀਂ ਨਾ, ਚੱਲ ਸੇਵਾ 'ਤੇ ਇੱਕ ਬਾਲਟੀ ਸੋਠਾ। ਉਹ ਕਈ ਵਾਰੀ ਤੁਹਾਨੂੰ ਮੈਂ ਦੱਸਾਂ ਜੇ, ਗੁਰੂ ਰਾਮਦਾਸ ਦੇ ਗੁਰਪੁਰਬ 'ਤੇ ਇੱਕ ਵਾਰੀ ਚਾਂਸ ਬਣਿਆ, ਦਿੱਲੀ ਕੀਰਤਨ ਅਤੇ ਸ਼ੀਸ਼ਗੰਜ ਸਾਹਿਬ, ਇੱਕ ਰਾਤ ਪਹਿਲੇ ਕੀਰਤਨ ਕੀਤਾ, ਸੱਚੇ ਪਾਤਸ਼ਾਹ ਨੇ ਐਵੇਂ ਦਿਮਾਗ 'ਚ ਆ ਗਿਆ ਵੀ ਸੇਵਾ ਕਰਨੀ ਹੈ, ਰਾਤੋ ਰਾਤ ਫਲਾਈਟ ਚੱਕੀ, ਸਵੇਰੇ ਗਿਆ, ਬੜੀ ਸੰਗਤ ਸੀ, ਸੇਵਾ ਹੀ ਨਹੀਂ ਮਿਲੀ, ਇੰਨੇ ਸਿੰਘ ਸੀ ਲਾਈਨ 'ਤੇ ਲੱਗੇ ਰਹੇ, ਅਤੇ ਮੈਂ ਐਵੇਂ ਕਿਸੇ ਸਿੰਘ ਦੇ ਸਾਹਮਣੇ ਆ ਕੇ ਮੈਂ ਕਿਹਾ ਯਾਰ ਫਲਾਈਟ 'ਚ ਲੈ ਕੇ ਆਇਆ, ਇੰਨੀ ਮਾਇਆ ਚੱਕੀ ਹੈ ਅਤੇ ਐਮਰਜੈਂਸੀ ਫਲਾਈਟ ਦੀ ਟਿਕਟ ਲਈ ਹੈ, ਪਹੁੰਚਿਆ ਅਤੇ ਸੇਵਾ ਮਿਲੀ ਨਹੀਂ। ਉਹ ਕਹਿੰਦਾ ਭਲਿਆ ਲੋਕਾ, ਗੁਰੂ ਰਾਮਦਾਸ ਜਿਹਨੂੰ ਮਜ਼ਦੂਰੀ 'ਤੇ ਬੁਲਾਉਂਦਾ ਹੈ ਨਾ, ਮਜ਼ਦੂਰੀ ਕਿਰਾਏ ਨਾ ਕਿਰਾਏ ਪੇਮੈਂਟ ਪੂਰੀ ਦਿੰਦਾ ਹੀ। ਮੈਂ ਤੁਹਾਨੂੰ ਦੱਸ ਸਕਣਾ ਕਿ ਮੇਰੀ ਜਾਨ ਨਿਕਲ ਗਈ, ਮੈਂ ਕਿਹਾ ਯਾਰ ਅਗਰ ਇੱਦਾਂ ਦੀ ਗੱਲ ਹੈ, ਮੈਂ ਕਮਾਲ ਕਰਤੀ ਆ, ਮੇਰੀ ਤਾਂ ਭਾਵਨਾ ਹੀ ਕਮਾਲ ਕਰਤੀ, ਤੂੰ ਚੇਂਜ ਕਰ ਦਿੱਤੀ। ਅਤੇ ਜਿਹੜੀਆਂ ਪ੍ਰੇਮ ਪੈਦਾ ਕਰਨਾ ਨਾ, ਦੇਖੋ ਸਾਰੀਆਂ ਮੈਂ ਹੁਣ ਤੁਹਾਨੂੰ ਕਹਾਂ ਤੁਸੀਂ ਨਿਤਨੇਮ ਕਰਨਾ, ਅਸੀਂ ਸਾਰੀ ਜ਼ਿੰਦਗੀ ਜਾਣਤ ਹੀ ਅਵਗਣ ਕਰਿਆ, ਸਾਨੂੰ ਪਤਾ ਹੈ ਇਹ ਗਲਤ ਹੈ। ਦੁਨੀਆ ਦੀਆਂ ਸਾਰੀਆਂ ਕਿਤਾਬਾਂ 'ਤੇ ਲਿਖਿਆ ਸੱਚ ਬੋਲੋ। ਇੰਡੀਆ ਵਿੱਚ ਅਸੀਂ ਸ਼ੁਰੂ ਤੋਂ ਐਂਡ ਤੱਕ ਕਿਤਾਬਾਂ ਪੜ੍ਹੀਆਂ ਨੇ ਸੱਚ ਬੋਲਣਾ ਹੈ, ਸੱਚ ਬੋਲ, ਕਿਤੇ ਲਿਖਿਆ ਝੂਠ ਬੋਲਣਾ ਮੈਨੂੰ ਦੱਸੋ। ਪਰ ਫਿਰ ਵੀ ਮੇਰਾ ਭਾਰਤ ਮਾਨ 100 ਵਿੱਚੋਂ 99 ਬੇਈਮਾਨ ਹੀ ਆਉਂਦਾ ਨਾ,
ਮੇਰੀ ਠੇਠ ਹੈ ਵੀ ਅਸੀਂ ਬੇਈਮਾਨ ਕਿਉਂ ਆ? ਸਾਡੇ ਮਨ ਨੇ ਤੇ ਸਾਡੀ ਸੁਰਤ ਨੇ ਉਸ ਚੀਜ਼ ਨੂੰ ਪਕੜਿਆ ਨਹੀਂ। ਪੜਿਆ ਜ਼ਰੂਰ ਹੈ ਪਰ ਚੱਲਣ ਵਾਸਤੇ ਮਨ ਪਹਿਲੇ ਉਸਨੂੰ ਕਬੂਲ ਕਰੇ। ਉਹ ਕਬੂਲ ਨਹੀਂ ਕਰ ਰਿਹਾ, ਉਹਦਾ ਰੀਜ਼ਨ ਇਹ ਹੈ। ਮੈਨੂੰ ਇੱਦਾਂ ਲੱਗਦਾ ਨਾਨਕ ਜੀ ਦਾ ਜਿਹੜਾ ਪਹਿਲਾ ਕੰਸੈਪਟ ਹੈ ਨਾ, ਪਹਿਲਾਂ ਮਰਨ ਕਬੂਲ, ਜਿਸ ਨੂੰ ਮੌਤ ਯਾਦ। ਇਹ ਖੰਨੇ ਵਾਲੇ ਵੀਰ ਜੀ ਕਹਿੰਦੇ ਸੀ, ਮਸਕੀਨ ਜੀ ਵੀ ਇਹੀ ਗੱਲ ਕਹਿੰਦੇ ਸੀ, ਜਿਹਨੂੰ ਮੌਤ ਯਾਦ ਉਹਨੂੰ ਰੱਬ ਯਾਦ, ਜਿਸ ਨੂੰ ਰੱਬ ਕਦੀ ਨਹੀਂ ਯਾਦ ਆਉਂਦਾ ਨਾ, ਉਹ ਸ਼ਮਸ਼ਾਨ ਘਾਟ ਇੱਕ ਦੋ ਵਾਰੀ ਹੋ ਕੇ ਆਵੇ, ਦੇਖੇ ਕਿੱਦਾਂ ਕੀ ਸੀਨ ਹੁੰਦਾ, ਤਰਾਏ ਤਰਾਏ ਕਰਕੇ ਵਾਹਿਗੁਰੂ ਕਹੇਗਾ। ਹਾਸੇ ਵਾਲੀ ਗੱਲ ਕਰਾਂ ਜੇ ਆਖੋ ਵਾਹਿਗੁਰੂ, ਅਸੀਂ ਡਾਕਟਰ ਸਾਹਿਬ ਜਾਂਦੇ ਹਾਂ, ਹੇਮਕੁੰਡ ਸਾਹਿਬ ਜਾਂਦੇ ਹਾਂ ਨਾ, ਸਾਰੇ ਅਸੀਂ ਖੱਪ ਪਾਉਣ ਡੇ ਸੀ ਬੱਸ ਦੇ ਵਿੱਚ, ਇੱਕਦਮ ਨਾ ਉਹ ਬੱਸ ਨਾ ਹਿਲਜੁਲ ਹੋਈ ਅਤੇ ਉਹ ਕਹਿੰਦੇ ਨੇ ਚੱਲੀ ਜੇ ਥੱਲੇ, ਅਤੇ ਸਾਰੇ ਬਿਲਾਵਲ ਮਹਿਲਾ ਪੰਜਵਾਂ ਤਾਤੀ ਵਾਹ ਨਾਲ ਲੱਗੀ ਪਾਰ। ਜ਼ਿੰਦਗੀ ਦੀ ਹਕੀਕਤ, ਜੇ ਜਿਹਨੂੰ ਮੌਤ ਯਾਦ ਉਹਨੂੰ ਰੱਬ ਯਾਦ। ਮਹਾਰਾਜ ਬਹੁਤ ਡਰਾਉਂਦੇ ਨੇ, ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਕੋਈ ਜਵਾਨੀ ਵੇਖੇ, ਬਚਪਨਾ ਵੇਖੇ, ਫਿਰ ਬੁਢਾਪਾ ਵੇਖੇ, ਅਗਰ ਉਸਨੂੰ ਵੇਖ ਕੇ ਫਿਰ ਮੌਤ ਨੂੰ ਵੇਖ ਲਏ, ਅਗਰ ਉਹਦੇ ਮਨ ਨੇ ਪਕੜ ਲਈ ਨਾ ਗੱਲ, ਤਾਂ ਵਾਹਿਗੁਰੂ ਯਾਦ ਆਏਗਾ। ਮੈਂ ਤੁਹਾਨੂੰ ਦੱਸਾਂ, ਬੜੀਆਂ ਮੌਤਾਂ 'ਤੇ ਅਸੀਂ ਕੀਰਤਨ ਕਰਦੇ ਹਾਂ, ਆਖੋ ਵਾਹਿਗੁਰੂ ਜਾਂਦੇ ਹਾਂ, ਜਿਹਦੇ ਘਰ ਮੌਤ ਹੋਵੇ ਉਹਨੂੰ ਕਹਿੰਦੇ ਹਾਂ ਭਾਣਾ ਮਨ ਕੋਈ ਨਾ। ਇਹ ਤਾਂ ਸੱਚਾਈ ਹੈ, ਭਾਣਾ ਮਨੋ, ਮਰ ਜਾਣਾ ਸਾਰਿਆਂ ਨੇ। ਮੈਂ ਤੁਹਾਨੂੰ ਹਕੀਕਤ ਗੱਲ ਦੱਸਾਂ, ਇੱਕ ਦਿਨ ਮੌਤ ਨੇ ਘਰ ਮੇਰੇ ਫੇਰਾ ਪਾ ਲਿਆ, ਬਾਪੂ ਮੇਰਾ ਬਿਮਾਰ। ਹੁਣ ਉਹ ਜਦੋਂ ਵੈਂਟੀਲੇਟਰ 'ਤੇ ਪਿਆ ਨਾ, ਤਾਂ ਚੀਕਾਂ ਕਢਾ ਦਿੱਤੀਆਂ। ਉਸ ਦਿਨ ਮੈਂ ਕਿਹਾ, ਸਰਦਾਰਾ ਦੂਜੇ ਨੂੰ ਕਹਿਣਾ ਬੜਾ ਸੌਖਾ ਹੀ, ਜਦੋਂ ਆਪਣੇ 'ਤੇ ਪੈਂਦੀ ਆ ਨਾ ਜਾਨ ਕੱਢ ਦਿੰਦੀ ਆ। ਉਸ ਦਿਨ ਜਿੰਨਾ ਵਾਹਿਗੁਰੂ ਨਿਕਲਿਆ ਨਾ, ਕੋਈ ਆਪਣਾ ਪਿਆ ਸੀ ਵੈਂਟੀਲੇਟਰ 'ਤੇ, ਅੰਦਰੋਂ ਨਿਕਲਦਾ ਸੀ ਵਾਹਿਗੁਰੂ, ਹਾਏ ਸੱਚੇ ਪਾਤਸ਼ਾਹ ਇਹ ਮੇਰਾ ਬਾਪੂ ਹੈ, ਇਹਨੂੰ ਬਚਾ ਲਿਆ ਕਿਸੇ। ਮੌਤ ਯਾਦ ਆਉਣੀ ਚਾਹੀਦੀ ਹੈ। ਛਿਨ ਛਿਨ ਔਧ ਵਿਆਹਤ ਹੈ, ਬੂਟੇ ਘੱਟ ਜਿਉਂ ਪਾਣੀ, ਸਾਹ ਮਿਲੇ ਨੇ। ਗੁਰੂ ਗ੍ਰੰਥ ਸਾਹਿਬ ਪਤਾ ਸਾਹ ਦੇ ਬਾਰੇ ਬੜੀ ਗੱਲ ਕਰਦੇ ਨੇ। ਅਸੀਂ ਦੁਨੀਆਂ ਦੀ ਹਰ ਚੀਜ਼ ਨੂੰ ਵੇਖਣੇ, ਆਪਣੇ ਸਾਹ ਚੱਲਦੇ ਹੋਏ ਨੂੰ ਕਦੇ ਨਹੀਂ ਦੇਖਦੇ, ਹਰ ਚੀਜ਼ ਨੂੰ ਦੇਖਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਸਾਰੀ ਬਾਣੀ ਦੇਖੋ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ, ਸਾਸ ਸਾਸ ਸਿਮਰੋ ਗੋਬਿੰਦ, ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰਿਓ। ਇੱਕ ਦਿਨ ਇੱਕ ਸਿੰਘ ਕਹਿੰਦਾ ਤੂੰ ਸਾਹ ਵੇਖਿਆ ਆਪਣਾ? ਮੈਂ ਕਿਹਾ ਚੱਲਦਾ ਤਾਂ ਹੈ, ਤਾਂ ਹੀ ਬੋਲਦਾ। ਕਹਿੰਦਾ ਵੇਖ ਲੈ ਕਦੀ ਕਿੱਥੇ ਚੱਲਦਾ। ਹੁਣ ਜੇ ਚੱਲਦਾ ਤੁਹਾਨੂੰ ਦੇਖ ਲੈ,
ਤੇ ਗੁਰੂ ਸਾਹਿਬ ਕਹਿੰਦੇ ਉਹਨਾਂ ਸਾਹਾਂ ਵਿੱਚ ਵਾਹਿਗੁਰੂ ਨੂੰ ਪਰੋਲ ਹੈ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬੌੜ ਜਨਮ ਨਾਮ। ਇਹਨਾਂ ਸਾਹਾਂ ਵਿੱਚ ਜੋ ਚੱਲੇਗਾ ਨਾ ਉਹ ਤੈਨੂੰ ਪੋਜ਼ਿਟਿਵ ਐਨਰਜੀ ਬਣੇਗੀ ਅਤੇ ਤੂੰ ਚੰਗੇ ਕੰਮ ਨੂੰ ਤੁਰੇਗਾ। ਬੰਦਾ ਕਹਿੰਦਾ ਮੈਂ ਬੁਰਾ ਕੰਮ ਕਰਨਾ ਚਾਹੁੰਦਾ ਨਹੀਂ ਸੀ, ਹੋ ਗਿਆ। ਤੇਰੇ ਮਾਇੰਡ ਨੂੰ ਤਾਂ ਪਤਾ ਸੀ ਇਹ ਬੁਰਾ ਕੰਮ ਹੈ, ਪਰ ਤੇਰੀ ਤਸੀਰ ਨਹੀਂ ਸੀ ਚੰਗਾ ਕੰਮ ਕਰਨ ਵਾਲੀ, ਤੂੰ ਮੰਦਾ ਕਰ ਲਿਆ। ਆਪਣੀ ਤਸੀਰ ਨੂੰ ਚੇਂਜ ਕਰਨ ਵਾਸਤੇ ਅਸੀਂ ਪੰਜਾਂ ਪਿਆਰਿਆਂ ਕੋਲ ਜਾਣਾ, ਆਖੋ ਵਾਹਿਗੁਰੂ। ਆਪਣੀ ਵਾਈਬ੍ਰੇਸ਼ਨ ਨੂੰ ਚੇਂਜ ਕਰਨ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਖਾਂ ਨਾਲ ਦਰਸ਼ਨ ਕਰਨੇ ਨੇ। ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ। ਅਸੀਂ ਕੰਨਾਂ ਦੀ ਤਸੀਰ ਨੂੰ ਚੇਂਜ ਕਰਨ ਵਾਸਤੇ ਇਹ ਸ਼ਰਵਣੋ ਮੇਰੇ ਸਾਚੇ ਸੁਣਨ ਨੋ ਪਠਾਏ, ਸਾਚੇ ਸੁਣਨ ਨੋ ਪਠਾਏ ਸਰੀਰ ਲਾਏ ਸੁਣੋ। ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾ ਜਬ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀ। ਪੰਜਾਂ ਪਿਆਰਿਆਂ ਕੋਲ ਜਾਵਾਂਗੇ, ਪੰਜਾਂ ਪਿਆਰਿਆਂ ਨੇ ਕੀ ਕਰਨਾ, ਸਾਡੀ ਤਸੀਰ ਨੂੰ ਚੇਂਜ ਕਰਨ ਦੀ ਸ਼ੁਰੂਆਤ ਕਰ ਦੇਣੀ ਹੈ। ਸਾਨੂੰ ਗੁਰਬਾਣੀ ਦੇ ਲੜ ਲਾ ਦੇਣਾ, ਇੱਕ ਅਕਾਊਂਟ ਖੋਲ੍ਹ ਦੇਣਾ। ਜਦੋਂ ਅਸੀਂ ਰੋਜ਼ ਬਾਣੀ ਪੜ੍ਹਾਂਗੇ ਗੁਰੂ ਘਰ ਵਿੱਚ ਉਹ ਜਮ੍ਹਾਂ ਹੋਏਗਾ, ਫਿਰ ਬੌੜੀ ਕਰੇਗਾ ਗੁਰੂ ਗ੍ਰੰਥ ਸਾਹਿਬ ਸਾਡੀ। ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਜੀ ਹੋਣਗੇ, ਧੰਨ ਮਾਤਾ ਸਾਹਿਬ ਕੌਰ ਸਾਡੀ ਮਾਂ ਹੋਏਗੀ। ਫਿਰ ਵੀ ਡਿੱਗਾਂਗੇ, ਪਰ ਡਿੱਗਣ ਵਿੱਚ ਫਰਕ ਹੁੰਦਾ ਜੇ, ਇੱਕ ਹੁੰਦਾ ਕਿਸੇ ਦੀ ਸ਼ਗਰਦੀ ਵਿੱਚ ਡਿੱਗਣਾ, ਇੱਕ ਸਾਡੀ ਆਪਣੀ ਮਨ ਦੀ ਮੱਤ ਹੈ। ਜਦੋਂ ਡਿੱਗਾਂਗੇ ਫਿਰ ਇਹ ਸਾਂਭੇਗਾ ਸਾਨੂੰ, ਅਸੀਂ ਜ਼ਰੂਰ ਸਾਂਭੇਗਾ, ਜ਼ਰੂਰ ਸਾਂਭੇਗਾ, ਪੂਰਾ ਕੌਨਫੀਡੈਂਸ ਹੈ ਸਾਂਭੇਗਾ। ਅਵਗਣ ਕੋ ਨਾ ਚਿਤਾਰਦਾ ਗਲਸੇਤੀ ਲਾਇਕ, ਮੂੰਹ ਮੰਗਾਂ ਸੋਈ ਦੇਣ ਦਾ ਹਰ ਪਿਤਾ ਸਭਨਾ ਗੱਲਾਂ ਲਾਇਕ, ਹਰ ਪਿਤਾ ਸੁਖਦਾਇਕ। ਉਹ ਲਾਂਦਾ ਹੈ, ਉਹ ਅਕੀਰਤਕਨਾਂ ਨੂੰ ਪਾਲਦਾ ਹੈ। ਸਾਡਾ ਪਹਿਲਾ ਮੁੱਢਲਾ ਫਰਜ਼ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਬਾਪੂ ਅਤੇ ਮਾਤਾ ਸਾਹਿਬ ਕੌਰ ਨੂੰ ਆਪਣੀ ਮਾਂ ਬਣਾਈਏ। ਫਿਰ ਪੰਜ ਪਿਆਰੇ ਸਾਨੂੰ ਤਸੀਰ ਸਾਡੀ ਚੇਂਜ ਕਰਨਗੇ, ਅੱਖਾਂ ਵਿੱਚ ਛਿੱਟਾ ਪਾਉਣਗੇ, ਕਹਿਣਗੇ ਹੁਣ ਤੂੰ ਕਿਸੇ ਦਾ ਨਹੀਂ, ਹੁਣ ਤੂੰ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਿਰ 'ਤੇ ਪਾਉਣਗੇ, ਫਿਰ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਫਿਰ ਮੁੱਖ 'ਤੇ ਪਾਉਣਗੇ, ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਇੱਕ ਬੇਨਤੀ ਕਰਾਂ, ਕਈ ਵਾਰੀ ਇੱਕ ਸਵਾਲ ਆਉਂਦਾ ਵੀ ਮੇਰਾ ਅੰਮ੍ਰਿਤ ਵੇਲਾ ਨਹੀਂ ਹੁੰਦਾ ਅਤੇ ਮੈਂ ਕੀ ਕਰਾਂ। ਬਾਬੇ ਕੁਲਵੰਤ ਸਿੰਘ ਜੀ ਕੋਲ ਮੈਂ ਬੈਠਾ ਸੀ ਅਤੇ ਇੱਕ ਬੀਬੀ ਕਹਿੰਦੀ ਹੈ ਬਾਬਾ ਜੀ ਮੇਰਾ ਅੰਮ੍ਰਿਤ ਵੇਲੇ ਨਹੀਂ ਹੁੰਦਾ, ਅਤੇ ਮੈਂ ਅਗਰ ਜਾਗ ਵੀ ਜਾਵਾਂ ਨਾ ਅਤੇ ਇਸ਼ਨਾਨ ਕਰਕੇ ਬਹਿੰਦੀ ਹਾਂ ਅਤੇ ਮੈਂ ਸੌਂ ਜਾਂਦੀ ਹਾਂ। ਅਤੇ ਉਹ ਕਹਿੰਦੇ ਨੇ ਬਾਬਾ ਜੀ, ਉਸ ਦਿਨ ਮੈਂ ਕੋਲ ਬੈਠਾ ਸੀ ਅਤੇ ਉਹ ਜਿਹੜਾ ਉੱਤਰ ਦਿੱਤਾ ਮੈਂ ਤੁਹਾਨੂੰ ਦੱਸਣਾ। ਉਹ ਕਹਿੰਦੇ ਨੇ ਬੀਬੀ ਸਵੇਰੇ ਉੱਠਣੀ ਹੈ, ਇਸ਼ਨਾਨ ਕਰਦੀ ਹੈ, ਸੌਂ ਜਾਣੀ ਹੈ, ਫਿਰ ਉੱਠਦੀ ਹੈ। ਕਹਿੰਦੀ ਹਾਂ ਉੱਠਣਾ ਤਾਂ ਆਈ ਹੈ। ਕਹਿੰਦੇ ਫਿਰ ਕਰ ਲਿਆ ਕਰ। ਅਤੇ ਕਈ ਵਾਰੀ ਸਾਡੀ ਜੋਬਸ ਹੁੰਦੀਆਂ ਨੇ, ਨਾਈਟ ਜੋਬ ਹੁੰਦੀ ਹੈ,
ਬੱਚੇ ਬਹੁਤ ਪਰੇਸ਼ਾਨ ਹੁੰਦੇ ਨੇ, ਸਾਡਾ ਅੰਮ੍ਰਿਤ ਵੇਲਾ ਨਹੀਂ ਹੁੰਦਾ, ਅਤੇ ਉੱਥੇ ਇੱਕ ਗੱਲ ਦਿਮਾਗ ਵਿੱਚ ਆਉਂਦੀ ਹੈ। ਦੇਖੋ ਕਲੋਕ ਸੈੱਟ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਕਲੋਕ ਸੈੱਟ ਕਰਦੇ ਆ। ਜਦੋਂ ਤੁਹਾਡੇ ਕੋਲ ਜੋਬ ਤੋਂ ਆ ਕੇ ਤੁਸੀਂ ਜਦੋਂ ਥੱਕੇ ਹੁੰਦੇ ਹੋ, ਅਗਰ ਤੁਸੀਂ ਕਿਸੇ ਵੀ ਟਾਈਮ 2-2.5 ਘੰਟੇ 3 ਘੰਟੇ ਲਾਉਂਦੇ ਹੋ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋਗੇ ਕਿ ਮੇਰੀ ਕਲੋਕ ਸੈੱਟ ਕਰ ਦੇ, ਮੈਂ ਅੰਮ੍ਰਿਤ ਵੇਲੇ ਕਰਨਾ ਚਾਹੁੰਦਾ, ਮੇਰੀ ਅਰਦਾਸ ਹੈ ਮੇਰੀ ਜੋਬ ਚੰਗੀ ਚੇਂਜ ਕਰ ਦੇ, ਮੈਂ ਅੰਮ੍ਰਿਤ ਵੇਲਾ ਕਰਨਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਪ੍ਰਤੱਖ ਰੱਬ ਹੈ, ਉਹ ਤੁਹਾਡੀ ਕਲੋਕ ਨੂੰ ਸੈੱਟ ਕਰ ਦੇਗਾ, ਉਹ ਸੈੱਟ ਕਰੇਗਾ, ਉਹ ਕਰਦਾ ਹੈ, ਕਰਦਾ ਹੈ। ਅਰਦਾਸ ਬਹੁਤ ਵੱਡੀ ਤਾਕਤ ਹੈ ਜਿਹਦੇ ਨਾਲ ਅਸੀਂ ਬਹੁਤ ਕੁਝ ਚੇਂਜ ਹੋ ਸਕਦੇ ਹਾਂ। ਜਦੋਂ ਅਸੀਂ ਡਿੱਗਦੇ ਹਾਂ ਨਾ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਰਦਾਸ ਕਰੋ, ਹਰ ਦਇਆ ਪ੍ਰਭ ਧਾਰੋ, ਪਾਖਣ ਹਮ ਤਾਰੋ, ਕੱਢ ਲੇਵੋ ਸ਼ਬਦ ਸੁਭਾਏ ਜੀਓ, ਮੋਹ ਚੀਕੜ ਫਾਥੇ, ਨਿਗਰਤ ਹਮ ਜਾਤੇ, ਹਰ ਬਾਹਾਂ ਪ੍ਰਭੂ। ਅਰਦਾਸ ਬਹੁਤ ਵੱਡੀ ਤਾਕਤ ਹੈ। ਜਿਸ ਦਾ ਮਨ ਨਹੀਂ ਲੱਗਦਾ ਉਹ ਅਰਦਾਸ ਕਰੇ। ਸੱਚੇ ਪਾਤਸ਼ਾਹ ਨੇ 2 ਟਾਈਮ ਦੀ ਅਰਦਾਸ ਤਾਂ ਸਾਨੂੰ ਬਖਸ਼ੀ ਹੈ, 3 ਟਾਈਮ ਦੀ, ਕੀਰਤਨ ਸਵੇਲੇ ਤੋਂ ਬਾਅਦ ਵੀ ਅਰਦਾਸ ਬਖਸ਼ੀ। ਔਰ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਛੋਟੇ ਛੋਟੇ ਸ਼ਬਦ ਆਪਾਂ ਕੰਠ ਕਰੀਏ, ਛੋਟੇ ਛੋਟੇ ਸ਼ਬਦ। ਇੱਕ ਹੁੰਦਾ ਕੁਆਲੀਫਿਕੇਸ਼ਨ ਬਹੁਤ ਹਾਈ ਲੈਵਲ ਦੀ, 40-40 ਬਾਣੀਆਂ ਵੀ ਕੰਠ ਕਰਦੇ ਆ ਬੱਚੇ, 60-60 ਬਾਣੀਆਂ ਵੀ ਕੰਠ ਕਰਦੇ ਆ। ਜਿਹੜੇ ਨਹੀਂ ਕਰਦੇ ਮੈਂ ਉਹਨਾਂ ਦੀ ਬੇਨਤੀ ਕਰਾਂ, ਮੇਰੇ ਵਰਗੇ ਛੋਟੇ ਛੋਟੇ ਸ਼ਬਦ ਕੰਠ ਕਰ ਲਓ। ਮੇਰੀ ਮਾਂ ਕਹਿੰਦੀ ਸੀ ਕਦੀ ਦੁੱਖ ਆਵੇ ਨਾ ਪੁੱਤ, ਅਤੇ ਇਹ ਸ਼ਬਦ ਪੜਿਆ ਕਰ, ਬਿਲਾਵਲ ਮਹਿਲਾ ਪੰਜਵਾਂ, ਤਾਤੀ ਵਾਉ ਨ ਲੱਗੀ ਪਾਰ ਬ੍ਰਹਮ ਸ਼ਰਨਾਈ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਨਾਥ ਸਖੇ ਦੀਨ ਦਰਦ ਨਿਵਾਰ। ਛੋਟੇ ਛੋਟੇ ਸ਼ਬਦ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਚੋ ਸੋਭਾ, ਚਿੰਤਾ ਲੈ ਹਮਾਰੀ ਕੁਛ ਨਹੀਂ ਹੈ, ਅਤੇ ਇੰਨਾ ਕਹਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਤੁਰਦੇ ਫਿਰਦੇ ਇਹਨਾਂ 'ਤੇ ਪੜ੍ਹ ਹੀ ਲੈ ਨਾ, ਸੱਚੇ ਪਾਤਸ਼ਾਹ ਮੇਰਾ ਸੰਯੋਗ ਬਣਾ ਦੇ, ਮੈਂ ਨਾਮ ਜਪਾਂ, ਮੇਰਾ ਸੰਯੋਗ ਬਣਾ ਦੇ। ਅੱਧੀ ਤੁੱਕ ਵੀ ਪੂਰਾ ਦਿਨ ਲੈ ਕੇ ਤੁਰਾਂਗੇ ਨਾ, ਵਿਸਰਨਾਈ ਦਹਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਇੱਕ ਪ੍ਰੇਮ ਬਣ ਜਾਏਗਾ, ਪ੍ਰੇਮ ਬਣ ਜਾਏਗਾ। ਔਰ ਇੱਕ ਬਹੁਤ ਸਿਆਣੀ ਜੀ ਗੱਲ ਜੇ ਕਹਿ ਕੇ ਸਮਾਪਤੀ ਜੇ, ਵਾਹਿਗੁਰੂ ਬੋਲਿਆ, ਆਖੋ ਵਾਹਿਗੁਰੂ, ਮੈਂ ਸੁਣ ਲਿਆ, ਮੇਰਾ ਹੋ ਗਿਆ। ਵਾਹਿਗੁਰੂ ਬੋਲਿਆ, ਮੈਂ ਸੁਣ ਲਿਆ, ਮੇਰਾ ਹੋ ਗਿਆ। ਵਾਹਿਗੁਰੂ ਬੋਲਿਆ, ਮੈਂ ਨਹੀਂ ਸੁਣਿਆ, ਕਿਸੇ ਹੋਰ ਨੇ ਸੁਣ ਲਿਆ, ਉਹਦਾ ਹੋ ਗਿਆ। ਇਸ ਹਿਸਾਬ ਨਾਲ ਬਾਣੀ ਪੜ੍ਹਾਂਗੇ, ਇਸ ਹਿਸਾਬ ਨਾਲ ਕੀਰਤਨ ਕਰਾਂਗੇ, ਅਤੇ ਬਾਤ ਬਣ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਇੱਥੇ ਤੱਕ ਅੱਜ ਦੀ ਜਿਹੜੀ ਟੋਕ ਹੈ ਆਪਾਂ ਸਮਾਪਤੀ ਕਰਨੀ ਹੈ। ਜਾਣ ਤੋਂ ਪਹਿਲਾਂ ਆਪ ਜੀਆਂ ਦੇ ਅੱਗੇ ਬੇਨਤੀਆਂ ਨੇ, ਜੇ ਕੁਝ ਹਾਲੇ ਵੀ ਆਪ ਜੀਆਂ ਦੇ ਮਨ 'ਚ ਸਵਾਲ ਨੇ ਜਾਂ ਕੁਝ ਆਪ ਜੀ ਸਾਂਝਾ ਕਰਨਾ ਚਾਹੁੰਦੇ ਹੋ, ਵੀਰ ਜੀ ਤਾਂ ਤੁਹਾਡੇ ਹਮੇਸ਼ਾ ਇੱਥੇ ਵਿਚਰਦੇ ਨੇ, ਤੁਹਾਡੇ ਸ਼ਹਿਰਾਂ ਵਿੱਚ, ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ, ਪਰ ਆਮ ਕਰਕੇ ਇੱਥੇ ਨੇ। ਮੈਂ ਅਤੇ ਭੈਣ ਜੀ ਅਸੀਂ ਆਪ ਜੀਆਂ ਦੇ ਨਾਲ ਜਿੱਥੇ ਟੀ ਵੀ ਹੈ ਉੱਥੇ
ਸੋਸ਼ਲ ਮੀਡੀਆ ਸ਼ੇਅਰ ਕੀਤਾ ਆ, ਖਾਸ ਕਰਕੇ ਨੌਜਵਾਨਾਂ ਲਈ. ਇਫ ਯੂ ਹੈਵ ਐਨੀ ਕੁਐਸ਼ਨਸ ਦੈਟ ਯੂ ਨੀਡ ਟੂ ਆਸ, ਜੇ ਕੋਈ ਐਸੇ ਸਵਾਲ ਨੇ, ਕੋਈ ਸਾਂਝ ਪਾਣੀ ਚਾਹੁੰਦੇ ਹੋ ਜਾਂ ਜੋ ਵੀ ਹੈ ਆਪ ਜੀਆਂ ਦੇ ਮਨ ਦੇ ਵਿੱਚ, ਅਤੇ ਸਾਂਝ ਪਾਣੀ ਚਾਹੁੰਦੇ ਹੋ ਕਿਉਂਕਿ ਸਮਾਂ ਘੱਟ ਹੈ ਅਤੇ ਅੱਜ ਰਾਤ ਸਾਡੀ ਦੋਨਾਂ ਦੀ ਵਾਪਸੀ ਹੈ, ਸੋ ਆਪ ਜੀ ਇਹਨਾਂ ਦੇ ਰਾਹੀਂ ਕੰਟੈਕਟ ਕਰ ਸਕਦੇ ਹੋ. ਜਿਹੜੇ ਯੂਟਿਊਬ ਚੈਨਲ ਹੈ ਭੈਣ ਜੀ, ਉਹਨਾਂ ਦੇ ਉੱਤੇ ਆਮ ਕਰਕੇ ਬਹੁਤ ਵਿਚਾਰਾਂ ਉਹਨਾਂ ਦੀਆਂ ਉੱਥੇ ਅਪਲੋਡ ਕੀਤੀਆਂ ਨੇ ਭੈਣ ਜੀ ਉਹਨਾਂ ਨੇ, ਅਤੇ ਮੇਰਾ ਜ਼ਿਆਦਾ ਧਿਆਨ ਆਮ ਕਰਕੇ ਇਤਿਹਾਸ ਵੱਲ ਹੁੰਦਾ ਹੈ. ਸੋ ਇਤਿਹਾਸਕ ਕਥਾ, ਸਤਿਗੁਰੂ ਜੀ ਦੇ ਜਿਹੜੀਆਂ ਸਾਖੀਆਂ ਨੇ ਉਹ ਆਮ ਕਰਕੇ ਦੇਸ਼ਾਂ ਪ੍ਰਦੇਸ਼ਾਂ 'ਚ ਜਿੱਥੇ ਵੀ ਮਹਾਰਾਜ ਜੀ ਕਥਾ ਦੀ ਸੇਵਾ ਲੈਂਦੇ ਨੇ, ਸੋ ਉਹ ਵੀ ਅਪਲੋਡ ਕੀਤੀਆਂ ਨੇ, ਅਤੇ ਭੈਣ ਜੀ ਉਹਨਾਂ ਦੇ ਜਿਹੜੇ ਕੈਂਪ ਵਗੈਰਾ ਨੇ ਉਹ ਵੀ ਅਪਲੋਡ ਨੇ. ਵੱਖ ਵੱਖ ਚੈਨਲਾਂ ਦੇ ਨਾਮ ਅਤੇ ਇੰਸਟਾਗ੍ਰਾਮ ਦੇ ਅਕਾਊਂਟ ਵੀ ਦਿੱਤੇ ਨੇ, ਜੇ ਕਿਸੇ ਨੂੰ ਲੋੜ ਹੋਵੇ ਤਾਂ. ਇਹ ਪ੍ਰਮੋਸ਼ਨ ਨਹੀਂ, ਆਪ ਜੀਆਂ ਦੀ ਸੇਵਾ ਲਈ ਇਹ ਜਿਹੜੇ ਸਹੂਲਤਾਂ ਨੇ ਤਿਆਰ ਕੀਤੀਆਂ ਗਈਆਂ ਨੇ. ਸੋ ਇੱਥੇ ਤੱਕ ਆਪ ਜੀਆਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ, ਸ਼ਾਮਾਂ 'ਚ ਫਿਰ ਹੁੰਮ ਹਮਾ ਕੇ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ. ਸਤਿਗੁਰੂ ਕਿਰਪਾ ਕਰੇ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਗੁਰ ਕੀ ਆਗਿਆ ਸਤ ਸਤ ਕਰਮਾਂ ਨੀ. ਸਮਾਗਮ 'ਤੇ ਆਏ ਹਾਂ, ਸਾਡਾ ਗਾਇਆ ਸੁਣਿਆ ਤਾਂ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਸਫਲਾ ਕਰਦੇ ਨੇ. ਜੇ ਸਤ ਸੰਗਤ ਜੀ ਹੁਣ ਗੁਰੂ ਦੇ ਬਚਨ ਜਿਹੜੇ ਨੇ ਅਸੀਂ ਆਗਿਆਕਾਰੀ ਬਣ ਕੇ ਇਹਨਾਂ ਨੂੰ ਮੰਨਾਂਗੇ. ਸਤਿਗੁਰੂ ਕਿਰਪਾ ਕਰਨ, ਬੁਲਾਓ ਫਤਿਹ ਦਿਓ ਅਸੀਸ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.